ਤੁਮਰੀ ਮਹਿਮਾ ਬਰਨ ਨ ਸਕੋ ਤੂੰ ਠਾਕੁਰ ਉੱਚ ਭਗਵਾਨਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਸਿਰੀ ਰਾਗੋ ਮਹਲਾ 5ਵਾਂ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੀ ਜਿਸ ਲਿਖਿਆ ਹੋਇ ਮਥ ਮੇਰੇ ਮਨ ਇਕ ਸਿਉ ਚਿਤ ਲਾਏ ਇਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਮੇਰੇ ਮਨ ਇਕ ਸਿਉ ਚਿਤ ਲਾਏ ਏਕ ਸੁਬੇਨਾ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਾਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਆਧਾਰ ਬਾਂਹ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਢੋਈ ਤਿਸ ਹੀ ਨੂੰ ਮਿਲੈ ਜੇ ਨੂ ਪੂਰਾ ਗੁਰੂ ਲਬਾ ਨਾਨਕ ਬੱਦਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਥਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਵਾ ਉਈ ਤਸਹੀ ਨੂੰ ਮਿਲੇ ਜਿਨ ਪੂਰਾ ਗੁਰੂ ਲਬਾ ਨਾਨਕੋ ਬਦਾ ਘਰ ਤਹਾਂ ਜਿਥੈ ਮਿਰਤ ਨਾ ਜਨਮ ਜਰਾ ਪਰਮ ਸਨਮਾਨਯੋ ਤਨ ਤਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰਪਿਆਰੀ ਸਾਧ ਸੰਗਤ ਜੀਓ ਸਤਿਗੁਰ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਸੁਖਮਨੀ ਸਾਹਿਬ ਜਿਸ ਦਾ ਪਾਠ ਆਪਾਂ ਸਾਰਿਆਂ ਨਹੀਂ ਸਤਿਕਾਰਯੋਗ ਭਾਈ ਸਾਹਿਬ ਹੁਣ ਆਪਸੋ ਸਰਵਣ ਕੀਤਾ ਹੈ ਆਓ ਸਤਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਕੁਝ ਸਮਾਂ ਬਾਣੀ ਦੀਆਂ ਵਿਚਾਰਾਂ ਨਾਲ ਸਾਂਝ ਪਾਈਏ ਜਿਸ ਸ਼ਬਦ ਦਾ ਪਾਠ ਆਪਾਂ ਸਰਵਣ ਕੀਤਾ ਇਹ ਪਾਵਨ ਸ਼ਬਦ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸ੍ਰੀ ਰਾਗ ਜੋ ਗੁਰੂ ਰਣਸੰਗh ਦਾ ਪ੍ਰਥਮ ਰਾਗ ਹੈ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 44 ਦੇ ਉੱਪਰ ਸੁਭਾਇਮਾਨ ਹੈ ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਸਾਡੇ ਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ ਕਿ ਸਾਨੂੰ ਜ਼ਿੰਦਗੀ ਜੂਣ ਦਾ ਜੋ ਤਰੀਕਾ ਹੈ ਉਹ ਬਹੁਤ ਸੋਹਣੇ ਸ਼ਬਦਾਂ ਵਿੱਚ ਸਿਖਾਇਆ ਹੈ ਕਿ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ ਸਤਿਗੁਰ ਜੀ ਦਾ ਪਾਵਨ ਵਾਕ ਜਦੋਂ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਆਮ ਸਮਾਜ ਦੇ ਵਿੱਚ ਮਨੁੱਖ ਦੇ ਕੋਲ ਤਿੰਨ ਚੀਜ਼ਾਂ ਹੋਣ ਰੋਟੀ ਕਪੜਾ ਮਕਾਨ ਤਾਂ ਮਨੁੱਖ ਆਪਣੀ ਜ਼ਿੰਦਗੀ ਨੂੰ ਕੰਪਲੀਟ ਸਮਝਦਾ ਹੈ ਮੁਕੰਮਲ ਸਮਝਦਾ ਹੈ ਕਿ ਮੇਰੀ ਜ਼ਿੰਦਗੀ ਮੁਕੰਮਲ ਹੈ ਪਰ ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਭਾਵੇਂ ਮਨੁੱਖ ਦੇ ਕੋਲੇ ਤਿੰਨੇ ਚੀਜ਼ਾਂ ਨੇ ਪਰ ਜੇ ਮਨੁੱਖ ਦੇ ਮਨ ਦੇ ਵਿਚਾਰ ਚੰਗੇ ਨਹੀਂ ਮਨ ਦੇ ਖਿਆਲ ਚੰਗੇ ਨਹੀਂ ਇੰਜ ਕਹਿ ਲੀਏ ਜੋ ਸਾਡੇ ਤਨ ਦੀ ਅਗਵਾਈ ਕਰਦਾ ਹੈ ਸਾਡਾ ਮਨ ਉਹ ਗੁਰੂ ਦੇ ਸ਼ਬਦ ਦੁਆਰਾ ਨਹੀਂ ਘੜਿਆ ਤਾਂ ਸਭ ਕੁਝ ਪ੍ਰਾਪਤ ਹੋਣ ਤੋਂ ਬਾਅਦ ਵੀ ਮਨੁੱਖ ਦੀ ਜ਼ਿੰਦਗੀ 'ਚ ਦੁੱਖ ਚਿੰਤਾਵਾਂ ਬੇਚੈਨੀ ਇਤਿਹਾਦਿਕ ਇਦਾਂ ਦੇ ਝਮੇਲੇ ਮਨੁੱਖ ਦੀ ਜ਼ਿੰਦਗੀ ਨੂੰ ਘੇਰੀ ਰੱਖਦੇ ਹਨ ਸਤਗੁਰੂ ਜੀ ਨੇ ਬੜਾ ਵੱਡਾ ਪਰਪਕਾਰ ਕੀਤਾ ਹੈ ਕਿ ਸਾਨੂੰ ਪਰਮੇਸ਼ਰ ਦੇ ਨਾਮ ਤੇ ਪਏ ਹੋਏ ਭੁਲੇਖਿਆਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਹੈ ਇੰਨਾ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਤੁਸੀਂ ਆਪਣੇ ਚੁਗਿਰਦੇ ਧਿਆਨ ਮਾਰੋਗੇ ਲੋਕ ਮਾਨਸਿਕ ਤੌਰ ਤੇ ਕਿੰਨੀ ਪੀੜਾ ਸਹ ਰਹੇ ਨੇ ਘਰਾਂ ਦੀਆਂ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਨੂੰ ਲੈ ਕੇ ਲੋਕ ਕਈ ਪ੍ਰਕਾਰ ਦੇ ਵਹਿਮਾਂ ਵਿੱਚ ਪੈ ਜਾਂਦੇ ਨੇ ਵਹਿਮ ਇਦਾਂ ਦੀ ਚੀਜ਼ ਹੈ ਜਿੱਦਾਂ ਮਨੁੱਖ ਹਨੇਰੇ ਵਿੱਚ ਅਸਲੀਅਤ ਕੁਝ ਹੋਰ ਹੁੰਦੀ ਹੈ ਤੇ ਢਰ ਮਨੁੱਖ ਦੀ ਜ਼ਿੰਦਗੀ ਵਿੱਚ ਕੁਝ ਹੋਰ ਬੈਠ ਜਾਂਦਾ ਹੈ ਹਨੇਰੇ ਵਿੱਚ ਤਾਂ ਰੱਸੀ ਵੀ ਸੱਪ ਦਾ ਭੁਲੇਖਾ ਪਾਉਂਦੀ ਹੈ ਹਨੇਰੇ ਵਿੱਚ ਮਨੁੱਖ ਅੰਦਾਜ਼ੇ ਲਾਉਂਦਾ ਹੈ ਚਾਨਣ ਵਿੱਚ ਮਨੁੱਖ ਨੂੰ ਅੰਦਾਜ਼ੇ ਲਾਉਣ ਦੀ ਲੋੜ ਨਹੀਂ ਤਾਂ ਬਾਣੀ ਦਾ ਵਾਕ ਹੈ ਅੰਧਕਾਰ ਸੁਖ ਕਬੇ ਨਾ ਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ ਭਾਵੇਂ ਕੋ ਰਾਜਾ ਹੈ ਭਾਵੇਂ ਕੋਈ ਉਸ ਰਾਜੇ ਦੀ ਪਰਜਾ ਦਾ ਕੋਈ ਆਮ ਜਿਹਾ ਮਨੁੱਖ ਹੈ ਹਨੇਰਾ ਅਗਿਆਨਤਾ ਹਰ ਇੱਕ ਨੂੰ ਪਰੇਸ਼ਾਨ ਕਰਦੀ ਹੈ ਸਤਿਗੁਰੂ ਜੀ ਨੇ ਬਹੁਤ ਪਿਆਰੀ ਸਾਨੂੰ ਸੋਝੀ ਬਖਸ਼ਿਸ਼ ਕੀਤੀ ਅਸੀਂ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ ਸ਼ਬਦ ਆਪਾਂ ਪਾਠ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਮਨ हे ਮੇਰਿਆ ਮਨਾ ਇੱਕ ਸਿ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਏ ਇਹ ਮਨੁੱਖੀ ਜ਼ਿੰਦਗੀ ਦਾ ਸੂਲ ਹੈ ਤੁਸੀਂ ਸੂਝਵਾਨ ਮੇਰੇ ਵੀਰ ਭੈਣਾ ਭਰਾ ਬੈਠੇ ਹੋ ਦੁਨੀਆਂ ਦਾ ਕੋਈ ਵੀ ਕੰਮ ਮਨੁੱਖ ਨੇ ਕਰਨਾ ਹੋਵੇ ਜੇ ਮਨੁੱਖ ਦਾ ਮਨ ਹੀ ਕਾਗਰ ਨਹੀਂ ਹੈ ਮਨੁੱਖ ਉਸ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦਾ ਬੱਚਾ ਸਕੂਲ ਜਾ ਰਿਹਾ ਹੈ ਜੇ ਬੱਚੇ ਦਾ ਸਕੂਲ ਦੀ ਪੜ੍ਹਾਈ ਵਿੱਚ ਮਨ ਨਹੀਂ ਤਾਂ ਕਦੀ ਵੀ ਐਜੂਕੇਸ਼ਨ ਨਹੀਂ ਪ੍ਰਾਪਤ ਕਰ ਸਕਦਾ ਵਿਦਿਆ ਦੀਆਂ ਬੁਲੰਦੀਆਂ ਨੂੰ ਨਹੀਂ ਛੂਹ ਸਕਦਾ ਤਰੱਕੀ ਨਹੀਂ ਕਰ ਸਕਦਾ ਜੇ ਉਹ ਤਨ ਨੂੰ ਸਕੂਲ ਲੈ ਕੇ ਜਾਂਦਾ ਉਹਨੂੰ ਆਪਣਾ ਮਨ ਵੀ ਲੈ ਕੇ ਜਾਣਾ ਪਵੇਗਾ। ਇਦਾਂ ਹੀ ਤੁਸੀਂ ਕੋਈ ਕਾਰੋਬਾਰ ਖੜਾ ਕਰਦੇ ਹੋ ਕੋਈ ਬਿਜ਼ਨਸ ਖੜਾ ਕਰਦੇ ਹੋ। ਬਿਜ਼ਨਸ ਚਲਾਉਣ ਵਾਲੇ ਦਾ ਜੇ ਮਨ ਉਸ ਕਾਰੋਬਾਰ ਵਿੱਚ ਨਹੀਂ ਤਾਂ ਮਨੁੱਖ ਲੱਖ ਯਤਨ ਕਰਕੇ ਵੀ ਉਸ ਕਾਰੋਬਾਰ ਵਿੱਚ ਸਫਲਤਾ ਹਾਸਲ ਨਹੀਂ ਕਰ ਸਕਦਾ। ਇਹ ਇਕੱਲੀ ਗੱਲ ਗੁਰਮਤਿ ਦੀ ਨਹੀਂ। ਘਰ 'ਚ ਸਾਡੀਆਂ ਸਿਆਣੀਆਂ ਭੈਣਾਂ ਬੈਠੀਆਂ ਨੇ ਜੇ ਤੁਸੀਂ ਖਾਣਾ ਬਣਾਉਣ ਵਕਤ ਰੋਟੀ ਬਣਾਉਣ ਵਕਤ ਵੀ ਮਨ ਟਿਕਾ ਵਿੱਚ ਨਹੀਂ ਤੇ ਜੋ ਤੁਸੀਂ ਬਣਾਉਣਾ ਚਾਹੁੰਦੇ ਉਸ ਵਧੀਆ ਨਹੀਂ ਬਣ ਪਾਏਗਾ ਰੂਹ ਨਾਲ ਕੀਤਾ ਹੋਇਆ ਕੰਮ ਉਹਦੇ ਨਤੀਜੇ ਕੁਝ ਵੱਖਰੇ ਹੁੰਦੇ ਨੇ ਤੁਸੀਂ ਸਵੇਰੇ ਉੱਠ ਕੇ ਵਾਕ ਕਰਦੇ ਹੋ ਵਾਕ ਮਨੁੱਖ ਆਪਣੀ ਮਰਜ਼ੀ ਨਾਲ ਕਰਦਾ ਹੈ ਸ਼ੌਂਕ ਨਾਲ ਕਰਦਾ ਹੈ ਜਿਹੜੀ ਸੈਰ ਕਰਦਾ ਹੈ ਮਨੁੱਖ ਉਹ ਬੱਧਾ ਚੱਟੀ ਨਹੀਂ ਹੈ ਉਸ ਸ਼ੌਂਕ ਨਾਲ ਕਰਦਾ ਹੈ ਕਈ ਵਾਰੀ 8 ਕਿਲੋਮੀਟਰ ਵੀ ਘੁੰਮ ਆਉਂਦਾ ਹੈ 4 ਕਿਲੋਮੀਟਰ ਵੀ ਘੁੰਮ ਆਉਂਦਾ ਹੈ ਕੋਈ ਥਕੇਵਾ ਕੋਈ ਅਕੇਵਾ ਨਹੀਂ ਕਿਉਂ ਕਿ ਮਨ ਦੀ ਖੁਸ਼ੀ ਨਾਲ ਕੀਤਾ ਹੈ ਪਰ ਤੁਸੀਂ ਕਿਸੇ ਬੰਦੇ ਨੂੰ ਟਾਰਗੇਟ ਮਿਸ ਕੇ ਦਿਓ ਵੀ ਤੁਸੀਂ ਇਹਦੇ ਘਰ ਜਾਣਾ ਪਰ ਜਾਣਾ ਪੈਦਲ ਹੈ ਘਰ ਤੋਂ 5 ਕਿਲੋਮੀਟਰ ਦੂਰ ਜਾਣਾ ਹੋਵੇ ਹੋ ਸਕਦਾ ਹੈ 1 ਕਿਲੋਮੀਟਰ ਜਾਂਦੇ ਹੀ ਬਨੁਖ ਨੂੰ ਥਕੇਵਾ ਹੋ ਜਾਏ ਕਿਉਂ ਕਿ ਉਹ ਵੱੱਦਾ ਚੱਟੀ ਹੈ ਮੈਂ ਜਾਣਾ ਨਹੀਂ ਸੀ ਚਾਹੁੰਦਾ ਮੈਨੂੰ ਭੇਜਿਆ ਹੈ ਕਿਸੇ ਨੇ ਇੱਕ ਮਨ ਦਾ ਸ਼ੌਂਕ ਹੈ ਇੱਕ ਵੱੱਦਾ ਚੱਟੀ ਕੰਮ ਕਰਨਾ ਪੈ ਰਿਹਾ ਬਣਦਾ ਵਾਕ ਹੈ ਵੱੱਦਾ ਚੱਟੀ ਜੋ ਪਰ ਹੈ ਨਾ ਗੁਣ ਨਾ ਉਪਕਾਰ ਬੱਦਾ ਚੱਟੀ ਕੀਤਾ ਹੋਇਆ ਕੰਮ ਜ਼ਿੰਦਗੀ ਵਿੱਚ ਕਦੀ ਵੀ ਮਨੁੱਖ ਦੇ ਖੁਸ਼ੀ ਨਹੀਂ ਲਿਆ ਸਕਦਾ ਉਹਦੇ ਵਿੱਚੋਂ ਪ੍ਰਾਪਤੀ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ ਸਤਿਗੁਰੂ ਜੀ ਦਾ ਪਾਵਨ ਵਾਕ ਆਪਾਂ ਪੜਿਆ ਹੈ ਮੇਰੇ ਮਨ ਏ ਮੇਰਿਆਂ ਮਨਾ ਇੱਕ ਸਿ ਸਿਉ ਚੇਤ ਲਾਇ ਬੜੀ ਵੱਡੀ ਗੱਲ ਹੈ ਇੰਨਾ ਸਮਾਂ ਬੀਤੋਂ ਤੋਂ ਬਾਅਦ ਵੀ ਅੱਜ ਸਾਡੇ ਸਮਾਜ ਵਿੱਚ ਜਿਹੜਾ ਇੱਕ ਦੀ ਗੱਲ ਕਰਦਾ ਹੈ ਪਰਮੇਸ਼ਰ ਦੀ ਗੱਲ ਕਰਦਾ ਹੈ ਉਹਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਆਪਣੇ ਚੁਗਿਰਦੇ ਧਿਆਨ ਮਾਰ ਕੇ ਵੇਖੋ ਜਿਸ ਵਾਤਾਵਰਣ 'ਚ ਜਿਸ ਸਮਾਜ ਵਿੱਚ ਅਸੀਂ ਸਾਹ ਲੈ ਰਹੇ ਹਾਂ ਜਿਸ ਸਮਾਜ ਵਿੱਚ ਸਾਡਾ ਰੋਜ਼ ਵਾਹ ਪੈਂਦਾ ਹੈ ਜਿਸ ਸਮਾਜ ਨਾਲ ਅਸੀਂ ਰੋਜ਼ ਜ਼ਿੰਦਗੀ ਜੂਨੇ ਆ ਤੁਸੀਂ ਚੁਗਿਰਦੇ ਧਿਆਨ ਮਾਰ ਕੇ ਵੇਖੋ ਕਾਰੋਬਾਰ ਨਾ ਚੱਲੇ ਬੱਚੇ ਦਾ ਪੜ੍ਹਾਈ ਵਿੱਚ ਧਿਆਨ ਨਾ ਲੱਗੇ ਘਰ ਵਿੱਚ ਕੋਈ ਪਰਿਵਾਰ ਦਾ ਜੀ ਬਿਮਾਰ ਹੋਵੇ ਤਾਂ ਲੋਕ ਹਸਪੀਟਲਾਂ ਦੀ ਬਜਾਏ ਤਾਂਤਰਾਂ ਕੋਲ ਜੋਤਸ਼ੀਆਂ ਕੋਲ ਪਾਂਧਿਆਂ ਕੋਲ ਸੋ ਕਾਰਡ ਬਾਬਿਆਂ ਦੇ ਕੋਲ ਜਾਂਦੇ ਨੇ ਵੀ ਸ਼ਾਇਦ ਇਹਨਾਂ ਕੋਲ ਸਾਡਾ ਇਲਾਜ ਹੈ ਵੀ ਜੇ ਸਾਰਾ ਕੁਝ ਇਹਨਾਂ ਕੋਲ ਪਿਆ ਹੈ ਏਡੇ ਏਡੇ ਵੱਡੇ ਹਸਪੀਟਲ ਬੱਚਿਆਂ ਨੂੰ ਡਾਕਟਰੀ ਕਰਾਉਣੀ ਆਪਣੀਆਂ ਧੀਆਂ ਨੂੰ ਬੀਐਸਸੀ ਨਰਸਿੰਗ ਦੇ ਕੋਰਸ ਕਰਾਉਣੇ ਇਹ ਕਾਦੇ ਵਾਸਤੇ ਹੈ ਅੱਜ ਪੜ੍ਹਿਆ ਲਿਖਿਆ ਵਰਗ ਵੀ ਤੁਸੀਂ ਇਹਨਾਂ ਲੋਕਾਂ ਦਾ ਸ਼ਿਕਾਰ ਨਜ਼ਰਾਏਗਾ ਵਜ੍ਹਾ ਕੀ ਹੈ ਅਸੀਂ ਬਾਕੀ ਸਭ ਕੁਝ ਪ੍ਰਾਪਤ ਕਰ ਲਿਆ ਪਰ ਜਦੋਂ ਕੱਲ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਆਈ ਤਾਂ ਅਸੀਂ ਰਮਾਲਾ ਚੁੱਕ ਕੇ ਦੋ ਅੱਖਰ ਪੜਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਵੀ ਇਹਦੇ ਵਿੱਚ ਲਿਖਿਆ ਕੀ ਹੈ ਗੁਰੂ ਪਾਸ਼ਾ ਜੀ ਨੇ ਜ਼ਿੰਦਗੀ ਜੂਣ ਦਾ ਤਰੀਕਾ ਦਿੱਤਾ ਹੈ ਕਿੱਦਾਂ ਅਸੀਂ ਜ਼ਿੰਦਗੀ ਨੂੰ ਜੂਣਾ ਹੈ ਕਿੱਦਾਂ ਰੋਜ਼ ਮਰਾਂ ਦੀ ਜ਼ਿੰਦਗੀ ਵਿੱਚ ਸਮੱਸਿਆਵਾਂ ਆਉਣੀਆਂ ਨੇ ਸਮੱਸਿਆਵਾਂ ਦਾ ਨਾਮ ਹੀ ਜ਼ਿੰਦਗੀ ਹੈ ਜ਼ਿੰਦਗੀ 'ਚ ਉਹ ਸਮੱਸਿਆਵਾਂ ਕੱਢ ਦਿਓ ਤੇ ਜ਼ਿੰਦਗੀ ਬੇਸਵਾਦੀ ਹੈ ਜਿਨ੍ਹਾਂ ਦੇ ਅਸੀਂ ਨਾਮ ਲੈਨੇ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਜ਼ਿੰਦਗੀ ਸਮੱਸਿਆਵਾਂ ਨਾਲ ਭਰੀ ਹੈ ਪਰ ਡੋਲੇ ਨਹੀਂ ਕਿਉਂ ਕਿ ਸੱਚ ਕੋਲ ਸੀ ਤਤੀਆਂ ਤਵੀਆਂ ਤੇ ਬੈਠਣਾ ਦੇਗਾਂ ਵਿੱਚ ਉਬਾਲੇ ਖਾਣੇ ਹਰ ਇੱਕ ਚੁਣੌਤੀ ਦਾ ਡਟ ਕੇ ਮੁਕਾਬਲਾ ਕਰਨਾ ਜੇ ਮਨੁੱਖ ਨੂੰ ਮਾੜੀ ਜੀ ਕੋਈ ਸਮੱਸਿਆ ਆਵੇ ਤੁਸੀਂ ਵੇਖਿਓ ਕਿਦਾਂ ਮਨੁੱਖ ਡੋਲ ਕੇ ਤੇ ਪਾਸੇ ਚਲਾ ਜਾਂਦਾ ਹੈ ਤਾਂ ਪਾਸ਼ਾ ਜੀ ਬਖਸ਼ਿਸ਼ ਕਰਦੇ ਨੇ ਮੇਰੇ ਮਨ ਹੇ ਮੇਰੇ ਆਮਨਾ ਇੱਕ ਸਿਉਂ ਚਿਤ ਲਾਏ ਇੱਕ ਨਾਲ ਚਿਤ ਲਾ ਉਹ ਜਿਹਦੇ ਨਾਲ ਚਿਤ ਲਾਉਣਾ ਹੈ ਨਾ ਉਹ ਕਿਤੇ ਬਾਹਰ ਨਹੀਂ ਬੈਠਾ ਉਹ ਤੇਰੇ ਵਿੱਚ ਬੈਠਾ ਹੈ ਇੱਕ ਨਾ ਚਿੱਤ ਲਾਉਣ ਦਾ ਅਰਥ ਹੈ ਆਪਣੇ ਆਪ ਨਾਲ ਚਿੱਤ ਲਾਉਣਾ ਆਪਣੇ ਆਪ ਨਾਲ ਜੁੜਨਾ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਖੋਜੈ ਸੋ ਪਾਵੇ ਜਿਹੜੇ ਵੀ ਬੱਚੇ ਤਰੱਕੀਆਂ ਕਰਦੇ ਨੇ ਤੁਸੀਂ ਕਦੀ ਵੇਖਣਾ ਉਹ ਬੱਚੇ ਆਪਣੇ ਆਪ ਦੇ ਵਿੱਚੋਂ ਉਹ ਐਜੂਕੇਸ਼ਨ ਨੂੰ ਵੇਖੋ ਬਾਣੀ ਦਾ ਕਿ ਬੜਾ ਪਿਆਰਾ ਵਾਕ ਹੈ ਗੁਰ ਪ੍ਰਸਾਦੀ ਵਿਦਿਆ ਵਿਚਾਰ ਹੈ ਪੜ ਪੜ ਪਾਵੇ ਮਾਨ ਆਪਾਂ ਮੱਧੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਆਪਣੇ ਵਿੱਚੋਂ ਇਨਸਾਨੀਅਤ ਨੂੰ ਪ੍ਰਗਟ ਕਰਨਾ ਮਨੁੱਖ ਦੀ ਜ਼ਿੰਦਗੀ ਦਾ ਪਹਿਲਾ ਫਰਜ਼ ਹੈ ਜਿਵੇਂ ਲੱਕੜ ਵਿੱਚੋਂ ਦਰਵਾਜ਼ਾ ਕੱਢਦਾ ਹੈ ਸਿਆਣਾ ਕਾਰੀਗਰ ਇੱਕ ਲੱਕੜ ਹੈ ਲੱਕੜ ਦਾ ਮੋਸ਼ਾ ਪਿਆ ਹੈ ਸਿਆਣਾ ਕਾਰੀਗਰ ਉਸ ਲੱਕੜ ਦੇ ਮੋਸ਼ੇ ਵਿੱਚੋਂ ਖਿੜਕੀਆਂ ਦਰਵਾਜ਼ੇ ਕੱਢਦਾ ਆਮ ਤੁਸੀਂ ਕਿਸੇ ਅਣਜਾਣ ਬੰਦੇ ਨੂੰ ਲੱਕੜ ਦਾ ਮੋਸ਼ਾ ਦੇ ਦਿਓ ਤੇ ਟੋਟੇ ਕਰਕੇ ਟੁਕੜੇ ਕਰਕੇ ਗੱਟੇ ਬਣਾ ਦੇਵੇਗਾ ਹਰ ਹੀ ਸਾਰੇ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਕਾਰਿਗਰ ਨੂੰ ਪਤਾ ਹੈ ਉਸ ਲੱਕੜ ਦੇ ਵਿੱਚੋਂ ਨੇ ਕਿਦਾਂ ਖਿੜਕੀਆਂ ਦਰਵਾਜ਼ੇ ਕੱਢਣੇ ਨੇ ਇਦਾਂ ਹੀ ਇਨਸਾਨ ਹੈ ਇੱਕ ਪੱਥਰ ਦਾ ਟੁਕੜਾ ਸਾਡੇ ਮੁਤਾਬਕ ਪੱਥਰ ਦਾ ਟੁਕੜਾ ਹੈ ਪਰ ਜਦੋਂ ਉਹਨੂੰ ਉਹਨੂੰ ਘੜਨ ਵਾਲੇ ਦੇ ਕੋਲ ਜਾਂਦਾ ਹੈ ਉਹਦੇ ਨੱਕ ਬੁੱਲ ਇਹੋ ਜਿਹੇ ਪੱਥਰ ਦੇ ਤਿਆਰ ਕਰਦਾ ਲੋਕ ਵੇਖਦੇ ਹੈਰਾਨ ਰਹਿ ਜਾਂਦੇ ਨੇ ਕਿਉਂ ਕੋਈ ਸਿਆਣੇ ਬੰਦੇ ਦਾ ਉਹਨੂੰ ਹੱਥ ਲੱਗਾ ਸੀ ਮਿੱਟੀ ਉਹੀ ਹੈ ਜਿਹਨੂੰ ਅਸੀਂ ਆਮ ਵੇਖਦੇ ਹਾਂ ਪਰ ਉਸੇ ਮਿੱਟੀ ਨੂੰ ਜਦੋਂ কুমਹਾਰ ਦਾ ਹੱਥ ਲੱਗਦਾ ਹੈ ਉਸ 'ਚ ਪਾਣੀ ਪਾ ਕੇ ਉਹਨੂੰ ਗੁੰਨਦਾ ਹੈ ਉਹਦੇ ਸ਼ਕਾਲੇ ਤਿਆਰ ਕਰਦਾ ਹੈ ਕੜਨੇ ਤਿਆਰ ਕਰਦਾ ਹੈ ਘੜੇ ਤਿਆਰ ਕਰਦਾ ਹੈ ਅਗਲਾ ਰੋਡ ਦੇ ਕੰਢੇ ਤੇ ਸੜਕ ਦੇ ਕੰਢੇ ਤੇ ਜਦੋਂ ਉਹ ਉਸੇ ਮਿੱਟੀ ਦੇ ਬਣਾਏ ਬਰਤਨਾਂ ਨੂੰ ਰੱਖ ਕੇ ਬੈਠਦਾ ਹੈ ਨਾ ਬਦੋ ਬਦੀ ਬੰਦਾ ਉਥੇ ਆਪਣੀ ਗੱਡੀ ਡੱਕਦਾ ਤੇ ਪੁੱਛਦਾ ਕਿੰਨੇ ਦਾ ਹੈ ਜੀ ਅਗਲਾ 400 ਰੁਪਏ ਮੰਗੇ ਤੁਹਾਡਾ ਦਿਲ ਕਰਦਾ ਵੀ ਬਿਲਕੁਲ ਇਹਨੇ ਤੇ ਸਹੀ ਮਿਹਨਤ ਕੀਤੀ 400 ਚੱਕ ਭਾਈ ਮੈਂ ਲੈ ਕੇ ਜਾਣਾ ਕਰੋ ਮੈਂ ਆਪਣੇ ਘਰ ਲੈ ਕੇ ਜਾਣਾ ਪਰ ਜਿੰਨੀ ਉਹਨੂੰ ਮਿੱਟੀ ਲੱਗੀ ਜੀ ਉਹਨੀ ਮਿੱਟੀ ਤੁਹਾਨੂੰ ਓਦਾਂ ਦਿੰਦਾ 400 ਦੀ ਤੁਸੀਂ ਲੈਣੀ ਸੀ ਮਿੱਟੀ ਤੇ ਹੋ ਸਕਦਾ ਹੋ 1020 ਦੀ ਹੋਵੇ ਬਾਕੀ ਜਿਹੜਾ ਉਹਨੇ 300 60 70 ਰੁਪਏ ਲੈਣੇ ਨਾ ਉਹ ਆਪਣੇ ਹੱਥਾਂ ਦੀ ਕਲਾ ਦੇ ਲੈਏ ਨੇ ਜਿਹੜਾ ਉਹਨੇ ਉਹ ਚ ਰੰਗ ਭਰੇ ਹੈ ਜਿਹੜੀ ਉਹਨੇ ਉਸ ਮਿੱਟੀ ਚ ਜਾਨ ਪਾਈ ਹੈ ਜਿਹੜੀ ਉਸਨੇ ਮਿੱਟੀ ਨੂੰ ਖੂਬ ਸੂਰਤ ਦਿੱਤੀ ਹੈ ਲੱਕੜ ਤੇ ਉਹ ਹੀ ਹੈ ਬਾਹਰ ਪਈ ਹੋਵੇ ਲੱਕੜ ਤੇ ਕੋਈ ਉਹਨੂੰ ਲੈ ਕੇ ਨਹੀਂ ਜਾਂਦਾ ਪਰ ਜਦੋਂ ਤੁਸੀਂ ਦਰਵਾਜ਼ਾ ਬਣਿਆ ਦਰਵਾਜ਼ਾ ਬਾਹਰ ਰੱਖੋਗੇ ਧਾਰਾ ਵੀ ਕੋਈ ਚੱਕੇ ਨਾ ਲੈ ਜਾਏ ਪਰ ਜਦੋਂ ਉਸੇ ਦਰਵਾਜ਼ੇ ਉਸੇ ਲੱਕੜ ਦਾ ਦਰਵਾਜ਼ਾ ਬਣ ਜਾਂਦਾ ਉਹਨੂੰ ਆਪਾਂ ਅੰਦਰ ਰੱਖਦੇ ਆ ਲੱਕੜ ਬਾਹਰ ਰੋਡ ਤੇ ਪਈ ਰਹਿੰਦੀ ਕਈ ਵਾਰੀ ਕਿਉਂ ਕਿਉਂਕਿ ਅੱਜ ਉਹਨੂੰ ਹੱਥ ਲੱਗ ਗਿਆ ਅੱਜ ਨੂੰ ਤਰਾਸ਼ਿਆ ਗਿਆ ਤੇ ਛਿੱਲਿਆ ਗਿਆ ਜ਼ਿੰਦਗੀ ਹੈ ਇਹਨੂੰ ਰੋਜ਼ ਤਰਾਸ਼ਣਾ ਹੈ ਇਹਨੂੰ ਰੋਜ਼ ਛਿੱਲਣਾ ਹੈ ਸਾਧ ਸੰਗਤ ਜੀ ਤਵਜਹ ਦੇ ਕੇ ਸੁਣਿਓ ਮੇਰੀਆਂ ਸਿਆਣੀਆਂ ਭੈਣਾਂ ਬੈਠੀਆਂ ਨੇ ਮਾਪਾ ਪ੍ਰਿੰਸੀਪਲ ਹੋਵੇ ਪਿਤਾ ਪ੍ਰਿੰਸੀਪਲ ਹੋਵੇ ਸਕੂਲ ਆਪਣਾ ਹੋਵੇ ਫਿਰ ਵੀ ਬੱਚੇ ਨੂੰ ਸਕੂਲ ਚ ਐਡਮਿਸ਼ਨ ਕਰਾਉਣੀ ਪੈਂਦੀ ਹੈ ਕਿਉਂ ਉਹ ਤਾਂ ਸਕੂਲ ਨੂੰ ਬੱਚਿਆਂ ਨੂੰ ਪੜਾਉਂਦੇ ਨੇ ਉੱਤੇ ਘਰ ਵੀ ਬੱਚੇ ਨੂੰ ਪੜਾ ਸਕਦੇ ਨੇ ਪਰ ਜੋ ਬੱਚੇ ਨੇ ਸਕੂਲ ਵਿੱਚ ਜਾ ਕੇ ਉੱਠਣਾ ਬੈਠਣਾ ਸਲੀਕਾ ਸਿੱਖਣਾ ਹੈ ਉਹ ਤੁਸੀਂ ਘਰ ਨਹੀਂ ਸਿਖਾ ਸਕਦੇ ਹਾਂ ਸਕੂਲ ਵਿੱਚ ਜਿਹੜੀ ਬੱਚਾ ਪੜਾਈ ਕਰ ਰਿਹਾ ਉਸ ਪੜਾਈ ਵਿੱਚ ਤੁਸੀਂ ਹੈਲਪ ਕਰ ਸਕਦੇ ਹੋ ਮਾ ਪੜੀ ਹੋਏਗੀ ਪਿਤਾ ਪੜਿਆ ਹੋਏਗਾ ਪਰ ਜੇ ਤੁਸੀਂ ਕਹੋ ਇਹਨੂੰ ਸਕੂਲ ਦੀ ਲੋੜ ਨਹੀਂ ਜੋਨੇ ਸਕੂਲ ਚ ਅਸੂਲ ਸਿੱਖਣੇ ਨੇ ਡਿਸਪੀਪਲਨ ਸਿੱਖਣਾ ਹੈ ਉੱਠਣਾ ਬੈਠਣਾ ਸਿੱਖਣਾ ਹੈ ਬੱਚਿਆਂ ਨਾਲ ਬੈਠ ਕੇ ਗੱਲਬਾਤ ਕਰਨੀ ਸਿੱਖਣੀ ਹੈ ਜੋਨੇ ਮਚੋਰ ਹੋਣਾ ਜੋਦੇ ਵਿੱਚ ਸਿਆਣ ਫੌਣੀ ਹੈ ਬੱਚਿਆਂ ਨਾਲ ਬੈਠ ਕੇ ਗੱਲਬਾਤ ਚੱਲਣੀ ਹੈ ਆ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਸਾਡੇ ਬੱਚਿਆਂ ਚ ਕਲਾ ਕਿਹੜੀ ਛੁਪੀ ਹੈ ਜਦੋਂ ਬੱਚਾ ਕਿਸੇ ਨਾਲ ਗੱਲ ਕਰਦਾ ਸੀ ਤੇ ਹੈਰਾਨ ਹੋ ਜਾਂਦੇ ਅੱਛਾ ਸਾਡੇ ਬੱਚੇ ਚ ਆ ਵੀ ਗੱਲ ਹੈਗੀ ਸੀ ਕਈ ਵਾਰੀ ਆਪਾਂ ਆਪਣੇ ਘਰ 'ਚ ਆਪਣੇ ਬੱਚੇ ਬੱਚੀ ਵੱਲ ਵੇਖਦੇ ਆ ਇਹਨੂੰ ਕੀ ਪਤਾ ਹੈ ਕਈ ਵਾਰੀ ਵੇਖਣਾ ਅਸੀਂ ਆਪਣੇ ਚੁਗਰਦੇ 'ਚ ਇਹੋ ਜਿਹਾ ਮਾਹੌਲ ਬਣਾ ਲੈਨੇ ਆ ਕਿ ਅਸੀਂ ਆਪਣੇ ਬੱਚੇ ਬੱਚੀਆਂ ਬਾਰੇ ਸੋਚਦੇ ਆ ਇਹਨੂੰ ਕੀ ਪਤਾ ਹੈ ਪਰ ਜਦੋਂ ਸਾਡਾ ਬੱਚਾ ਬੱਚੀ ਭਾਵੇਂ ਸਾਡੀ ਬੇਟੀ ਹੋਵੇ ਭਾਵੇਂ ਸਾਡਾ ਬੇਟਾ ਹੋਵੇ ਜਦੋਂ ਕਿਸੇ ਨਾਲ ਗੱਲਬਾਤ ਕਰਦਾ ਹੈ ਪਾਸੇ ਬੈਠਾ ਮਾਪੇ ਬਾਪ ਦਾਦਾ ਦਾਦੀ ਨਾਨਾ ਨਾਨੀ ਹੈਰਾਨ ਹੋ ਜਾਂਦੇ ਨੇ ਇਹ ਸਾਡੀ ਧੀ ਹੈ ਇਹ ਸਾਡਾ ਬੇਟਾ ਅਹੀਂ ਤਾਂ ਕਦੀ ਇਹ ਕਲਾ ਇਹਦੀ ਚ ਵੇਖੀ ਨਹੀਂ ਆ ਤਾਂ ਕਿਸਾਨੀ ਅੰਦੋਲਨ ਨੇ ਸਾਡੇ ਬੱਚੇ ਬੱਚੀਆਂ ਬਜ਼ੁਰਗ ਮਾਤਾਵਾਂ ਮੈਂ ਕਹਿੰਦਾ ਇੰਨੀ ਕਲਾ ਛੁਪੀ ਸੀ ਜਿਹੜੀ ਕੱਢ ਕੇ ਬਾਹਰ ਲਿਆਂਦੀ ਕਿ ਜਦੋਂ ਸੁਧਾਰਨ ਜਿਹਾ ਬੰਦਾ ਵੀ ਉਹਦੇ ਗਾੜੀ ਪੱਤਰਕਾਰ ਆਣ ਕੇ ਦਿੱਲੀ ਦੇ ਬਾੜਾਂ ਤੇ ਮੈਂ ਕਰਦਾ ਨਾ ਉਹ ਹੈਰਾਨ ਹੋ ਜਾਂਦਾ ਉਹ ਮੈਂ ਤੇ ਸਿੱਖਿਆ ਸਿਖਾਇਆ ਮੈਂ ਤੇ ਪੜਿਆ ਪੜਾਇਆ ਮੈਨੂੰ ਤਾਂ 20 15 ਸਾਲ ਪੱਤਰਕਾਰੀ ਕਰਦਿਆਂ ਹੋ ਗਿਆ ਇਹ ਤਾਂ ਪ੍ਰਸ਼ਾਦਾ ਪਕਾਉਣ ਵਾਲੀ ਮਾਂ ਨੇ ਵੀ ਮੇਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਕਲਾ ਤਾਂ ਹਰ ਇੱਕ ਅੰਦਰ ਛੁਪੀ ਹੈ ਪਰ ਕਈ ਵਾਰੀ ਸਾਨੂੰ ਉਸ ਕਲਾ ਨੂੰ ਬਾਹਰ ਕੱਢਣ ਦਾ ਮੌਕਾ ਬੋਲੋ ਜੀ ਨਹੀਂ ਮਿਲਦਾ ਕਲਾ ਹਰ ਇੱਕ ਵਿੱਚ ਹੈ ਕੋਈ ਵੱਖਰਾ ਨਹੀਂ ਬਣਾਇਆ ਪਰਮੇਸ਼ਰ ਨੇ ਵੀ ਉਹਦੇ ਕੋਈ ਜ਼ਿਆਦਾ ਹੈ ਤੁਸੀਂ ਕਲਾ ਨੂੰ ਕੱਢ ਨਹੀਂ ਪਾਏ ਬਾਣੀ 'ਚ ਲਿਖਿਆ ਹੈ ਭੀਤਰ ਆਗਾ ਨ ਬਨਸਪਤ ਮੌਲੀ ਸਾਗਰ ਪੰਡੇ ਪਾਇਆ ਚੰਦ ਸੂਰਜ ਤੋਂ ਇਹ ਘਰ ਬੰਦਿਆ ਤੇਰੇ ਅੰਦਰ ਤੂੰ ਤਾਂ ਬਾਹਰਲੇ ਸੂਰਜ ਨੂੰ ਸਿਰੇ ਉੱਠ ਕੇ ਨਮਸਕਾਰਾਂ ਕਰਦਾ ਤੂੰ ਤਾਂ ਚੰਦਰਮਾ ਨੂੰ ਬਾਹਰੋਂ ਹੀ ਮੱਥੇ ਟੇਕੀ ਜਾਂਦਾ ਤੇਰੇ ਅੰਦਰ ਵੀ ਚੰਦਰਮਾ ਹੈ ਤੇਰੇ ਅੰਦਰ ਵੀ ਸੂਰਜ ਹੈ ਕਦੀ ਆਪਣੇ ਅੰਦਰ ਦੇ ਅੜਾ ਅੰਦਰ ਦਾ ਸੂਰਜ ਸੀ ਨਾ ਐਸ ਕਿਸਾਨੀ ਅੰਦੋਲਨ ਚ ਅਸੀਂ ਪ੍ਰਤੱਖ ਵੇਖਿਆ ਦਿੱਲੀ ਦੇ ਬਾੜਾਂ ਤੇ 10 ਸਾਲ ਦਾ ਬੱਚਾ ਵੀ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਦੇ ਰਿਹਾ 80 ਸਾਲ ਦੀ ਸਾਡੀ ਬੇਬੇ ਜਿਹਦੇ ਬਾਰੇ ਘਰ ਚ ਇਹੋ ਕਹਿੰਦੇ ਸੀ ਤੇ ਚੁੱਲ੍ਹੇ ਚੋਂਕੇ ਤੇ ਰੋਟੀਆਂ ਪਕਾਉਣ ਜਾਂਦੀ ਏ ਜਦੋਂ ਉਹਦੇ ਗਾੜੀ ਮਾਈਕ ਕੀਤਾ ਤੇ ਪੱਤਰਕਾਰ ਨਾਲ ਉਹ ਵੀ ਗੱਲਬਾਤ ਕਰ ਸਕਦੀ ਹੈ ਜਿਹੜੇ ਨੌਜਵਾਨ ਨੂੰ ਸਾਡੇ ਪਿੰਡ ਦੇ ਇਲਾਕੇ ਦੇ ਲੋਕ ਆਂਦੇ ਸੀ ਤੇ ਨਸ਼ੇੜੀ ਐ ਇਹ ਤੇ ਅਮਲੀ ਐ ਇਹਨੂੰ ਕੀ ਪਤਾ ਹੈ ਜਦੋਂ ਉਹਦੇ ਗਾੜੀ ਪੱਤਰਕਾਰ ਆਣ ਕੇ ਮਾਈ ਕਰਦਾ ਉਹ ਹੈਰਾਨ ਹੋ ਜਾਂਦਾ ਵੀ ਕੀ ਆ ਬਾਤ ਐ ਜੀ ਇਹ ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਨੇ ਸੱਚ ਐ ਬਜ਼ੁਰਗੋ ਨੌਜਵਾਨ ਵੀਰੋ ਜਿਹੜੇ ਤੁਹਾਡੇ ਵਿੱਚੋਂ ਦਿੱਲੀ ਦੇ ਬਾਡਰਾਂ ਤੇ ਗਏ ਹੁਣ ਪਤਾ ਹੋਏਗਾ ਸਾਨੂੰ ਸਾਲ ਸਵਾ ਸਾਲ ਹੋ ਗਏ ਉੱਥੇ ਬੈਠਿਆ ਨੇ ਅਸੀਂ ਇੱਕ ਅੰਦਾਜ਼ਾ ਲਾ ਕੇ ਵੇਖਿਆ ਮੋਦੀ ਦਾ ਸਾਨੂੰ ਕੇਂਦਰ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਜਿਹੜੀ ਪੰਜਾਬ ਦੀ ਛੁਪੀ ਹੋਈ ਕਲਾ ਇਨ੍ਹਾਂ ਬਾੜਾਂ ਤੇ ਬਹਿਣ ਨਾਲ ਸਮਾਜ ਦੇ ਸਾਹਮਣੇ ਪ੍ਰਗਟ ਹੋਈ ਇਨ੍ਹਾਂ ਹੁਨਰ ਸਾਹਮਣੇ ਬਿਠਾ ਹੈ ਇਨੀ ਕਲਾ ਸਾਹਮਣੇ ਬਿਠੇਆਂ ਸੀ ਇੰਨਾ ਕੁਝ ਆ ਸਾਡੇ ਕੋਲ ਸਾਡੀਆਂ ਮਾਵਾਂ ਕੋਲ ਸਾਡੀਆਂ ਬੱਚਿਆਂ ਕੋਲ ਸਾਡੀਆਂ ਬਜ਼ੁਰਗਾਂ ਦੇ ਕੋਲ ਇਨੀ ਵਿਚਾਰ ਹੈ ਵੀ ਇੱਕ ਸਧਾਰਨ ਬੰਦਾ ਵੀ ਸਵਾਲਾਂ ਦੇ ਇਹ ਕੱਲੇ ਤਿੰਨ ਕਾਲੇ ਕਾਨੂੰਨ ਨਹੀਂ ਬੜਾ ਕੁਝ ਇਹਦੇ ਨਾਲ ਨਿਖਰ ਕੇ ਸਾਹਮਣੇ ਆਇਆ ਹੈ ਆ ਜਦੋਂ ਗੋੜ ਬਣਾਇਦਾ ਹੈ ਨਾ ਜਿਨ੍ਹਾਂ ਨੇ ਆਪਣੇ ਹੱਥੀਂ ਗੋੜ ਤਿਆਰ ਕੀਤਾ ਹੋਵੇ ਜਦੋਂ ਉਹਨੂੰ ਰੌ ਨੂੰ ਰਿੰਨੀ ਦਾ ਹੈ ਨਾ ਕਿੰਨੀ ਮੈਲ ਬਾਹਰ ਨਿਕਲਦੀ ਹੈ ਜੀ ਜਿੰਨਾ ਰਿੰਨੀ ਜਾਈਏ ਮੈਲ ਬਾਹਰ ਨਿਕਲਦੀ ਜਾਂਦੀ ਹੈ ਤੇ ਜਿੰਨੀ ਮੈਲ ਬਾਹਰ ਨਿਕਲੇ ਉਹਨਾਂ ਗੋੜ ਬੋਲੋ ਜੀ ਸਾਫ਼ ਹੁੰਦਾ ਹੈ ਇਹ ਜਿੰਨਾ ਰਿੰਨੀ ਜਾ ਰਹੇ ਹਾਂ ਉਹਨੀ ਮੈਲ ਬਾਹਰ ਨਿਕਲਦੀ ਜਾਂਦੀ ਹੈ ਤੇ ਸਾਫ਼ ਹੁੰਦੇ ਜਾ ਰਹੇ ਹਾਂ ਇਹ ਸਾਫ਼ ਹੁੰਦੇ ਜਾ ਰਹੇ ਇਹ ਲੱਗਦਾ ਹੈ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਸਮੱਸਿਆਵਾਂ ਦਾ ਨਾਮ ਜ਼ਿੰਦਗੀ ਹੈ ਜਿਹੜੇ ਬੰਦੇ ਨੇ 2 ਢਾਈ 3 4 ਇੰਚ ਦੇ ਗੱਡੇ ਤੋਂ ਬਿਨਾਂ ਕਦੀ ਜ਼ਮੀਨ ਤੇ ਸੌਂ ਕੇ ਨਹੀਂ ਵੇਖਿਆ ਉਹਨੂੰ ਕੀ ਪਤਾ ਜ਼ਮੀਨ ਤੇ ਸੌਣ ਦਾ ਜਿਹੜਾ ਜ਼ਮੀਨ ਤੇ ਬੰਦਾ ਸੌਂਦਾ ਉਹਦੇ ਨਾਲ ਬੀਦਦਾ ਕੀ ਹੈ ਜਿਹੜੇ ਬੰਦੇ ਨੇ ਕਦੀ ਆਪਣੀ ਗੱਡੀ ਤੋਂ ਬਿਨਾਂ ਕਾਰ ਤੋਂ ਬਿਨਾਂ ਕਦੀ ਬੱਸ ਵਿੱਚ ਸਫ਼ਰ ਨਹੀਂ ਕੀਤਾ ਉਹਨੂੰ ਕੀ ਪਤਾ ਬੱਸ ਵਿੱਚ ਸਫ਼ਰ ਕਰਨ ਵਾਲੇ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਾਡੇ ਤਾਂ ਲੀਡਰ ਉਦੋਂ ਨਾਟਕ ਕਰਦੇ ਆ ਨਾ ਬੱਸਾਂ 'ਚ ਬਹਿ ਕੇ ਸਫ਼ਰ ਕਰਨ ਦਾ ਜਦੋਂ ਇਲੈਕਸ਼ਨਾਂ ਦੇ ਦਿਨ ਆਉਂਦੇ ਨੇ ਪੀ ਲੋਕਾਂ ਦੇ ਨਾਲ ਆ ਜੀ ਅਸੀਂ ਪਰ ਪਾਤਸ਼ਾਹ ਜੀ ਨੇ ਇਹ ਕੰਮ ਨਹੀਂ ਸੀ ਕੀਤਾ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਆਮ ਦਰਮਿਆਨੇ ਪਰਿਵਾਰਾਂ ਵਿੱਚ ਬੈਠ ਕੇ ਵੀ ਗੱਲਬਾਤ ਕਰਨ ਦਾ ਸਲੀਕਾ ਤਰੀਕਾ ਸਾਨੂੰ ਸਿਖਾਇਆ ਸੀ ਕਿ ਕਿਦਾਂ ਜ਼ਿੰਦਗੀ ਨੂੰ ਜੂਣਾ ਹੈ ਕਿਦਾਂ ਆਪਣੇ ਆਪ ਨੂੰ ਸੂਝਵਾਨ ਬਣਾਉਣਾ ਹੈ ਕਿਦਾਂ ਆਪਣੇ ਅੰਦਰ ਦੀ ਛੁਪੀ ਹੋਈ ਕਲਾ ਨੂੰ ਬਾਹਰ ਕੱਢਣਾ ਹੈ ਕਦੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਜਦੋਂ ਬਾਣੀ ਚ ਪੜਦੇ ਨਾ ਮਸਕੰਗ ਭਗਨੰਤ ਸੈਲੰ ਕਰਦਮ ਤਰੰਤ ਪਪੀਲ ਕੈ ਮੱਛਰ ਵੀ ਪਹਾੜ ਤੋੜ ਸਕਦਾ ਹੈ ਇਹ ਗੁਰੂ ਅਰਜਨ ਸਾਹਿਬ ਦਾ ਵਾਕ ਹੈ ਹੁਣ ਮੱਛਰ ਦਾ ਅਰਥ ਕੀ ਹੈ ਜੇ ਮੱਛਰ ਪਹਾੜ ਤੋੜ ਵੀ ਲਊ ਇਹ ਚ ਤੁਹਾਨੂੰ ਤਾਂ ਮੈਨੂੰ ਸਿੱਖਿਆ ਕੀ ਮਿਲੀ ਇਹਦਾ ਮਤਲਬ ਹੈ ਜਿਹੜਾ ਮੱਛਰ ਬਿਰਤੀ ਵਾਲਾ ਜਿਵੇਂ ਮੱਛਰ ਹੈ ਹਵਾ ਅਜਾ ਜੋਰ ਨਾਲ ਤੁਸੀਂ ਕਪੜਾ ਮਾਰੋ ਨਾ ਮੱਛਰ ਮਰ ਜਾਂਦਾ ਹੈ ਆ ਕਈ ਕਮਜ਼ੋਰ ਜਿਹੇ ਨਹੀਂ ਹੁੰਦੇ ਕਮ ਦਿਲੇ ਜਿਹੇ ਬੰਦੇ ਕਦੀ ਨਾ ਆਪਣੇ ਆਪ ਨੂੰ ਕਮਜ਼ੋਰ ਸਮਝੋ ਜਦੋਂ ਤੁਹਾਨੂੰ ਸਿੱਖਿਆ ਮਿਲ ਗਈ ਤੁਸੀਂ ਵੀ ਪਹਾੜ ਦਾ ਪੱਥਰ ਦਾ ਚਟਾਨ ਦਾ ਡਟ ਕੇ ਮੁਕਾਬਲਾ ਕਰ ਸਕਦੇ ਹੋ ਚਟਾਨਾ ਹੀ ਨਹੀਂ ਆ ਜਿਹੜੀਆਂ ਵਿਵਪਤਾਵਾਂ ਆਉਂਦੀਆਂ ਨੇ ਚਿੰਤਾਵਾਂ ਆਉਂਦੀਆਂ ਨੇ ਝੋਰੇ ਆਉਂਦੇ ਨੇ ਜਿਹੜੀਆਂ ਮਨੁੱਖ ਦੀ ਜ਼ਿੰਦਗੀ 'ਚ ਮੁਸ਼ਕਲਾਂ ਆਉਂਦੀਆਂ ਨੇ ਇਹ ਕੀ ਹੈ ਇਹ ਪਹਾੜੀ ਤੇ ਹੈ ਪੱਥਰੀ ਤੇ ਨਹੀਂ ਜਿਹੜੇ ਸਾਡੇ ਅਣਕੇ ਸਾਹਮਣੇ ਖਲੋ ਜਾਂਦੇ ਨੇ ਭਨ ਦੇ ਨੂੰ ਪਿੰਗਲ ਪਰਬਤ ਪਾਰ ਪਰੇ ਖਾਲ ਚਤੁਰਬਕੀਤਾ ਪਿੰਗਲ ਪਿੰਗਲਾ ਵੀ ਪਹਾੜ ਚੜ ਸਕਦਾ ਹੈ ਇਹ ਕਿਹੜਾ ਪਿੰਗਲਾ ਜੀ ਬੋਡੀ ਕਰਕੇ ਸਰੀਰ ਕਰਕੇ ਨਹੀਂ ਜਿਹੜਾ ਮਨ ਕਰਕੇ ਪਿੰਗਲਾ ਅਪਾਜ ਬੰਦਾ ਜਿਹੜਾ ਹੁੰਦਾ ਹੈ ਉਹ ਤਨ ਕਰਕੇ ਨਹੀਂ ਅਪਾਜ ਬੰਦਾ ਮਨ ਕਰਕੇ ਹੁੰਦਾ ਹੈ ਕਈ ਬੰਦੇ ਤੁਸੀਂ ਵੇਖੇ ਹੋਣੇ ਨੇ ਸਰੀਰ ਦੇ ਅੰਗ ਨਹੀਂ ਕੰਮ ਕਰਦੇ ਪਰ ਬ੍ਰੇਨ ਬਹੁਤ ਕੰਮ ਕਰਦਾ ਹੈ ਪਰ ਕਈਆਂ ਦੇ ਸਰੀਰ ਦੇ ਅੰਗ ਬਿਲਕੁਲ ਨਰੋਏ ਹੁੰਦੇ ਨੇ ਦਿਮਾਗ ਪੱਖੋਂ ਅਪਾਜ ਹੁੰਦੇ ਪਤਾ ਹੀ ਕੱਖ ਨਹੀਂ ਉਹਨਾਂ ਨੂੰ ਜ਼ਿੰਦਗੀ ਜੂਣ ਦਾ ਕੋਈ ਤਰੀਕਾ ਸਲੀਕਾ ਹੀ ਹੈ ਨਹੀਂ ਪਰ ਕਈਆਂ ਦੀ ਕਲਾ ਤੁਸੀਂ ਵੇਖੋ ਕਈਆਂ 'ਚ ਬਹੁਤ ਕੁਝ ਛੁਪਿਆ ਹੁੰਦਾ ਬੰਦਾ ਅਪਾਹ ਜਿਹੜਾ ਹੈ ਨਾ ਉਹ ਬ੍ਰੇਨ ਤੋਂ ਹੈ ਵਿਚਾਰਾਂ ਤੋਂ ਹੈ ਪਿੰਗਲ ਪਰਬਤ ਪਾਰ ਪਰੇ ਜਿਹੜਾ ਮਨ ਕਰਕੇ ਪਿੰਗਲਾ ਸੀ ਜਿਹੜਾ ਉਹ ਵੱਡੇ ਵੱਡੇ ਪਹਾੜ ਚੜ ਸਕਦਾ ਹੈ ਪਿੰਗਲ ਪਰਬਤ ਪਾਰ ਪਰੇ ਖਲ ਖਲ ਕਹਿੰਦੇ ਮੂਰਖ ਨੂੰ ਚਤੁਰ ਬਕੀਤਾ ਮੂਰਖ ਵੀ ਚੰਦਰ ਚੰਗਾ ਵਕਤਾ ਬਣ ਸਕਦਾ ਹੈ ਚੰਗਾ ਬੁਲਾਰਾ ਬਣ ਸਕਦਾ ਇਹ ਤੇ ਅਸੀਂ ਵੇਖਿਆ ਹੈ ਨਾ ਸਾਡੇ ਸਾਹਮਣੇ ਦੀਆਂ ਗੱਲਾਂ ਨੇ ਤੁਸੀਂ ਵੇਖਦੇ ਹੋ ਪੱਤਰਕਾਰ ਤਾਂ ਘਰੋਂ ਤਿਆਰੀ ਕਰਕੇ ਆਉਂਦੇ ਨੇ ਪੂਰੀ ਪਲੈਨਿੰਗ ਨਾਲ ਸਵਾਲ ਬਣਾ ਕੇ ਆਉਂਦੇ ਨੇ ਪਰ ਜਿਹਦੇ ਗਾੜੀ ਮਾਇਕ ਕਰ ਰਹੇ ਉਹਨੂੰ ਕੀ ਪ ਤਦ ਹੀ ਪੁੱਛਿਆ ਵੀ ਤੈਨੂੰ ਮੇਰੇ ਸਵਾਲ ਦਾ ਜਵਾਬ ਆਉਂਦਾ ਪਰ ਪੱਤਰਕਾਰ ਸੀ ਭਾਈ ਦੇ ਵੇਖੇ ਦਿੱਲੀ ਦੇ ਬਾਦਰਾਂ ਤੋਂ ਜਿਹੜੇ ਘਰੋਂ ਤਿਆਰੀ ਕਰਕੇ ਆਏ ਸੀ ਸਵਾਲ ਕਰਨ ਵਾਲੇ ਉਹ ਭਾਈ ਦੇ ਵੇਖੇ ਪਰ ਜਿਹੜੀਆਂ ਮਾਵਾ ਬਜ਼ੁਰਗ ਸਾਡੇ ਰੋੜਾਂ ਤੇ ਝਾੜੂ ਫੇਰ ਰਹੇ ਸੀ ਉਹਨਾਂ ਦੇ ਸਵਾਲਾਂ ਦੇ ਜਵਾਬ ਹੱਸ ਕੇ ਦੇ ਦੇਣ ਕਿਉਂ ਕਿ ਇੱਥੇ ਪ੍ਰੈਸ਼ਰ ਕੋਈ ਨਹੀਂ ਸੀ ਐ ਰੈਲੈਕਸ ਹੋ ਕੇ ਉਹ ਆਪਣਾ ਕੰਮ ਕਰ ਰਹੇ ਸੀ ਗੁਰੂ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਬਖਸ਼ਿਸ਼ ਕੀਤਾ ਏਕ ਪਿਤਾ ਏਕ ਸਕੇ ਹਮ ਬੋਲੋ ਸਾਰੇ ਇੱਕ ਪਿਤਾ ਇੱਕ ਇਸ ਕੇ ਹਮ ਸਾਨੂੰ ਅਸੀਂ ਆਪਣੇ ਗੁਰੂ ਤੇ ਜਿੰਨਾ ਮਾਨ ਕਰੀਏ ਉਹਨਾਂ ਥੋੜਾ ਦੁਨੀਆ ਅੰਦਰ ਇਹ ਨਹੀਂ ਕਿਸੇ ਨੇ ਆਖਿਆ ਸਾਡਾ ਪਿਓ ਇੱਕ ਹੈ ਸਾਨੂੰ ਸਾਡੇ ਬਾਪੂ ਨੇ ਆਖਿਆ ਤੁਹਾਡਾ ਪਿਓ ਇੱਕ ਹੀ ਹੈ ਵੇਖੋ ਧਿਆਨ ਨਾਲ ਸੁਣਿਓ ਇਸ ਨੁਕਤੇ ਨੂੰ ਇੱਕ ਹੈ ਸਰੀਰ ਦਾ ਪਿਓ ਉਹ ਸਾਡਾ ਆਈਡੀ ਪ੍ਰੂਫ ਹੁੰਦਾ ਆਧਾਰ ਕਾਰਡ ਲਾਇਸੈਂਸ ਪਾਸਪੋਰਟ ਸਾਡੇ ਸਕੂਲ ਦੇ ਸਰਟੀਫਿਕੇਟ ਉਨਾਂ ਤੇ ਸਾਡੇ ਬਾਪ ਦਾ ਨਾਮ ਲਿਖਿਆ ਹੁੰਦਾ ਸਾਡੀ ਮਾਂ ਦਾ ਨਾਮ ਲਿਖਿਆ ਹੁੰਦਾ ਸਰੀਰ ਦੇ ਮਾਪੇ ਸਾਡੇ ਸਾਰਿਆਂ ਦੇ ਅਲੱਗ-ਅਲੱਗ ਨੇ ਪਰ ਜਦੋਂ ਸਾਡੇ ਅੰਦਰ ਦੀ ਗੱਲ ਕੀਤੀ ਸਾਡੇ ਮਨ ਦੀ ਗੱਲ ਕੀਤੀ ਉਦੋਂ ਕੀ ਆਖਿਆ ਭਲਾ ਸਾਡਾ ਸਾਰਿਆਂ ਦਾ ਪਿਓ ਏਕੀ ਹੈ ਕਿਉਂਕਿ ਪੰਜ ਤਤ ਜਿਹੜਾ ਤੁਹਾਡੇ ਘਰ ਚ ਕੰਮ ਕਰਦਾ ਮਜ਼ਦੂਰ ਉਹਦੇ ਉਹਦੇ ਅੰਦਰ ਵੀ ਪੰਜੇ ਤਤ ਨੇ 500 ਕਿਲੀ ਜਮੀਨ ਦਾ ਮਾਲਕ ਵੀ ਪੰਜਾਂ ਤਤਾਂ ਦਾ ਹੈ ਦਸਾਂ ਫੈਕਟਰੀਆਂ ਦਾ ਮਾਲਕ ਵੀ ਪੰਜਾਂ ਤਤਾਂ ਦਾ ਤੇ ਉਹਦੇ ਕਾਰਖਾਨੇ 'ਚ ਇੱਕ ਸਭ ਤੋਂ ਛੋਟਾ ਵਰਕਰ ਕੰਮ ਕਰਨ ਵਾਲਾ ਉਹਦੇ ਅੰਦਰ ਵੀ ਪੰਜ ਤਤ ਨੇ। ਸਤਗੁਰ ਦੀ ਬਾਣੀ ਨੇ ਬੜਾ ਪਿਆਰਾ ਫਰਮਾਇਆ ਕਹਿੰਦੇ ਏਕ ਪਿਤਾ ਅਸੀਂ ਸਾਰੇ ਇਹ ਉਸ ਇੱਕ ਬਾਪੂ ਦੇ ਪੁੱਤਰਾਂ। ਏਕ ਪਿਤਾ ਏਕ ਸਕੇ ਹਮ ਬਾਰਗ ਏਕ ਪਿਤਾ ਏਕ ਸਕੇ ਹਮ ਬਾਰਗ ਤੇ ਤੂੰ ਮੇਰਾ ਗੋਰਹਾਈ ਫਿਰ ਤੂੰ ਮੇਰਾ ਕੀ ਲੱਗਿਆ? ਬੋਲ ਕੇ ਦੱਸਿਓ ਜੀ। ਜੋ ਪਿਓ ਇੱਕ ਆ ਤੇ ਫਿਰ ਬਾਕੀ ਉਹ ਉਹ ਸਾਡਾ ਕੀ ਲੱਗਾ ਭਰਾ ਜਿਹੜਾ ਸਾਡੇ ਕੰਮ ਵੀ ਕਰਦਾ ਉਹ ਕੀ ਲੱਗਾ ਫਿਰ ਸਾਡਾ ਭਰਾ ਲੱਗਾ ਨਾ ਹੁਣ ਜੇ ਐਸ ਨੁਕਤੇ ਨੂੰ ਸਮਝੀਏ ਕੋਈ ਬੰਦਾ ਦੂਜੇ ਦਾ ਹੱਕ ਮਾਰੇਗਾ ਕਹੇਗਾ ਤੂੰ ਮੇਰਾ ਭਰਾ ਹੈ ਭਾਈ ਤੂੰ ਤੇ ਮੇਰਾ ਭਰਾ ਹੈ ਫਰਕ ਇਹ ਹੈ ਕਿ ਸਰੀਰ ਤੇਰਾ ਕਿਸੇ ਹੋਰ ਮਾਰਾਂ ਹੀ ਦੁਨੀਆ ਤੇ ਆਇਆ ਮੇਰਾ ਕਿਸੇ ਹੋਰ ਮਾਰਾਂ ਹੀ ਆਇਆ ਹੈ ਪਰ ਹੈਗੇ ਆਪਾਂ ਸਾਰੇ ਭਰਾ ਹਾਂ ਅਸੀਂ ਇੱਕੇ ਪਿਓ ਦੇ ਪੋਤੇ ਆ ਭਾਈ ਸਾਨੂੰ ਇੱਕੇ ਮਾਲਕ ਨੇ ਪੈਦਾ ਕੀਤਾ ਇੱਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਤੂੰ ਸਾਡਾ ਸਾਰਿਆਂ ਦਾ ਸਾਂਝਾ ਬਾਪ ਐ ਪਿਓ ਐ ਜਦੋਂ ਇਹ ਚੀਜ਼ਾਂ ਜ਼ਿੰਦਗੀ ਚ ਮਨੁੱਖ ਸਿੱਖ ਲਵੇ ਕਿੰਨੀ ਆਪਣਤਾ ਹੈ ਵੇਖੋ ਸਾਧ ਸੰਗਤ ਜੀ ਧਿਆਨ ਨਾਲ ਸੁਣਿਓ ਪਾਤਸ਼ਾਹ ਜੀ ਨੂੰ ਦੁਨੀਆਂ ਦਾ ਦੁੱਖ ਆਪਣਾ ਲੋ ਕਿਉਂ ਲੱਗਾ ਤੁਸੀਂ ਰੋਡ ਤੇ ਜਾਂਦੇ ਹੋ ਤੁਸੀਂ ਰੋਜ਼ ਖਬਰਾਂ ਪੜ੍ਹਦੇ ਹੋ ਐਦਾ ਪੇਪਰ ਪੜ੍ਹਦੇ ਸਵੇਰੇ ਉੱਠ ਕੇ ਅਖਬਾਰ ਵਿੱਚ ਘਟਨਾਵਾਂ ਵਾਪਰਦੀਆਂ ਨੇ ਰੋਜ਼ ਆਪਾਂ ਪੜ੍ਹਦੇ ਆ ਕਿਤੇ ਐਕਸੀਡੈਂਟ ਹੋ ਗਿਆ ਦੋ ਦੀ ਡੈਥ ਹੋ ਗਈ ਪੂਰਾ ਪਰਿਵਾਰ ਕਿਤੇ ਜਾ ਰਿਹਾ ਸੀ ਘਟਨਾਵਾਂ ਵਾਪਰਦੀਆਂ ਆਪਾਂ ਰੋਜ਼ ਪੜ੍ਹਦੇ ਆ ਇਮਾਨਦਾਰੀ ਨਾਲ ਸੋਚਿਓ ਸਾਨੂੰ ਕਿੰਨਾ ਕੁ ਦੁੱਖ ਹੁੰਦਾ ਹੈ ਪੜ੍ਹਦੇ ਆ ਨਾਲ ਨਾਲ ਚਾਹ ਪੀ ਜਾਂਦੇ ਆ ਪਰ ਜੇ ਉਹ ਖਬਰ ਕਿਸੇ ਆਪਣੇ ਦੀ ਹੋਵੇ ਫਿਰ ਇਹਦਾ ਖਬਰ ਪੜ੍ਹਦੇ ਆ ਪੜ੍ਹਦੇ ਚਾਹ ਪੀਤੀ ਜਾ ਸਕਦੀ ਹੈ ਫਿਰ ਬੰਦਾ ਪਮੜਾ ਹੋ ਜਾਂਦਾ ਕਿਉਂ ਪਤਾ ਸੀ ਮੇਰਾ ਆਪਣਾ ਰਿਲੇਸ਼ਨ ਸੀ ਉਹਦੇ ਨਾਲ ਮੇਰਾ ਆਪਣਾ ਸਬੰਧ ਵਾਲਾ ਸੀ ਕਿਉਂ ਉੱਥੇ ਮੈਨੂੰ ਇਹ ਲੱਗਾ ਮੇਰੇ ਤਾਇ ਦਾ ਪੋਤਾ ਮੇਰੇ ਚਾਚੇ ਦਾ ਪੋਤਾ ਮੇਰੇ ਭੂਆ ਦਾ ਪੋਤਾ ਮੇਰਾ ਫਲਾਣਾ ਦੋਸਤ ਜਿਹੜਾ ਮੇਰਾ ਜਿਗਰੀ ਯਾਰ ਸੀ ਉਹਦੇ ਨਾਲ ਇਹ ਘਟਨਾ ਵਾਪਰ ਗਈ ਹੈ ਪਰ ਇਹ ਵਾਪਰੀ ਕਿਹਦੇ ਨਾਲ ਦੂਰ ਦੀ ਹੈ ਜੇ ਫੀਲਿੰਗ ਜੇ ਗੁਰੂ ਪਾਤਸ਼ਾਹ ਜੀ ਨੂੰ ਇਹ ਫੀਲਿੰਗ ਸੀ ਜਦੋਂ ਚਮਕੌਰ ਸਾਹਿਬ ਦੀ ਗੜੀ ਚੋਂ ਨਿਕਲੇ ਨੇ ਇਹ ਦਰਬ ਸੀ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਲਾਗੂ ਦੀ ਲੰਘੇ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਗਏ ਨੇ ਅੱਜ ਸੀ ਬਹੁਤ ਦੂਰ ਜਾ ਚੁੱਕੇ ਆ ਸਾਧ ਸੰਗਤ ਜੀ ਜੇ ਸਰੀਰਿਕ ਪਦਾਰਥਾਂ ਦੀ ਗੱਲ ਕਰੀਏ ਮਨੁੱਖ ਦੇ ਕੋਲ ਸਭ ਕੁਝ ਹੈ ਖਾਣ ਲਈ ਚੰਗੇ ਪਕਵਾਨ ਨੇ ਰਹਿਣ ਲਈ ਚੰਗੇ ਘਰ ਨੇ ਚੜ੍ਹਨ ਲਈ ਚੰਗੀਆਂ ਗੱਡੀਆਂ ਨੇ ਪਰ ਬੇਚੈਨੀ ਕਿਉਂ ਹੈ ਕਦੀ ਸੋਚ ਕੇ ਵੇਖਿਓ ਮਨੁੱਖ ਅੰਦਰੋਂ ਆਵਾਜ਼ ਆ ਰਿਹਾ ਕਿਉਂ ਹੈ ਕਿਉਂਕਿ ਮੈਂ ਆਪਣੇ ਤਨ ਦੇ ਸੌਣ ਲਈ ਤਾਂ ਬੈੱਡ 50 60 70 ਹਜ਼ਾਰ ਲੱਖ ਦਾ ਖਰੀਦ ਲਿਆਂਦਾ ਪਰ ਜਿਸ ਬੈੱਡ ਤੇ ਮੇਰੇ ਮਨ ਨੇ ਸੌਣਾ ਸੀ ਉਹ ਬੈੱਡ ਤੇ ਮੈਂ ਚੰਗਾ ਬਣਾਇਆ ਹੀ ਨਾ ਤੁਸੀਂ ਉਹ ਕਹੋਗੇ ਮਨ ਵੀ ਕਿਸੇ ਬੈੱਡ ਤੇ ਸੌਂਦੇ ਹਾਂਜੀ ਫਰੀਦਾ ਚਿੰਤ ਖਟੋਲਾ ਚਿੰਤਾ ਦੀ ਮੰਜੀ ਤੇ ਸੌਂਦਾ ਹੈ ਮਨ ਵਾਣ ਦੁਖ ਦੁੱਖਾਂ ਦਾ ਵਾਣ ਹੈ ਦੁਖ ਵਾਣ ਹੈ ਚਿੰਤਾ ਦੀ ਮੰਜੀ ਹੈ ਫਰੀਦਾ ਚਿੰਤ ਖਟੋਲਾ ਵਾਣ ਦੁਖ ਬਰੇ ਵਿਸ਼ਾਵਣ ਲੈ ਸੱਚ ਨਾਲੋਂ ਵਿਛੋੜਾ ਪੈ ਗਿਆ ਇਹ ਤਲਾਈ ਤੇ ਰਜਾਈ ਹੈ ਇਹ ਹਮਾਰਾ ਜੀਵਨ ਆ ਸਾਰੇ ਬੋਲੋ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਸੱਚਿਆ ਸਹਬਾ ਲੋਕਾਂ ਨੂੰ ਮੇਰੇ ਘਰ ਦਾ ਵੱਡਾ ਬੈਡ ਤੇ ਦਿਖਦਾ ਹੈ ਵੱਡੀ ਗੱਡੀ ਤੇ ਦਿਸਦੀ ਹੈ ਪਰ ਇਹ ਥੋੜਾ ਪਤਾ ਹੈ ਰਾਤ ਨੂੰ ਮੈਂ ਚਿੰਤਾ ਦੀ ਮੰਜੀ ਤੇ ਵੀ ਸੌਂਨਾ ਹਾਂ ਤਨ ਬੈੱਡ ਤੇ ਸੌਂਦਾ ਹੈ ਮਨ ਚਿੰਤਾ ਦੀ ਮੰਜੀ ਤੇ ਸੌਂਦਾ ਹੈ ਜਿਦਨੇ ਮਨ ਅਸ਼ਾ ਇਹਦੀ ਚਿੰਤਾ ਦੀ ਮਿਲ ਚਿੰਤ ਖਟੋਲਾ ਫਟੋਲਾ ਕਹਿੰਦੇ ਮੰਜੀ ਨੂੰ ਦੁਖਵਾਣ ਹੁਣ ਤਾਂ ਬੈੱਡ ਆ ਗਏ ਨੇ ਪਲਾਈਆਂ ਲਗੀਆਂ ਨੇ ਮਹਿੰਗੀ ਮਹਿੰਗੀ ਲੱਕੜ ਐ ਪਹਿਲਾਂ ਵਾਣ ਦੇ ਮੰਜੇ ਹੁੰਦੇ ਸੀ ਨਾ ਕਿਉਂ ਸਾਸਨ ਜੀ ਬੋਲੋ ਜੀ ਹੁਣ ਤਾਂ ਪੰਜਾਬ ਚ ਵੀ ਦੱਸਣਾ ਪੈਂਦਾ ਜੀ ਪਹਿਲਾਂ ਵਾਣ ਦੇ ਮੰਜੇ ਹੁੰਦੇ ਸੀ ਪੰਜਾਬ ਦੇ ਵਾਸੀ ਨੂੰ ਵੀ ਦੱਸਣਾ ਪੈ ਰਿਆ ਵੀ ਪਹਿਲਾਂ ਕਿਉਂਕਿ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਵਾਣ ਦੇ ਮੰਜੇ ਕੋਈ ਕੋਠੀ ਪਾਲਿਕਾ ਦੇ ਵਾਣ ਦਾ ਮੰਜਾ ਚੱਲ ਬਾਹਰ ਜਦੋਂ ਤੱਕ ਬਾਪੂ ਹੈਗਾ ਕਹਿੰਦਾ ਠੀਕ ਐ ਮੰਜਾ ਕਰ ਰੋ ਜਦੋਂ ਬਾਪੂ ਚੜਾਏਗਾ ਕਹਿੰਦੇ ਬਾਪੂ ਜੀ ਇਹ ਮੰਜਾ ਤੁਹਾਡੇ ਨਾਲ ਹੀ ਐ ਬੇਬੇ ਜੀ ਇਹ ਮੰਜਾ ਬੋਲੋ ਭਾਈ ਇਹ ਮੰਜਾ ਕਿਉਂਕਿ ਬਾਪੂ ਕਹਿੰਦਾ ਵੇਖੋ ਮੈਂ ਤੁਹਾਡੇ ਅਸਤੇ ਜੇ ਫਟੇ ਤੇ ਨਹੀਂ ਸੌ ਸਕਦਾ ਮੈਨੂੰ ਮੰਜਾ ਚਾਹੀਦਾ ਲੱਕ ਥੋੜਾ ਜਿਹਾ ਮੇਰਾ ਝੁਗਿਆ ਹੋਵੇ ਮੈਨੂੰ ਦਰਦ ਹੁੰਦੀ ਹੈ ਘਰਾਂ ਚ ਮੰਜੇ ਲੱਭਦੇ ਆ ਉਹਨਾਂ ਘਰਾਂ ਜਿੱਥੇ ਮਾਂ ਹੈਗੀ ਹੈ ਜਿੱਥੇ ਬਾਪੂ ਹੈਗਾ ਹੈ ਜਿੱਥੇ ਘਰ ਚ ਬੇਬੇ ਹੈਗੀ ਹੈ ਉਹ ਜਿਉਂ-ਜਿਉਂ ਬੇਬੇ ਬਾਪੂ ਹੌਲੀ-ਹੌਲੀ ਤੁਰਦੇ ਜਾਂਦੇ ਆ ਤੇ ਮੰਜੇ ਵੀ ਹੌਲੀ-ਹੌਲੀ ਘਰੋਂ ਬਾਹਰ ਬੋਲੋ ਜੀ ਨਿਕਲਦੇ ਜਾਂਦੇ ਆ ਫਿਰ ਜਿਵੇਂ ਆਪਾਂ ਸ਼ਹਿਰਾਂ 'ਚ ਦੱਸਣਾ ਪੈਂਦਾ ਹੁਣ ਜਦੋਂ ਦਿੱਲੀ ਅਸੀਂ ਵਿਚਾਰ ਕਰਦੇ ਹਾਂ ਉੱਥੇ ਤਾਂ ਬਹੁਤ ਵੱਡੀ ਗੱਲ ਹੈ ਨਾ ਵੀ ਵਾਣ ਦਾ ਮੰਜਾ ਇਹ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਵੀ ਦੱਸਣਾ ਪਿਆ ਕਰਨਾ ਜੀ ਵਾਣ ਦਾ ਮੰਜਾ ਅੱਛਾ ਬੱਚਿਆਂ ਨੇ ਪੁੱਛਿਆ ਮਾਂ ਵਾਣ ਕੀ ਹੁੰਦਾ ਅੱਛਾ ਮੰਜਾ ਬੁਣਿਆ ਕਹਿੰਦਾ ਹੁਣ ਤਾਂ ਮੰਜਾ ਬਣਾਉਂਦਾ ਮਿਸਤਰੀ ਤੇ ਆ ਮੇਰੇ ਬਜ਼ੁਰਗ ਬੈਠੇ ਬਾਪੂ ਪਹਿਲਾਂ ਮੰਜੇ ਕੌਣ ਬੁਣਦਾ ਸੀ ਘਰਾਂ 'ਚ ਘਰਾਂ ਚ ਆਪ ਹੀ ਬੁਣ ਲੀਦੇ ਘਰੋਂ ਬਾਜ਼ਾਰੋਂ ਜਾ ਕੇ ਵਾਣ ਲੈ ਆਉਣਾ ਮੰਜੇ ਬਣਾ ਲੈਣੇ ਘਰ ਚ ਬੇਬੇ ਬਾਪੂ ਆਪਣੇ ਮੰਜੇ ਆਪ ਬੁਣ ਲੈਂਦੇ ਸੀ ਫਿਰ ਘਰ ਚ ਚਾਰ ਜੀਆ ਮੰਜੇ ਘਰ ਚ 15 10 ਕਿਉਂ ਕਹਿੰਦੇ ਘਰ ਕੋ ਆਇਆ ਗਿਆ ਵੀ ਹੁੰਦਾ ਬਈ ਕੋ ਆਇਆ ਗਿਆ ਮੰਜਾ ਮੰਗਾ ਕੇ ਕਿਸੇ ਘਰੋਂ ਇਹ ਸਾਡੀ ਬੜੀ ਪਿਆਰੀ ਸਾਂਝ ਸੀ ਕਿਸੇ ਘਰ ਵਿਆਹ ਹੋਣਾ ਪਿੰਡਾਂ ਦਾ ਇਹ ਇਹ ਕਲਚਰ ਸੀ ਇਹ ਅਮੀਰੀ ਸੀ ਸਾਡੇ ਪਿੰਡਾਂ ਦੀ ਵੀ ਵਿਆਹ ਕਿਸੇ ਘਰ ਹੈ ਮੇਰੀ ਨਹੀਂ ਵੀ ਬਣਦੀ ਅਸੀਂ ਉਹਦੇ ਘਰ ਪਾਠ ਰੱਖਿਆ ਕਹਿੰਦਾ ਚੱਲ 2 ਲੀਟਰ ਦੁੱਧ ਨਾਲ ਜਾਲੇ ਮੱਥਾ ਟੇਕਾਵਾਂਗੇ ਨਾਲੇ 2 ਲੀਟਰ ਦੁੱਧ ਦੇਵਾਂਗੇ ਜਿੱਦਣ ਅਗਲੇ ਦੇ ਘਰ ਬਰਾਤ ਆਉਣੀ ਹੁੰਦੀ ਸੀ ਜਾਂ ਬਰਾਤ ਜਾਣੀ ਹੁੰਦੀ ਸੀ ਇਹ 90 92 ਦੀਆਂ ਗੱਲਾਂ ਕਿਸੇ ਨੂੰ ਦੁੱਧ ਮੁੱਲ ਲੈਣ ਦੀ ਲੋੜ ਉੱਚੀ ਬੋਲਿਆ ਜੀ ਨਹੀਂ ਸੀ ਪਿੰਦੀ ਅੱਜ ਇੱਕ ਭਰਾ ਦੇ ਪੁੱਤਰ ਦੀ ਦਾ ਅਨੰਦ ਕਰਜ ਹੈ ਦੂਜਾ ਭਰਾ ਡੇਰੀ ਪਾਉਣ ਦੁੱਧ ਜਾ ਰਿਹਾ ਹੈ ਕਹਿੰਦਾ ਤੂੰ ਨਹੀਂ ਲੈ ਕੇ ਜਾਂਦਾ ਕਹਿੰਦਾ ਮੇਰੀ ਉਹਦੇ ਨਾਲ ਬਣਦੀ ਨਹੀਂ ਇਹ ਸਾਡਾ ਕਲਚਰ ਹੈ ਕੀ ਹੈ ਜੀ ਅਮੀਰੀ ਹੈ ਮੈਂ ਪੰਜਾਂ ਤਖਤਾਂ ਦੀ ਮਰਿਆਦਾ ਇੱਕ ਕਰਨਾ ਚਾਹੁੰਦਾ ਹਾਂ ਪਰ ਮੈਂ ਆਪਣੇ ਖੂਨ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਉਹ ਪੰਜ ਤਖਤਾਂ ਬਹੁਤ ਦੂਰ ਨੇ ਅਸੀਂ ਤਾਂ ਇਕੱਠੇ ਬੈਠੇ ਆ ਮਨ ਮਿਟਾ ਹੈ ਇੱਕ ਦੂਜੇ ਨਾਲ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਸਾਂਝ ਹੈ ਮਾਫ ਕਰਨਾ ਸੀ ਕਈ ਵਾਰੀ ਪਸ਼ੂ ਕਹਿ ਦਿੰਨੇ ਆ ਪਰ ਪਸ਼ੂ ਚੰਗੇ ਨੇ ਮੱਝ ਰਾਜਸਥਾਨ ਚੋਂ ਲਿਆਂਦੀ ਹੈ ਮੱਝ ਹਰਿਆਣੇ ਚੋਂ ਲਿਆਂਦੀ ਹੈ ਮੱਝ ਕੋਈ ਬੰਦਾ ਗੁਰਦਾਸਪੁਰੋਂ ਲੈ ਕੇ ਆਉਂਦਾ ਉਹ ਫਿਰ ਵੀ ਚਾਰ ਮੱਜਾਂ ਇੱਕੇ ਖੁਰਲੀ ਤੇ ਪੱਟੇ ਖਾਈ ਜਾਂਦੀਆਂ ਨੇ ਇੱਥੇ ਇੱਕ ਮਾਂ ਦੀ ਕੋਖ ਤੋਂ ਜਨਮ ਲੈਣ ਵਾਲਾ ਇੱਕ ਦੂਜੇ ਨਾਲ ਬੈਠ ਕੇ ਰੋਟੀ ਖਾਣ ਨੂੰ ਤਿਆਰ ਨਹੀਂ ਅਜੇ ਖਾਣੀ ਆਪੂ ਆਪਣੀ ਥਾਲੀ ਵਿੱਚੋਂ ਹੈ ਤੇ ਅਜੀ ਕਹਿ ਦਿੰਦੇ ਆ ਤੂੰ ਤੇ ਪਸ਼ੂ ਐ ਮੈਂ ਕਹਾ ਸ਼ੁਗਰ ਕਰੋ ਜੇ ਪਸ਼ੂ ਬੋਲਦੇ ਨਹੀਂ ਜੇ ਬੋਲਦੇ ਹੁਣ ਤੇ ਪਤਾ ਕੀ ਕਹਿਣਾ ਇਹ ਆਈ ਗਰਦਾਸਪੁਰ ਚੋਂ ਮੈਂ ਆਈ ਰਾਜਸਥਾਨ ਚੋਂ ਬੋਲੋ ਭਾਈ ਜਿਨ੍ਹਾਂ ਦਾ ਮੱਜਾਂ گاਵਾਂ ਦਾ ਮਾੜਾ ਮੁੜ ਕਾਰੋਬਾਰ ਐ ਮੱਝਾਂ ਖਾਵਾ ਜਿਹੜੀਆਂ ਆਪਣੇ ਘਰਾਂ ਚ ਹੁੰਦੀਆਂ ਵੱਖ-ਵੱਖ ਇਲਾਕਿਆਂ ਚੋਂ ਲਿਉਂਦੇ ਆਪਾਂ ਪਰ ਜਦੋਂ ਆਪਾਂ ਪੱਠੇ ਪਾਉਨੇ ਇੱਕੋ ਹੀ ਵੱਡੀ ਖੁਰਲੀ ਹੁੰਦੀ ਐ ਉਹ ਆਂਦੇ ਵੇਖੋ ਸਾਨੂੰ ਤੁਸੀਂ ਡੰਗਰ ਕਹਿੰਦੇ ਹੋ ਅਸੀਂ ਫੇ ਵੀ ਇੱਕ ਖੁਰਲੀ ਤੋਂ ਪੱਠੇ ਖਾ ਲੈਨੇ ਆ ਤੇ ਤੁਸੀਂ ਤੇ ਕਹਿੰਦੇ ਹੋ ਵੀ ਅਸੀਂ ਸਾਰੇ ਉਸ ਇੱਕ ਅੰਮਾ ਦੇ ਜਾਏ ਆ ਉਹ ਤੁਸੀਂ ਤਾਂ ਇੱਕ ਦੂਜੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਤੁਸੀਂ ਬੋਲਣ ਨੂੰ ਤਿਆਰ ਨਹੀਂ ਨੱਕ ਬੋਲ ਵਟ ਕੇ ਬੈਠੇ ਹੋ ਇਹ ਕਿਹਨੇ ਬਾਣੀ ਮੰਤਰ ਨਹੀਂ ਹੈ ਬਾਣੀ ਇੱਕ ਜ਼ਿੰਦਗੀ ਜੀਵਨ ਜਾਚ ਹੈ ਜ਼ਿੰਦਗੀ ਜੂਣ ਦਾ ਤਰੀਕਾ ਤੇ ਸਲੀਕਾ ਹੈ ਮੈਂ ਕਿਦਾਂ ਜ਼ਿੰਦਗੀ ਨੂੰ ਜੀਉਣਾ ਹੈ ਬਾਣੀ ਪੜ ਕੇ ਘਰਾਂ ਚ ਸੀਸੇ ਲਾਉਨੇ ਆ ਆਪਾਂ ਰੋਜ ਆਪਾਂ ਘਰ ਬਣਾਉਨੇ ਆ ਵਾਸ਼ ਪੇਸ਼ੰਤ ਤੇ ਸੀਸਾ ਜਿੱਥੇ ਆਪਾਂ ਤਿਆਰ ਹੋਣਾ ਹੁੰਦਾ ਉਥੇ ਸੋਹਣੇ ਸੀਸੇ ਲਾਉਨੇ ਆ ਵੀ ਮੈਂ ਪੱਗ ਵੱਧੀ ਐ ਮੈਂ ਕੱਪੜੇ ਪਾਏ ਆ ਤੁਸੀਂ ਵੇਖਿਆ ਕਈ ਵਾਰੀ ਆਪਾਂ ਆਪਣੇ ਘਰੋਂ ਬਾਹਰ ਨਿਕਲਣ ਲੱਗਿਆਂ ਵੀ ਵੱਡੇ ਸੀਸੇ ਲਾਏ ਹੁੰਦੇ ਆ ਵੀ ਮੇਰੀ ਜੁੱਤੀ ਦੀ ਮੈਚਿੰਗ ਹੈ ਪੂਰੀ ਵੀ ਵੇ ਮਾ ਪੂਰਾ ਫੱਬਦਾ ਸੀਸਾ ਕਾਦੇ ਲਈ ਲਾਈਦਾ ਹੈ ਜੀ ਕਿ ਮੇਰਾ ਪਾਇਆ ਹੋਇਆ ਕਪੜਾ ਚੰਗਾ ਲੱਗੇ ਘਰਦਿਆਂ ਨੂੰ ਕਈ ਵਾਰੀ ਪੁੱਛਦੇ ਵੀ ਤਿਆਰ ਹੋ ਕੇ ਵੀ ਕਿੱਦਾਂ ਦਾ ਲੱਗਦਾ ਮੈਂ ਉਹ ਕਹਿੰਦੇ ਬਿਲਕੁਲ ਠੀਕ ਹੈ ਫੇਰ ਵੀ ਯਕੀਨੀ ਨਹੀਂ ਆਉਂਦਾ ਬੰਦਾ ਸੀਸੇ ਗਾੜੀ ਫੇਜ ਜਾਂਦਾ ਵੀ ਠੀਕ ਲੱਗਦਾ ਇਹ ਹੈ ਸੀਸਾ ਜਿਹੜਾ ਮੇਰਾ ਤਨ ਵਿਖਾਉਂਦਾ ਹੈ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਪਤਾ ਬਾਣੀ ਨੂੰ ਬਾਣੀ ਦੇ ਜਦੋਂ ਅਰਥ ਕੀਤੇ ਕੀ ਨਾਂ ਰੱਖਿਆ ਦਰਪਨ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਦਾ ਨਾਮ ਕੀ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਇਹ ਦਰਪਣ ਦਾ ਅਰਥ ਕੀ ਹੈ ਜੀ ਸੀਸਾ ਗੁਰਬਾਣੀ ਸਾਡਾ ਮਨ ਵਿਖਾਉਂਦੀ ਹੈ ਤੇ ਬਾਹਰਲਾ ਸੀਸਾ ਮੇਰਾ ਤਨ ਵਿਖਾਉਂਦਾ ਹੈ ਮੈਂ ਗੁਰਬਾਣੀ ਚ ਆਪਣਾ ਮਨ ਵੇਖਣਾ ਰੋਜ਼ ਮੇਰਾ ਮਨ ਕਿਦਾਂ ਦਾ ਹੈ ਮੇਰਾ ਮਨ ਸੋਹਣਾ ਹੈ ਚੰਗਾ ਹੈ ਕਿ ਮਾੜਾ ਤੇ ਮਨ ਇੱਕ ਇਦਾਂ ਦੀ ਚੀਜ਼ ਹੈ ਹਰ ਇੱਕ ਬੰਦੇ ਨੂੰ ਆਪਣੇ ਬਾਰੇ ਪਤਾ ਹੈ ਮੇਰਾ ਮਨ ਕਿਦਾਂ ਦਾ ਹੈ ਵਾਸਾ ਜਿਕੇ ਮੇਰੇ ਮਨ ਇੱਕ ਸਿਉਚੇਤ ਲਾਇ ਕਿਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਸਬੇ ਥੋਕ ਪ੍ਰਾਪਤੇ ਇੱਕ ਵਸਤੂ ਹੁੰਦੀ ਹੈ ਕੱਲੀ ਕੱਲੀ ਲੈਣ ਜਾਂਦੇ ਉਹਦਾ ਰੇਟ ਵੱਧ ਹੁੰਦਾ ਪਰ ਜੇ ਥੋਕ ਚ ਲਿਆਓ ਨਾ ਮਨ ਲਓ ਤੁਸੀਂ ਇਕੱਠੀਆਂ 100 200 ਚੀਜ਼ਾਂ ਖਰੀਦਦੇ ਹੋ ਹੁਣ ਤੇ ਅਗਲਾ ਕਹੇਗਾ ਜੇ 500 ਦੀ ਹੈ ਤੂੰ 400 ਦੀ ਚੱਕ ਪਈ ਜੇ ਕੱਲੀ ਲਵੇਂਗਾ ਫੇਰ 500 ਲੱਗੂ ਆਪਾਂ ਥੋਕ ਚ ਚੱਕ ਲਿਓ ਨੇ ਕਿਤੇ ਸਬੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਇੱਕ ਨਾਲ ਸਾਂਝ ਪੈ ਗਈ ਨਾ ਬਾਕੀ ਚੀਜ਼ਾਂ ਤੇ ਥੋਕ ਜੀ ਤੁਰੀਆਂ ਫਿਰਨੀਆਂ ਤੇਰੇ ਮਗਰ ਹੁਣ ਪ੍ਰੋਬਲਮ ਇਹ ਆ ਤੂੰ ਸਾਹ ਜ ਇੱਕ ਨਾਲ ਪਾਈ ਨਹੀਂ ਪਦਾਰਥਾਂ ਮਗਰ ਭੱਜਾ ਫਿਰਦਾ ਜਿੰਦਗੀ ਬੇਚੈਨ ਸਾਰੀ ਜ਼ਿੰਦਗੀ ਤੇਰੀ ਇਦਾਂ ਲੰਘ ਜਾਂਦੀ ਹੈ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਤ ਇਹ ਜ਼ਿੰਦਗੀ ਦਾ ਪਦਾਰਥ ਸਫਲ ਹੈ ਜੇ ਮਨੋਖ ਆਪਣੀ ਜ਼ਿੰਦਗੀ ਦੀ ਸੱਚਾ ਸ਼ਬਦ ਕਤ ਹੈ ਵੇਖੋ ਜਿਹੜਾ ਮਨ ਹੈ ਸਾਸ ਜੀ ਤਵਜਹੂ ਦੇ ਕੇ ਸੁਣਿਓ ਮਨ ਕੀ ਤੁਸੀਂ ਪੜੇ ਲਿਖੇ ਮੇਰੇ ਵੀਰ ਭੈਣਾ ਬਜ਼ੁਰਗ ਬੈਠੇ ਹੋ ਤੁਹਾਡੇ ਸਰੀਰ ਚ ਦਰਦ ਹੋ ਰਹੀ ਹੈ ਪੇਟ ਚ ਤੁਸੀਂ ਡਾਕਟਰ ਕੋ ਜਾਂਦੇ ਡਾਕਟਰ ਸਾਹਿਬ ਰਾਤ ਬੜਾ ਆਵਾਜ਼ ਆ ਰਹੇ ਆ ਦਰਦ ਹੋ ਰਹੀ ਹੈ ਤੇ ਡਾਕਟਰ ਸਾਹਿਬ ਤੁਹਾਨੂੰ ਅੱਗੇ ਪੁੱਛਦੇ ਵੀ ਦਰਦ ਕਿਦੋਂ ਹੋਈ ਹੈ ਆਪਾਂ ਕਹਿੰਦੇ ਨਹੀਂ ਹਫਤਾ ਹੋ ਗਿਆ ਜੀ ਵਿੱਚੋਂ 2 ਦਿਨ ਹੋ ਜਾਂਦੀ ਹੈ ਫਿਰ ਵਿੱਚੋਂ हट ਜਾਂਦੀ ਹੈ ਫਿਰ ਹੋਦੀ ਹੈ ਫਿਰ ਡਾਕਟਰ ਕਹਿੰਦਾ ਫਿਰ ਇਦਾਂ ਕਰਦੇ ਆਪਾਂ ਪਹਿਲਾਂ ਨਾ ਐਕਸ-ਰੇ ਕਰਾ ਕੇ ਵੇਨੇ ਆ ਐਕਸ-ਰੇ ਚ ਪਤਾ ਲੱਗ ਜੂ ਪਤਾ ਲੱਗਾ ਵੀ ਗੁਰਦੇ ਵਿੱਚ 4 ਐਮ ਐਮ ਦੀ 5 ਐਮ ਐਮ ਦੀ 9 ਐਮ ਐਮ ਦੀ ਪੱਥਰੀ ਹੈ ਇਹਦਾ ਮਤਲਬ ਡਾਕਟਰ ਨੂੰ ਪਤਾ ਲੱਗ ਗਿਆ ਨਾ ਵੀ ਇਹ ਦਰਦ ਦਾ ਕਾਰਨ ਕੀ ਸੀ ਮੈਨ ਬੋਲੋ ਭਾਈ ਪੱਥਰੀ ਡਾਕਟਰ ਨੇ ਦਰਦ ਦਾ ਇਲਾਜ ਨਹੀਂ ਕੀਤਾ ਕਹਿੰਦਾ ਦਰਦ ਹੋ ਕਿਉਂ ਰਹੀ ਹੈ ਆਪਾਂ ਉਸ ਕਾਰਨ ਦਾ ਇਲਾਜ ਕਰਨਾ ਹੈ ਮੋਡਲ ਅਭੀ ਹੈ ਨਾ ਮਾਲੋ ਮੈਂ ਪੇਨ ਕਲਰ ਦੇ ਦਵਾ ਹੁਣ ਠੀਕ ਹੋ ਗਈ ਵਕਤੀ ਤੌਰ ਤੇ ਪਰ ਆਪਾਂ ਮੋੜ ਜਦੋਂ ਤੱਕ ਪਥਰੀ ਅੰਦਰ ਰਹੇਗੀ ਦਰਦ ਦਾ ਵਕਤੀ ਤੌਰ ਤੇ ਦਵਾਈ ਕੋਈ ਦੇਵ ਦਿੱਤੀ ਗੱਲ ਨਹੀਂ ਬਣਨੀ ਆਪਾਂ ਪਥਰੀ ਬਾਹਰ ਕੱਢ ਦੇ ਫੇਰ ਠੀਕ ਹੋ ਜਾਏਗਾ ਅੱਛਾ ਦਰਦ ਦਾ ਕਾਰਨ ਲੱਭ ਗਿਆ ਤੁਸੀਂ ਇੱਧਾ ਡਾਕਟਰ ਕੋ ਜਾਓ ਡਾਕਟਰ ਸਾਹਿਬ ਮੈਨੂੰ ਮੇਰਾ ਮਨ ਵਿਖਾਇਓ ਹਾਂ ਕਿਦਾਂ ਦਾ ਹੈ ਡਾਕਟਰ ਕਹੇਗਾ ਭਾਈ ਤੇਰੇ ਮਨ ਦਾ ਤੇ ਤੈਨੂੰ ਪਤਾ ਮੈਂ ਕੀ ਵਿਖਾ ਸਕਦਾ ਤੈਨੂੰ ਤੇਰੇ ਮਨ ਬਾਰੇ ਸਰੀਰ ਦਾ ਮਨ ਕੀ ਹੈ ਵਿਚਾਰਾਂ ਦਾ ਸੰਗ੍ਰਹਿ ਇਹਨੂੰ ਬਾਣੀ ਚਿੰਦ ਲਿਖਿਆ ਹੈ ਗੁਰ ਕਾ ਸ਼ਬਦ ਬਣਾਵੋ ਇਹ ਮਨ ਮਨ ਕੀ ਹੈ ਮਨ ਵਿਚਾਰਾਂ ਦੇ ਸਮੂਹ ਨੂੰ ਕਹਿੰਦੇ ਨੇ ਜਿਦਾਂ ਵਿਚਾਰ ਅਲੱਗ-ਅਲੱਗ ਹੈ ਤੇ ਮਨ ਵੀ ਅਲੱਗ-ਅਲੱਗ ਜਦੋਂ ਸਾਡੇ ਵਿਚਾਰ ਇੱਕ ਹੋਣਗੇ ਸਾਡਾ ਮਨ ਫਿਰ ਮਿਲੇਗਾ ਇੱਕ ਦੂਜੇ ਨਾਲ ਆਪਾਂ ਕਿਤੇ ਮੇਰਾ ਮਨ ਨਹੀਂ ਮਿਲਦਾ ਉਹਦੇ ਨਾਲੋਂ ਪਤਾ ਨਹੀਂ ਕੀ ਗੱਲ ਹੁਣ ਮੇਰਾ ਮਨ ਉਹਦੇ ਨਾਲ ਮਿਲਦਾ ਨਹੀਂ ਕਿਉਂ ਨਹੀਂ ਮਿਲਦਾ ਕਿਉਂਕਿ ਮੇਰੇ ਉਹਦੇ ਨਾਲ ਵਿਚਾਰ ਨਹੀਂ ਮਿਲਦੇ ਅਸੀਂ ਮਨ ਸ਼ਬਦ ਬੋਲ ਦਿੰਦੇ ਆ ਪਰ ਗੱਲ ਵਿਚਾਰਾਂ ਦੀ ਹੈ ਪਤੀ ਪਤਨੀ ਹੈ ਅੱਜ ਆਪਾਂ ਜਿਸ ਮਕਸਦ ਲਈ ਇਕੱਠੇ ਹੋਏ ਆ ਲਾਵਾ ਚਾਰ ਖੇਡ ਸਾਰੀ ਇਹ 15 20 ਮਿੰਟਾਂ ਦੀ ਹੈ ਇਹਨੂੰ ਏਦਾਂ ਸਮਝੋ ਤਿੰਨ ਚੀਜ਼ਾਂ ਮੈਂ ਤਿੰਨ ਐਗਜ਼ਾਮਪਲਾਂ ਦੇਵਾਂਗਾ ਧਿਆਨ ਨਾਲ ਸੁਣਿਓ ਤੁਸੀਂ ਨਰਸਰੀ ਜਾਂਦੇ ਹੋ ਉੱਥੋਂ ਬੂਟਾ ਲੈ ਆਉਂਦੇ ਜੀ ਅਗਲਾ ਨਰਸਰੀ ਵਾਲਾ ਬਹੁਤ ਤਾਰੀਫ਼ ਕਰਦੇ 500 ਦਾ ਬੂਟਾ ਕਮਾਲ ਦਾ ਹੈ ਏਦਾਂ ਕਹਿੰਦਾ ਤੁਹਾਨੂੰ ਇਹ ਅੰਬਾਂ ਦਾ ਬੂਟਾ ਹੈ 2000 ਦਾ ਹੈ ਬਹੁਤ ਵਧੀਆ ਹੈ ਲੈ ਆਂਦਾ ਉਸ ਬੂਟੇ ਨੂੰ ਦਰਖਤ ਤੱਕ ਲਜਾਣ ਲਈ ਸਮਾਂ ਵੀ ਲੱਗਣਾ ਹੈ ਪਾਣੀ ਵੀ ਦੇਣਾ ਪੈਣਾ ਹੈ ਗੋਡੀ ਵੀ ਕਰਨੀ ਪਵੇਗੀ ਤੇ ਰਾਹ ਜਾਂਦੇ ਪਸ਼ੂ ਕੋਲੋਂ ਵੀ ਬੋਲੋ ਜੀ ਵੇਖਿਆ ਨਾ ਰੋਡ ਦੇ ਕੰਢਿਆਂ ਤੇ ਕਈ ਵਾਰੀ ਦਰਖਤ ਲੱਗੇ ਹੁੰਦੇ ਪੌਦੇ ਤੋਂ ਦੇ ਜੰਗਲੇ ਲਾਉਣੇ ਪੈਂਦੇ ਜੰਗਲਾ ਤੱਕ ਜੰਗਲਾ ਉਦੋਂ ਤੱਕ ਉਨੋਂ ਤੱਕ ਪੌਦਾ ਛੋਟਾ ਹੈ ਜਦੋਂ ਪੌਦਾ ਵੱਡਾ ਹੋ ਗਿਆ ਫਿਰ ਜੰਗਲੇ ਦੀ ਲੋੜ ਨਹੀਂ ਫਿਰ ਪਾਣੀ ਦੀ ਵੀ ਲੋੜ ਨਹੀਂ ਫਿਰ ਉਹਨਾਂ ਧਰਤੀ ਚੋਂ ਪਾਣੀ ਲੈਣ ਲੱਗ ਪੈਣਾ ਹੈ ਪੌਦਾ ਲਾਉਣਾ ਇੱਕ ਦਿਨ ਦੀ ਖੇਡ ਹੈ ਲਉਂਦੇ ਨਾ ਕਈ ਵਾਰੀ ਕਈ ਕਹਿੰਦੇ 500 ਪੌਦਾ ਲਾਤਾ ਪਰ ਪੌਦੇ ਨੂੰ ਦਰਖਤ ਤੱਕ ਲਜਾਣ ਲਈ ਸਮਾਂ ਚਾਹੀਦਾ ਤੇ ਮਿਹਨਤ ਚਾਹੀਦੀ ਹੈ ਦੁਕਾਨ ਖੋਲਣੀ ਤੇ ਦੁਕਾਨ ਖੁੱਲੀ ਰੱਖਣੀ ਇਹ ਸ਼ਬਦ ਬਹੁਤ ਛੋਟੇ ਨੇ ਕੋਈ ਵੀ ਕਾਰੋਬਾਰ ਖੋਲਣਾ ਦੁਕਾਨ ਖੋਲਣੀ ਇਹ ਤੇ ਇੱਕ ਦਿਨ ਦਾ ਖੇਡ ਹੈ 5-7 15 20 ਲੱਖ ਰੁਪਇਆ ਤੁਹਾਡੇ ਕੋਲ ਹੈ ਦੁਕਾਨ ਖੋਲਤੀ ਖੁੱਲ ਗਈ ਪਰ ਜੇ ਤੁਸੀਂ ਚਾਹੁੰਦੇ ਹੋ 50 ਸਾਲ 60 ਸਾਲ 70 ਸਾਲ ਇਹ ਲਗਾਤਾਰ ਖੁੱਲੀ ਰਵੇ ਇਹਦੇ ਵਾਸਤੇ ਤਿੰਨ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਕਿਹੜੀ ਕਿਹੜੀ ਜ਼ੁਬਾਨ ਦੀ ਲਿਆਕਤ ਕਿ ਦੁਕਾਨ ਦੇ ਮਾਲਕ ਨੂੰ ਬੋਲਣਾ ਆਉਂਦਾ ਹੋਵੇ ਵੀ ਗਾਹਕ ਗਾਲ ਵੀ ਪੈ ਜਾਏ ਦੁਕਾਨਦਾਰ ਆਪਣਾ ਧੀਰਜ ਨਾ ਗਵਾਵੇ ਜਿੰਨਾ ਮਰਜੀ ਕਲਪ ਜੇ ਉਹਨੂੰ ਸਹਿਜ ਰਹਿਣਾ ਪੈਣਾ ਹੈ ਦੂਜਾ ਬਜਟ ਪੈਸਾ ਵੀ ਜੇ 2-4 ਲੱਖ ਦਾ ਹਾਰ ਵੀ ਚਲਾ ਗਿਆ ਤਾਂ ਮਗਰ ਸਰਕਲ ਘਮੌਣ ਦੀ ਹੈਗਾ ਹੈ ਤੀਜਾ ਟਾਈਮ ਜੇ ਵਕਤ ਨਹੀਂ ਹੈਗਾ ਉਹਦੇ ਕੋਲ ਬਹਿਣ ਲਈ ਕਾਰੋਬਾਰ ਖੋਲ ਲਿਆ ਪਰ ਟਾਈਮ ਨਹੀਂ ਦੇ ਰਿਹਾ ਕਾਰੋਬਾਰ ਨੂੰ ਕਾਰੋਬਾਰ ਕਾਮਯਾਬ ਨਹੀਂ ਹੋਏ ਕਾਮਜਾਬ ਨਹੀਂ ਹੋਏਗਾ ਤਿੰਨੇ ਚੀਜ਼ਾਂ ਬੰਦੇ ਦੇ ਕੋਲ ਹੋਣਗੀਆਂ ਤੇ ਬੰਦਾ ਜ਼ਿੰਦਗੀ 'ਚ ਕਾਮਜਾਬ ਹੋਏਗਾ ਇਦਾਂ ਹੀ ਲਾਵਾਚਾਰ ਨੇ ਖੇੜ ਸਾਰੀ 10 15 ਮਿੰਟਾਂ ਦੀ ਅੱਧੇ ਪੌਣੇ ਘੰਟੇ ਦੀ ਹੈ ਪਰ ਇਹ ਤੋਂ ਬਾਅਦ ਇਹਨੂੰ ਅੱਗੇ ਪਰਿਵਾਰ ਤੱਕ ਲੈ ਕੇ ਜਾਣਾ ਬੱਚੇ ਹੋਣੇ ਗਾੜੀ ਜ਼ਿੰਮੇਵਾਰੀਆਂ ਸਾਹਮਣੀਆਂ ਇਹਦੇ ਵਾਸਤੇ ਸ਼ੈਨਸ਼ੀਲਤਾ ਬੜੀ ਵੱਡੀ ਚਾਹੀਦੀ ਹੈ ਜਿਗਰਾ ਬਹੁਤ ਵੱਡਾ ਚਾਹੀਦਾ ਹੈ ਮੁਸ਼ਕਲਾਂ ਵੀ ਆਉਣੀਆਂ ਨੇ ਸਮੱਸਿਆਵਾਂ ਵੀ ਆਉਣੀਆਂ ਨੇ ਲੜਕੀ ਪਹਿਲਾਂ ਇਕੱਲੀ ਐ ਲੜਕਾ ਪਹਿਲਾਂ ਇਕੱਲਾ ਐ ਹੁਣ ਦੋ ਪਰਿਵਾਰ ਬਣ ਜਾਣੇ ਨੇ ਰਿਸ਼ਤੇਦਾਰੀਆਂ ਨੂੰ ਮਿਲਣਾ ਗੱਲਣਾ ਕਿਤੇ ਕੋ ਖੁਸ਼ੀ ਐ ਕਿਤੇ ਗਮੀ ਐ ਖਰਚੇ ਵਧਣੇ ਨੇ ਇਹ ਸਭ ਚੀਜ਼ਾਂ ਨਾਲ ਸੋਚਣਾ ਪੈਣਾ ਐ ਇਹਨੂੰ ਮੈਨੇਜ ਕਰਨਾ ਐ ਤੇ ਇਹ ਘਬਰਾਉਣਾ ਨਹੀਂ ਆ ਕਈ ਕਹਣਗੇ ਵੇਖੋ ਜੀ ਇਹ ਤਾਂ ਬੜੀ ਵੱਡੀਆਂ ਸਮੱਸਿਆਵਾਂ ਇਹ ਸਮੱਸਿਆਵਾਂ ਉਹਨਾਂ ਦੀ ਆ ਜਿਨ੍ਹਾਂ ਨੂੰ ਨਿਜਠਣਾ ਨਹੀਂ ਆਇਆ ਉਹ ਛੱਡ ਕੇ ਭੱਜ ਗਏ ਸਾਨੂੰ ਮਾਨ ਹੋਣਾ ਚਾਹੀਦਾ ਆਪਣੇ ਗੁਰੂ ਪਾਤਸ਼ਾਹ ਜੀ ਦੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਵਾਏ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਨੌਂ ਦੀਆਂ ਨੌ ਪਾਤਸ਼ਾਹੀਆਂ ਗ੍ਰਸਤੀ ਆ ਜਦੋਂ ਗੁਰੂ ਨਾਨਕ ਸਾਹਿਬ ਸultanpur ਤੋਂ ਪਹਿਲੇ ਦਿਨ ਪ੍ਰਚਾਰ ਦੌਰੇ ਤੇ ਤੁਰੇ ਨੇ ਉਦੋਂ ਗੁਰੂ ਨਾਨਕ ਸਾਹਿਬ ਜੀ ਦੇ ਦੋਨੋਂ ਸਾਹਿਬਜ਼ਾਦਿਆਂ ਦਾ ਜਨਮ ਹੋ ਚੁੱਕਾ ਹੈ ਸ੍ਰੀ ਚੰਦਾ ਵੀ ਲਖਮੀ ਦਾਸ ਦਾ ਵੀ ਗੁਰੂ ਸਭ ਖੁਦ ਗ੍ਰਸਤੀ ਨੇ ਪ੍ਰਚਾਰ ਦੌਰਿਆਂ ਤੇ ਤੁਰੇ ਨੇ ਪ੍ਰਚਾਰ ਦੌਰਿਆਂ ਤੇ ਜਦੋਂ ਗਏ ਪ੍ਰਚਾਰ ਕੀਤਾ ਤੇ ਅਚਲ ਬਟਾਲੇ ਜਦੋਂ ਆਏ ਤੇ ਜੋਗੀਆਂ ਨੇ ਵੇਖਿਆ ਗੁਰੂ ਨਾਨਕ ਦੇਵ ਜੀ ਗ੍ਰਸਤੀਆਂ ਵਾਲੇ ਕੱਪੜੇ ਪਾਏ ਤੇ ਜੋਗੀਆਂ ਨੂੰ ਗੁੱਸਾ ਚੜ ਗਿਆ ਉਹਨਾਂ ਨੇ ਜਿਹੜੀ ਸ਼ਬਦ ਵਰਤੇ ਉਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਪੌੜੀਆਂ 'ਚ ਕੀਤੇ ਖਾਦੀ ਖੁਣਸ ਜੁਗੀਸ਼ਰਾਂ ਗੋਸ਼ਟ ਕਰਨ ਸਭੇ ਉਠਿਆਈ ਪੁੱਛੇ ਜੋਗੀ ਭੰਗਰਨਾਥ ਤੁਹਾਡੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਉਹਨਾਂ ਕਿਹਾ ਗੁਰੂ ਨਾਨਕ ਸਾਹਿਬ ਜਿਹੜਾ ਜੋਗਮਤ ਹੈ ਦੁੱਧ ਹੈ ਤੇ ਤੁਸੀਂ ਗ੍ਰਿਸ਼ਤੀ ਬਣ ਗਏ ਤੇ ਕਾਂਜੀ ਪਾਤੀ ਦੁੱਧ ਵਿੱਚ ਕਾਂਜੀ ਪੈ ਜਾਏ ਤੇ ਕੁਝ ਵੀ ਨਹੀਂ ਬਣਨਾ ਦੁੱਧ ਦਾ ਪਰ ਦੁੱਧ ਨੂੰ ਤੁਸੀਂ ਜਾਗ ਲਾਉਗੇ ਤੇ ਦਹੀਂ ਬਣੇਗਾ ਕਹਿੰਦੇ ਤੁਸੀਂ ਤੇ ਗ੍ਰਿਸ਼ਤ ਜੋਗਮਤ ਨੂੰ ਜਾਗ ਕਾਂਜੀ ਲਾਤੀ ਯਾਨੀ ਕਿ ਕਾਂਜੀ ਪਾਤੀ ਖਰਾਬ ਕਰਤਾ ਤੁਸੀਂ ਗ੍ਰਿਸ਼ਤੀ ਨਿਕਲੇ ਤੁਸੀਂ ਗ੍ਰਿਸ਼ਤੀ ਬਣ ਗਏ ਤੋ ਇਹ ਦੁੱਧ ਵਿੱਚ ਕੋ ਕਾਂਜੀ ਪਾਈ ਫਟਿਆ ਚਾਟਾ ਦੁੱਧ ਦਾ ਰਿੜਕਿਆਂ ਮੱਖਣ ਹੱਤ ਨਾਲ ਇਹ ਤਾਂ ਹੁਣ ਬਹੁਤ ਚੱਕਰ ਪੈ ਗਿਆ ਵੀ ਇਹ ਤੇ ਹੁਣ ਮੱਖਣ ਨਹੀਂ ਆਉਣਾ ਚੋਂ ਜਾਨੀ ਕਿ ਇਹ ਚੋਂ ਪ੍ਰਾਪਤ ਕੁਝ ਨਹੀਂ ਹੋਣਾ ਤੁਸੀਂ ਗ੍ਰਸਤੀ ਬਣ ਗਏ ਇਹਦਾ ਮਤਲਬ ਪਰਮੇਸ਼ਰ ਦੀ ਪ੍ਰਾਪਤੀ ਗ੍ਰਸਥ ਰੁਕਾਵਟ ਹੈ ਉਹਨਾਂ ਦੇ ਕਹਿਣ ਮੁਤਾਬਕ ਇਹ ਜੋਗ ਮਤ ਦੇ ਮੁਤਾਬਕ ਗ੍ਰਸਥ ਇੱਕ ਬੜੀ ਵੱਡੀ ਰੁਕਾਵਟ ਸੀ ਸੱਚ ਦੀ ਪ੍ਰਾਪਤੀ ਲਈ ਹੁਣ ਗ੍ਰਸਤੀ ਬੰਦਾ ਬਣਦਾ ਕਿਹਦੇ ਨਾਲ ਔਰਤ ਨਾਲ ਇਹਦਾ ਮਤਲਬ ਜੋਗ ਮਤ ਨੂੰ ਤਕਲੀਫ ਕਿਹਦੇ ਤੋਂ ਸੀ ਔਰਤ ਤੋਂ ਜੇ ਆਪ ਅਸਤੇ ਸ਼ਬਦਾਂ 'ਚ ਵੇਖੀਏ ਔਰਤੋਂ ਉਹਨਾਂ ਨੂੰ ਤਕਲੀਫ ਸੀ ਵੀ ਤੂੰ ਤਾਂ ਗ੍ਰਸਤੀ ਬਣ ਗਿਆ ਗ੍ਰਸਤੀ ਤਾਂ ਇਹ ਤਾਂ ਤਾਂਜੀ ਪਾਤੀ ਦੁੱਧ ਵਿੱਚ ਤੇ ਫਿਟਿਆ ਚਾਟਾ ਦੁੱਧ ਦਾ ਰੜਕਿਆਂ ਮੱਖਣ ਹੱਥ ਨਾ ਆਈ ਮਹਾਰਾਜ ਬੜੇ ਪਿਆਰ ਨਾਲ ਪੁੱਛਦੇ ਆ ਕਹਿੰਦੇ ਜੋਗੀ ਲੋਕੋ ਜਦੋਂ ਤੁਹਾਨੂੰ ਭੁੱਖ ਲੱਗਦੀ ਕੀ ਖਾਂਦੇ ਹੋ ਕਹਿੰਦੇ ਜੀ ਪ੍ਰਸ਼ਾਦਾ ਰੋਟੀ ਕਹਿੰਦੇ ਕਿੱਥੋਂ ਖਾਂਦੇ ਹੋ ਕਹਿੰਦੇ ਗ੍ਰਸਤੀਆਂ ਘਰੋਂ ਦੇ ਮੰਗ ਕੇ ਖਾਈਦੀ ਐ ਧਿਆਨ ਨਾ ਸੁਣੇ ਹੁਣ ਕਿੰਨੇ ਜਦੋਂ ਤੁਸੀਂ ਮੰਗਦੇ ਹੋ ਕਿਦਾਂ ਮੰਗਦੇ ਹੋ ਕਹਿੰਦੇ ਦਾ ਠੂਠਾ ਕਰਦਾ ਜੋਗੀ ਆਉਂਦੇ ਨੇ ਆਪਣੇ ਘਰਾਂ 'ਚ ਵੇਖਦੇ ਆਪਾਂ ਕਹਿੰਦੇ ਰੋਟੀ ਤੁਹਾਡੇ ਠੂਠੇ 'ਚ ਪਾਉਂਦਾ ਕੌਣ ਹੈ ਘਰ 'ਚ ਰੋਟੀ ਕੌਣ ਪਾਏਗਾ ਉਹ ਰੋਟੀ ਪਕਾਉਂਦਾ ਕੌਣ ਹੈ ਕਹਿੰਦਾ ਜੀ ਬੀਬੀਆਂ ਤੇ ਕਈ ਵਾਰੀ ਘਰ 'ਚ ਬੰਦਾ ਨਹੀਂ ਹੁੰਦਾ ਬੀਬੀ ਆਪਣੇ ਪੁੱਤਰ ਨੂੰ ਭੇਜਦੀ ਹੈ ਜਾਂ ਘਰ 'ਚ ਕੋਈ ਨਹੀਂ ਹੈਗਾ ਬੀਬੀ ਕਹਿੰਦੀ ਚੱਲਾ ਜੋਗੀ ਨੂੰ ਰੋਟੀ ਦੇ ਦਿਓ ਕਹਿੰਦੇ ਜਿਹੜੇ ਗ੍ਰਸਤੀਆਂ ਨੂੰ ਤੁਸੀਂ ਕਾਂਜੀ ਕਹਿੰਦੇ ਹੋ ਉਹਨਾਂ ਤੋਂ ਬਿਨਾਂ ਤੇ ਤੁਹਾਡੇ ਪੇਟ ਦੀ ਅੱਗ ਵੀ ਨਹੀਂ ਬੁਝਦੀ ਜੇ ਤੁਸੀਂ ਰੱਬ ਪਾਉਣ ਤੁਰੇ ਹੋ ਤੇ ਫਿਰ ਤੁਸੀਂ ਮੌਤਾਜ ਕਿਉਂ ਆਂਦੇ ਕਹਿੰਦੇ ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕਿ ਕਰ ਮੰਗਣ ਜਾਈ ਜਦੋਂ ਤੁਸੀਂ ਬਾਣੀ ਤਿਆਗੀ ਕਹੇ ਤੇ ਫਿਰ ਇੱਕ ਏਜੰਡਾ ਰੱਖੋ ਸਿੱਧਾ ਕਿ ਸਾਨੂੰ ਅੱਜ ਤੋਂ ਬਾਅਦ ਗ੍ਰਸਤੀਆਂ ਦੀ ਲੋੜ ਬੋਲੋ ਜੀ ਨਹੀਂ ਹੈ ਤੁਹਾਨੂੰ ਲੋੜ ਤੇ ਫਿਰ ਗ੍ਰਸਤੀਆਂ ਦੀ ਪੈਂਦੀ ਹੈ ਤੇ ਮਾਫ ਕਰਨਾ ਪਹਿਲਾਂ ਮਾਫੀ ਮੰਗ ਲਵਾਂ ਦੁਨੀਆ ਦਾ ਕੋਈ ਡੇਰਾ ਵਿਖਾ ਦਿਓ ਜਿਹੜਾ ਗ੍ਰਸਤੀਆਂ ਤੋਂ ਬਿਨਾਂ ਚੱਲਦਾ ਹੋਵੇ ਹੈ ਦੁਨੀਆ ਦਾ ਕੋਈ ਡੇਰਾ ਜੀ ਜਿਹੜਾ ਗ੍ਰਸਥੀਆ ਤੋਂ ਬੰਨਾ ਚੱਲਦਾ ਹੋਵੇ ਰੋਟੀ ਮਾਫ ਕਰਨਾ ਇੱਕ ਗ੍ਰਸਥੀ ਬੰਦਾ ਹੀ ਐ ਜਿਨ੍ਹਾਂ ਨੇ ਸਰਕਾਰਾਂ ਨੂੰ ਵਾਹਣੇ ਪਾਇਆ ਤੇ ਆਗੀ ਬੰਦੇ ਨੂੰ ਹੁਣ ਪੈਟਰੋਲ ਮਹਿੰਗਾ ਹੋ ਗਿਆ ਡੀਜ਼ਲ ਮਹਿੰਗਾ ਹੋ ਗਿਆ ਟੈਂਕੀਆਂ ਤੇ ਚੜੀਆਂ ਸਾਡੀਆਂ ਭੈਣਾ ਟੀਚਰ ਕੌਣ ਨੇ ਕੋਈ ਨਿੱਕੇ ਨਿੱਕੇ ਜਵਾਕ ਲੈ ਕੇ ਜਾਂਦੀਆਂ ਨੇ ਕਦੀ ਤਿਆਗੀ ਬੰਦਾ ਵੀ ਧਰਨਾ ਦਿੰਦਾ ਵੇਖਿਆ ਜੀ ਬੋਲ ਕੇ ਦੱਸਿਓ ਜੀ ਬੋਲੋ ਸਾਥ ਸੰਗਤ ਕਦੀ ਡੀਜ਼ਲ ਮਹਿੰਗਾ ਹੋ ਗਿਆ ਪੈਟਰੋਲ ਮਹਿੰਗਾ ਹੋ ਗਿਆ ਖਾਦ ਮਹਿੰਗੀ ਹੋ ਗਈ ਪਤਾ ਕਿਉਂ ਤਿਆਗੀ ਨੂੰ ਪਤਾ ਮੇਰਾ ਪੈਟਰੋਲ ਡੀਜ਼ਲ ਮਹਿੰਗਾ ਕਦੀ ਹੋਣਾ ਹੀ ਨਹੀਂ ਕਿਉਂਕਿ ਮੇਰਾ ਪੈਟਰੋਲ ਡੀਜ਼ਲ ਗ੍ਰਸਤੀਆਂ ਦੀ ਜੇਬ 'ਚ ਹੈ ਇਹ 500 ਰੁਪਏ ਲੀਟਰ ਵੀ ਹੋ ਗਿਆ ਇਹਨਾਂ ਨਾ ਨਿਆ ਤਿਆਗੀ ਦਾ ਕਦੀ ਲਵੇਰਾ ਭਜਦਾ ਕਿਉਂਕਿ ਦੁੱਧ ਉਹਦਾ ਲੋਕਾਂ ਦੇ ਘਰਾਂ 'ਚ ਹੈ ਨਾ ਉਹਦਾ ਕਦੀ ਤੂੜੀ ਪੱਠਾ ਮੁੱਕਦਾ ਆਪਾਂ ਦੋ ਮੱਜਾਂ ਰੱਖੀਆਂ ਹੋਣ ਤੇ ਸਾਰੇ ਟੱਬਰ ਨੇ ਗੋਏ ਨਾਲ ਕਪੜੇ ਲਵੇੜੇ ਹੁੰਦੇ ਨੇ ਤੇ ਬਾਬਿਆਂ ਦੇ ਡੇਰੇ ਕਦੀ ਚੱਕਰ ਮਾਰ ਕੇ ਵੇਖੋ ਕਿੰਦੇ ਦੋ ਕੁਇੰਟਲ ਦੁੱਧ ਹੈ ਮੱਝ ਇੱਕ ਵੀ ਨਹੀਂ ਬੋਲ ਕੇ ਦੱਸਿਓ ਕਿੱਥੋਂ ਆਉਂਦਾ ਜੀ ਨਿਗੇ ਨਿਗੇ ਪਿੰਡਾਂ ਚੋਂ ਗਾਜੀ ਛੱਡੇ ਨੇ ਉਹਨਾਂ ਨੇ ਮੇਰੀਆਂ ਗੱਲਾਂ ਚੁੱਭਦੀਆਂ ਨੇ ਕਈਆਂ ਨੂੰ ਮੈਨੂੰ ਪਤਾ ਹੈ ਇਹ ਹজম ਕਰਨੀਆਂ ਥੋੜੀਆਂ ਜਿਹੀਆਂ ਜੇ ਭਾਈ ਸਰਜੀਸ਼ ਹੁਣਾਂ ਨੇ ਬੁਲਾ ਲਿਆ ਤੇ ਹੁਣ ਹজম ਕਰ ਲਿਓ ਨਾਲ ਮਿੱਠਾ ਵੀ ਖਾ ਲਿਓ ਥੋੜਾ ਥੋੜਾ ਕੌੜੀਆਂ ਕਸੈਲੀਆਂ ਚੱਲਦੀਆਂ ਨੇ ਨਾਲ ਦੋਵੇਂ ਗੱਲਾਂ ਹੀ ਗਿਆ ਸੀ ਬੜੀ ਦੂਰੋਂ ਆਇਆ ਸਿੰਘੂ ਬਾਰਡਰ ਆਇਆ ਉੱਥੋਂ ਫਿਰ ਵਾਪਸ ਉੱਥੇ ਜਾਣਾ ਮੈਂ ਪਹਿਲਾਂ ਕਹਿਣਾ ਹੁੰਨਾ ਵੀ ਗ੍ਰਸਤੀਆਂ ਨੇ ਤੁਸੀਂ ਵੇਖ ਲਓ ਜੇ ਸਾਡੀਆਂ ਟੀਚਰ ਭੈਣਾਂ ਨੇ ਛੋਟੇ ਛੋਟੇ ਜਵਾਕ ਲੈ ਕੇ ਟੈਂਕੀਆਂ ਤੇ ਛੜ ਜਾਂਦੀਆਂ ਨੇ ਧਰਨੇ ਦਿੰਦੀਆਂ ਨੇ ਜਾ ਕੇ ਜਾਂ ਕੋਈ ਸਕੂਲ ਟੀਚਰ ਹੈ ਜਾਂ ਸਾਡੀਆਂ ਨਰਸ ਦੀ ਜੌਬ ਕਰਨ ਵਾਲੀਆਂ ਸਾਡੀਆਂ ਭੈਣਾਂ ਨੇ ਲਾਠੀਆਂ ਖਾਰੀਆਂ ਸਰਕਾਰਾਂ ਦੀਆਂ ਜਾਂ ਕਿਸਾਨ ਮਜ਼ਦੂਰੀ ਵੇਖੋ ਦੋਵੇਂ ਚੀਜ਼ਾਂ ਧਰਤੀ ਦੀ ਹੱਕ ਪਾੜ ਕੇ ਅਨਾਜ ਪੈਦਾ ਕਰਨ ਵਾਲਾ ਵੀ ਸਰਕਾਰਾਂ ਦਾ ਤਸ਼ੱਦਦ ਸਹਿ ਰਿਹਾ ਤੇ ਦਿਮਾਗ ਦੀ ਵਰਤੋਂ ਕਰਕੇ ਭਾਵੇਂ ਉਹ ਟੀਚਰ ਹੈ ਭਾਵੇਂ ਡਾਕਟਰ ਹੈ ਕੋਈ ਵੀ ਹੈ ਉਹ ਵਰਗ ਵੀ ਸਰਕਾਰਾਂ ਦਾ تصدد撒 ਰਿਹਾ ਤੇ ਜਿਹੜਾ ਸਿਰਫ ਆਸ਼ੀਰਵਾਦ ਦੇ ਰਿਹਾ ਉਹ ਸਰਕਾਰਾਂ ਨਾਲ جفیاں پا ਰਿਹਾ ਇੱਕ محکمہ ਇਦਾਂ ਦਾ ਸਿਰ ਜਿਹੜਾ ਸਿਰਫ ਆਸ਼ੀਰਵਾਦ ਦਿੰਦਾ ਹੈ ਹੋਰ ਉਹਦਾ ਕੋਈ ਕੰਮ ਨਹੀਂ ਹਾਂ ਸਰਕਾਰਾਂ ਬੜੀਆਂ ਤੇਜ ਨੇ ਜਦੋਂ ਤੱਕ ਉਹਨਾਂ ਦੀ ਲੋੜ ਹੁੰਦੀ ਉਦੋਂ ਤੱਕ ਰੱਜ ਕੇ ਵਰਤਦੀਆਂ ਨੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਹੁਣੇ ਬਿਲਕੁਲ ਐ ਫੰਡਰ ਗਾਂ ਵਰਗਾ ਹੋ ਗਿਆ ਜੀ ਹੁਣ ਲੋੜ ਹੈ ਨਹੀਂ ਫਿਰ ਅਗਲੇ ਪੰਜ ਕੁਲੇ ਤੋਂ ਹੈਲੀਕਾਪਟਰ ਤੇ ਚੜ ਕੇ ਅੰਦਰ ਲੈ ਜਾਂਦੇ ਆ ਸਮਝ ਆ ਗਈ ਜੀ ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ ਭਾਵੇਂ ਬਾਪੂ ਆਸ਼ਰਮ ਦੀ ਗੱਲ ਕਰ ਲਓ ਭਾਵੇਂ ਤੁਸੀਂ ਕਿਸੇ ਬਾਬੇ ਦੀ ਗੱਲ ਕਰ ਲਓ ਪੰਜਾਬ ਦੇ ਵੱਡੇ ਵੱਡੇ ਬਾਬਿਆਂ ਦੀ ਗੱਲ ਕਰ ਲਓ ਮੈਂ ਸਾਰਿਆਂ ਦੀ ਗੱਲ ਕਰਦਾ ਇੱਥੇ ਵੀ ਜਿਹੜਿਆ ਤਾਤ੍ਰਿਕ ਜੋਤਸੀ ਪਾਹਦੇ ਸਿਆਣੇ ਬਾਬੇ ਕਲਾ ਕਲੰਦਰ ਇਦਾਂ ਦੀਆਂ ਗੱਲਾਂ ਦੱਸਦੇ ਫਿਰਦੇ ਆ ਇਹ ਸਰਕਾਰਾਂ ਕਹਿੰਦੀਆਂ ਖੁੱਲਾ ਛੱਡ ਦਿੰਦੀਆਂ ਕਹਿੰਦੀ ਤਗੜਾ ਹੋ ਕੇ ਕਰ ਜੋ ਕਰਨਾ ਖੁੱਲਾ ਐ ਤਗੜਾ ਹੋ ਕੇ ਕਰ ਜਦੋਂ ਤੋਂ ਐ ਸਾਨੂੰ ਪਤਾ ਲੱਗ ਗਿਆ ਵੀ ਹੁਣ ਤੂੰ ਸਾਡੇ ਕਿਸੇ ਕੰਮ ਦਾ ਨਹੀਂ ਤੂੰ ਕਿਤੇ ਸਾਡੇ ਤੋਂ ਬਾਹਰ ਥੋੜਾ ਉਹ ਕਹਿੰਦਾ ਸੀ ਮੇਰੇ ਇੰਨੇ ਪੈਰੋਕਾਰ ਨੇ ਪਰ ਕਮਾਲ ਦੀ ਗੱਲ ਤੁਸੀਂ ਵੇਖੋ ਮੈਂ ਤਾਂ ਧੰਨਵਾਦ ਕਰਦਾ ਉਸ ਜੱਜ ਦਾ এডੂਕੇਸ਼ਨ ਬੜੀ ਵੱਡੀ ਚੀਜ਼ ਹੈ এডੂਕੇਸ਼ਨ ਬਹੁਤ ਵੱਡੀ ਚੀਜ਼ ਹੈ ਸ਼ੁਕਰ ਮਨਾਉਣਾ ਕਿ ਉਹਦੇ ਅੰਦਰ ਕੋਈ ਖੌਫ ਨਹੀਂ ਆਇਆ ਉਹਨੇ ਕਲਮ ਨਾਲ ਜਦੋਂ ਦੋ ਅੱਖਰ ਪਾਏ ਹੋਣਗੇ ਉਹ ਡਰਿਆ ਥੋੜਾ ਵੀ ਤੂੰ ਮੈਨੂੰ ਕਿਤੇ ਸ਼ਕਤੀ ਵਿਖਾ ਦੇਵੇਂ ਕਹਿੰਦਾ ਜਾ ਤੇਰੀ ਸ਼ਕਤੀ ਵੇਖੀ ਹੈ ਸ਼ਕਤੀ ਮੇਰੀ ਕਲਮ ਚ ਮੈਂ ਪੜਿਆ ਕਾਸ਼ ਕਿਤੇ ਅਸੀਂ ਇਹਨਾਂ ਗੱਲਾਂ ਨੂੰ ਸਮਝ ਸਕਿਆ ਜਿਹੜੇ ਪੜ੍ਹਿਆ ਲਿਖਿਆ ਵਰਗ ਵੀ ਸਾਡੀ ਤੇ ਹਾਲਤ ਇਹ ਨਹੀਂ ਨਿਗਰਗੀ ਆ ਅਕਈਆਂ ਦੇ ਬੱਚੇ ਜਦੋਂ ਬਾਹਰ ਜਾਂਦੇ ਆ ਨਾ ਪਹਿਲਾਂ ਆਈਲੈਂਡ ਕਰਾਉਂਦੇ ਆ ਫਿਰ ਉਸ ਤੋਂ ਬਾਅਦ ਫੈਲਾ ਲਾਉਂਦੇ ਆ ਫਿਰ ਸਾਰਾ ਕੁਝ ਕਰਕੇ ਵੀ ਨਾ ਫੇਕਣਗੇ ਬਾਬਾ ਜੀ ਅਰਦਾਸ ਕਰੋ ਵੀਜ਼ਾ ਲੱਗ ਜਾਵੇ 10 ਬਾਬਾ ਵੈਨਸੀ ਚ ਲੱਗਾ ਉੱਥੇ ਉਹਦਾ 4 ਵਾਰੀ ਆਪਣਾ ਰਿਫਿਊਜ਼ ਹੋਇਆ ਪਾਸਪੋਰਟ ਸਰਕਾਰ ਜ਼ਬਤ ਕਰਨ ਨੂੰ ਫਿਰਦੀ ਪਤਾ ਨਹੀਂ ਸਾਡਾ ਸਮਾਜ ਕਿੱਥੇ ਪਹੁੰਚ ਗਿਆ ਮੱਝ ਨਹੀਂ ਮਿਲਦੀ ਤਾਂ ਬਾਬਿਆਂ ਕੋ ਜਵਾਗ ਬਾੜ ਨਹੀਂ ਜਾਂਦਾ ਤਾਂ ਬਾਬਿਆਂ ਕੋ ਧੀ ਨਹੀਂ ਧੀ ਤੇ ਜਵਾਈ ਦੀ ਨਹੀਂ ਬੰਦੀ ਤਾਂ ਬਾਬਿਆਂ ਕੋ ਘਰ ਵਾਲੇ ਘਰਵੜ ਦੀ ਨਹੀਂ ਬੰਦੀ ਤਾਂ ਬਾਬਿਆਂ ਕੋ ਪੁੱਛੋ ਤਜਰਬੇਕਾਰ ਬੰਦੇ ਨੂੰ ਘਰ ਚ ਦਾਦਾ ਬੈਠਾ ਹੈ ਘਰ ਚ ਦਾਦੀ ਬੀਠੀ ਕਦੇ ਤਜਰਬੇਕਾਰ ਨੂੰ ਪੁੱਛੋ ਮੈਂ ਚਾਰ ਦਰਾਣੀਆਂ ਜਠਾਣੀਆਂ ਚ ਕੱਟੀ ਹੈ ਧਿਆਨ ਨਾਲ ਸੁਣਿਓ ਮੇਰੇ ਉਹ ਵੀਰੋ ਇੱਕ ਘਰ ਦੇ ਵਿੱਚ ਇੱਕ ਗ੍ਰਿਸ਼ਤੀ ਪਰਿਵਾਰ ਦੇ ਵਿੱਚ ਦਾਦਾ ਦਾਦੀ ਬੈਠੇ ਆ ਉਹ ਕਹਿੰਦੇ ਆ ਮੇਰੀ ਨੋ ਬਾਹਰ ਜਾ ਕੇ ਬਾਬਿਆਂ ਨੂੰ ਪੁੱਛਦੀ ਫਿਰਦੀ ਆ ਇਹ ਮੈਨੂੰ ਪੁੱਛ ਲਵੇ ਮੈਂ ਚਾਰ ਦਰਾਣੀਆਂ ਚ ਸਾਣੀਆਂ ਚ ਕੱਟੀ ਐ ਸੋਹਣੇ ਤਰੀਕੇ ਨਾਲ ਇਹ ਭਾਈ ਦੇ ਚੌਥੇ ਦਿਨ ਗੱਡੀ ਲੈ ਕੇ ਚੱਲ ਬਾਬਿਆਂ ਕੋ ਬਾਬਿਆਂ ਨੂੰ ਪੁੱਛਣ ਜਾਂਦੇ ਜੀ ਨੋ ਪੋਦੀ ਨਹੀਂ ਬਣਦੀ ਆ ਉਹ ਜਿੰਨਾਂ ਕੋ ਪੁੱਛਣ ਜਾਂਦੇ ਉਹਨਾਂ ਦਾ ਤਜਰਬਾ ਕੀ ਐ ਤੁਹਾਡੇ ਬੱਚੇ ਨੂੰ ਇੰਗਲਿਸ਼ ਨਹੀਂ ਆਉਂਦੀ ਤੁਹਾਡੇ ਬੱਚੇ ਨੂੰ ਮੈਥ ਨਹੀਂ ਆਉਂਦਾ ਤੁਸੀਂ ਕਿਹੜੇ ਟੀਚਰ ਕੋ ਜਾਓਗੇ ਟਿਊਸ਼ਨ ਖਾਉਣ ਜਿਹਨੂੰ ਇੰਗਲਿਸ਼ ਵਧੀਆ ਆਉਂਦੀ ਐ ਜਿਹਨੂੰ ਵਧੀਆ ਮੈਥ ਆਉਂਦਾ ਉਹਦੇ ਕੋ ਜਾਓਗੇ ਨਾ ਹੁਣ ਜਿਹਨੂੰ ਤੁਸੀਂ ਤੁਸੀਂ ਇਲਾਜ ਕਰਾਉਣਾ ਹੈ ਤੁਸੀਂ ਕਿਹੜੇ ਡਾਕਟਰ ਕੋਲ ਲੈ ਕੇ ਜਾਓਗੇ ਜਿਹੜਾ ਡਾਕਟਰ ਤਰੀਫਾਂ ਦੇ ਪੁੱਲ ਬੰਦਾ ਵੀ ਕਿਆ ਬਾਤ ਹੈ ਜੀ ਇਹਨੇ ਇਹਨੇ ਆਪਰੇਸ਼ਨ ਕੀਤੇ ਬੜਾ ਇਲਾਜ ਕੀਤਾ ਤਾਂ ਹੀ ਜਾਣਿਆ ਆਪਾਂ ਪਰ ਕਮਾਲ ਦੀ ਗੱਲ ਤੁਸੀਂ ਵੇਖੋ ਸਾਡੇ ਲੋਕ ਗ੍ਰਸਤੀ ਹੋ ਕੇ ਜਿਹੜੇ ਗ੍ਰਸਤੋਂ ਭਗੋੜੇ ਲੋਕ ਆ ਉਹਨਾਂ ਦੇ ਕੋਲ ਆਪਣੇ ਘਰ ਦੀਆਂ ਸਮੱਸਿਆਵਾਂ ਲੈ ਕੇ ਜਾ ਰਹੇ ਨੇ ਉਹ ਇਹ ਕਿਸੇ ਤਜਰਬੇਕਾਰ ਨੂੰ ਪੁੱਛੋ ਆਪਣੇ ਘਰ ਦੇ ਦਾਦੀ ਨੂੰ ਪੁੱਛ ਲਓ ਮੈਂ ਤਾਂ ਪਹਿਲਾਂ ਕਿਹਾ ਕਲਾ ਛੁਪੀ ਹੁੰਦੀ ਸਾਡੇ ਘਰਾਂ ਚ ਪਰ ਸਾਨੂੰ ਉਸ ਕਲਾ ਬਾਰੇ ਬੋਲੋ ਜੀ ਕਈ ਨਾ ਘਰਾਂ ਵਿੱਚ ਤੁਸੀਂ ਵੇਖਿਆ ਘਰਾਂ ਦੇ ਨਾ ਕਈ ਵਾਰੀ ਕੋਈ ਪੁੱਤਰ ਗੱਲ ਕਰਨ ਲੱਗੇ ਤੇ ਬਾਪ ਦਾਦਾ ਦਾਦੀ ਕਹਿੰਗੇ ਚੁੱਪ ਕਰ ਜਾਂ ਕੋਈ ਧੀ ਗੱਲ ਕਰਨ ਲੱਗੇ ਤੇ ਕਹਿੰਗੇ ਚੁੱਪ ਕਰ ਤੈਨੂੰ ਨਹੀਂ ਪਤਾ ਉਹ ਬੱਚਾ ਸੋਚਦਾ ਵੀ ਇਹਨਾਂ ਨੂੰ ਮੇਰੇ ਬਾਰੇ ਪਤਾ ਹੀ ਨਹੀਂ ਮੈਂ ਕੀ ਹਾਂ ਜਦੋਂ ਕਿਤੇ ਮੌਕਾ ਬਣਦਾ ਕਿਤੇ ਉਹ ਬਾਹਰ ਬੱਚਾ ਸਾਡਾ ਬਾਹਰ ਪੜਨ ਜਾਂਦਾ ਸਾਡੀ ਬੇਟੀ ਥੋੜੀ ਜਿਹੀ ਆਪਣੀਆਂ ਸਹੇਲੀਆਂ ਚ ਬੈਠਦੀ ਆ ਗੱਲਾਂ ਬਾਤਾਂ ਕਰਦੀ ਆ ਪਾਸੇ ਬਿਠੇ ਪਰਿਵਾਰ ਦੇ ਜੀ ਸੋਚਦੇ ਅੱਛਾ ਇੰਨੀ ਕਲਾ ਛੁਪੀ ਪਈ ਸੀ ਵੀ ਮੈਨੂੰ ਤੇ ਪਤਾ ਹੀ ਨਹੀਂ ਸੀ ਇਦਾਂ ਘਰਾਂ 'ਚ ਦਾਦੇ-ਦਾਦੀਆਂ ਕੋਲ ਵੀ ਕਲਾ ਹੈਗੀ ਐ ਘਰਾਂ 'ਚ ਬਜ਼ੁਰਗਾਂ ਕੋਲ ਵੀ ਕਲਾ ਹੈਗੀ ਆ ਪਰ ਆ ਸੁਖਨਾ ਜਿਹੜੇ ਅੱਜ ਕੱਲ ਆ ਆ ਮੋਬਾਈਲ ਆ ਇਹ ਪੰਜ ਜੀ ਬੈਠੇ ਉਹਨੇ ਇੱਕੇ ਰੂਮ 'ਚ ਹੀ ਤੇ ਐਂ ਲੱਗਦਾ ਪਰਿਵਾਰ ਦਾ ਕੋਈ ਜੀ ਨਹੀਂ ਹੈਗਾ ਘਰ ਸਾਹ ਨਹੀਂ ਆ ਰਿਹਾ ਕਿਉਂ ਤੇ ਫੇਰ ਦੂਜੇ ਨੂੰ ਤਾਂ ਹੁੱਜਾ ਮਾਰਦੇ ਤੂੰ ਹੈੱਡਫੋਨ ਲਾ ਕੇ ਸੁਣ ਲਾ ਤੇਰੀ ਮੈਨੂੰ ਨਹੀਂ ਸੁਣਨ ਰਹੀ ਪਰ ਪਹਿਲਾਂ ਥੋੜਾ ਟੀਵੀ ਹੁੰਦਾ ਸਾਰੇ ਬਹਿ ਕੇ ਇਕੱਠੇ ਵੇਖ ਵੀ ਲੈਂਦੇ ਸੀ ਤੇ ਹੱਸ ਵੀ ਲੈਂਦੇ ਸੀ ਹੁਣ ਬੰਦਾ ਅੱਛਾ ਇਕ ਲਾ ਕੇ ਹਾਸੇ ਵਾਲੀ ਚੀਜ਼ ਵੇਖਣ ਰਿਹਾ ਉਹ ਹੱਸਣ ਰਿਹਾ ਦੂਜਾਂ ਦਾ ਇਹ ਕਿਉਂ ਨਹੀਂ ਮੇਰੇ ਨਾਲ ਵੇਖਿਆ ਹੱਸਦੇ ਵੀ ਤੂੰ ਆਪਣੀ ਸੁਣਦੇ ਏ ਤੇਰੇ ਦੇਖ ਕੇ ਕਿਦਾਂ ਹੱਸਣਾ 10 ਮਿੰਟ ਆ ਇੱਕ ਬੰਦੇ ਨੇ ਨੈਟ ਤੇ ਲਿਖ ਕੇ ਪਾਇਆ ਕਹਿੰਦਾ ਮੇਰਾ ਨਾ ਇੰਟਰਨੈਟ ਨਾ ਚੱਲੇ 1.5 ਘੰਟਾ ਕਹਿੰਦਾ ਮੈਨੂੰ ਉਸ ਦਿਨ ਪਤਾ ਲੱਗਾ ਵੀ ਬੰਦੇ ਤੇ ਸਾਡੇ ਘਰ ਦੇ ਵੀ ਬੜੇ ਵਧੀਆ ਵੀ ਕਿਉਂਕਿ ਅੱਧਾ ਘੰਟਾ ਮੋਬਾਈਲ ਨਾ ਚੱਲਿਆ ਤੇ ਮਾਂ ਨਾਲ ਗੱਲਾਂ ਕੀਤੀਆਂ ਘਰ ਵਾਲੀ ਨਾ ਕੀਤੀਆਂ ਘਰ ਵਾਲੀ ਨੇ ਘਰ ਵਾਲੇ ਨਾ ਕੀਤੀਆਂ ਬੱਚਿਆਂ ਨਾਲ ਕੀਤੀਆਂ ਅੱਜ ਡਿਪਰੈਸ਼ਨ ਕਿੱਥੋਂ ਆਇਆ ਜੀ ਤੁਹਾਡੇ ਕੋਲ ਡਾਕਟਰ ਵੀਰ ਹੋਵੇ ਕਿਹੜੀ ਬਿਮਾਰੀ ਐ ਇਹ ਤੇ ਪ੍ਰੈਸ਼ਰ ਹੀ ਬਣਿਆ 쿠ਕਰ ਆਲੂ ਤਾਂ ਪਤੀਲੇ ਚ ਵੀ ਉਬਲ ਜਾਂਦੇ ਆ ਪਰ 쿠ਕਰ ਛੇਤੀ ਉਬਲ ਜਾਂਦਾ ਕੋਈ ਪ੍ਰੈਸ਼ਰ ਬਣ ਜਾਂਦਾ ਆ ਕਈ ਕਹਿਣਗੇ ਇਹ ਸੁੱਤਾ ਹੀ ਸੌ ਗਿਆ ਇਹ ਗੱਲ ਨਹੀਂ ਕੀਤੀ ਤੁਹਾਨੂੰ ਕੀ ਪਤਾ ਸੁੱਤਾ ਸੌ ਗਿਆ ਕਿੰਨਾ ਪ੍ਰੈਸ਼ਰ ਸੀ ਦਿਮਾਗ ਚ ਉਹਦੇ ਇਹ ਪ੍ਰੈਸ਼ਰ ਹੁੰਦਾ ਬੰਦੇ ਦੇ ਅੰਦਰ ਬੰਦਾ ਆਪਣੇ ਆਪ ਸੋ ਜਿਹੜੇ ਗੱਲਾਂ ਗੁੱਲਾਂ ਕਰਨ ਵਾਲੇ ਬੰਦੇ ਆ ਨਾ ਬਾਹਰੋਂ ਉਹ ਆਪਣੀਆਂ ਗੱਲਾਂ ਪੁਰਾਣੇ ਬਜ਼ੁਰਗ ਸੀ ਮੱਜਾਂ ਨਾਲ ਵੀ ਗੱਲਾਂ ਕਰ ਲੈਣੀਆਂ ਮੱਜਾਂ ਨੂੰ ਨਵਾਉਂਦੇ ਆਂ ਸਿੰਗਾ ਨੂੰ ਤੇਲ ਲਾਉਣਾ ਫਸਲ ਨਾਲ ਗੱਲਾਂ ਕਰਨੀਆਂ ਪੁਰਾਣੇ ਬਜ਼ੁਰਗ ਦੱਸਦੇ ਸੀ ਜਦੋਂ ਕਿਸਾਨ ਫਸਲ ਦੇ ਵਿੱਚੋਂ ਦੀ ਦਾ ਲੰਘ ਜਾਂਦਾ ਨਾ ਫਸਲ ਨੂੰ ਇੱਕ ਚਾੜ ਚੜਦਾ ਵੀ ਮੇਰਾ ਖਸਮ ਮੇਰੇ ਵਿੱਚ ਤੁਰਿਆ ਫਿਰਦਾ ਕਾਰੋਬਰ ਚੀਜ਼ ਹੀ ਇਦਾਂ ਦੀ ਕਿਰਤ ਚੀਜ਼ ਹੀ ਇਦਾਂ ਦੀ ਹੈ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਜਿਨ੍ਹਾਂ ਨੂੰ ਕੀਚੇ ਲਾਉਣ ਦਾ ਸ਼ੌਕ ਹੁੰਦਾ ਹੈ ਕਰਾਂ ਚ ਫੁੱਲ ਲਾਉਂਦੇ ਆ ਉਹ ਆਪਣੇ ਆਪ ਨੂੰ ਬਿਜ਼ੀ ਰੱਖਦੇ ਆ ਉਹ ਫੁੱਲਾਂ ਨਾਲ ਵੀ ਗੱਲਾਂ ਕਰਦੇ ਆ ਅੱਜ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ ਅਸੀਂ ਅਸੀਂ ਅਮੀਰੀ ਸਮਝਿਆ ਵੱਡੇ ਪੱਥਰ ਨੂੰ ਵੱਡੇ ਦਰਵਾਜ਼ੇ ਨੂੰ ਵੱਡੀ ਗੱਡੀ ਨੂੰ ਅਸੀਂ ਅਮੀਰੀ ਇਹਨੂੰ ਸਮਝਿਆ ਪਰ ਇਹ ਅਮੀਰੀ ਨਹੀਂ ਹੈ ਨਹੀਂ ਮੈਂ ਅਮੀਰੀ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਬਾੜਾਂ ਤੇ ਵੇਖੀ ਹੈ ਜਿੱਥੇ ਬੈਠ ਕੇ ਗੱਲਾਂ ਬਾਤਾਂ ਹੋ ਰੀਆਂ ਸਨ ਦੁੱਖ ਸੁੱਖ ਪੁੱਛੇ ਜਾ ਰਹੇ ਸੀ ਆ ਕਰੋਨਾ ਦੀ ਗੱਲ ਐ ਸਾਰੇ ਦੇਸ਼ ਦੀ ਭਾਰਤ ਦੀ ਵੱਖ-ਵੱਖ ਸਟੇਟਾਂ ਚ ਕਰੋਨਾ ਨੇ ਸਾਰਿਆਂ ਨੂੰ ਪੀੜਿਤ ਕੀਤਾ ਪਰ ਤੁਹਾਡੇ ਵਿੱਚੋਂ ਕਈ ਉਸ ਅੰਦੋਲਨ ਝੋਕੇ ਆਏ ਹੋਣੇ ਨੇ ਇੱਕ ਵੀ ਕਿਸਾਨੀ ਅੰਦੋਲਨ ਚ ਇੱਕ ਵੀ ਕਿਸਾਨ ਕਰੋਨਾ ਨਾਲ ਪੀੜਿਤ ਨਹੀਂ ਹੋਇਆ ਕਿਉਂ ਜੀ ਉਥੇ ਕੋਈ ਲੈਣ ਖਿੱਚੀ ਹੋਈ ਸੀ ਨਹੀਂ ਜਜਬਾ ਇਡਾ ਤਗੜਾ ਬੈਠੇ ਉਥੇ ਉਹ ਸੀ ਜਿਨ੍ਹਾਂ ਦੇ ਅੰਦਰ ਬੜੇ ਤਗੜੇ ਸੀ ਬੈਠੇ ਉਥੇ ਉਹ ਸੀ ਜਿਨ੍ਹਾਂ ਦੇ ਬੋਲ ਅੰਦਰ ਬੜੇ ਮਜਬੂਤ ਸੀ ਕਿਹੜਾ ਸੈਨੀਟਾਈਜ਼ਰ ਵਰਤੇ ਆ ਉਥੇ ਜੀ ਉਹਨਾਂ ਨੇ ਮਾਵਾਂ ਸਾਡੀਆਂ ਦੇ ਲੋਹਾ ਤੇ ਪ੍ਰਸ਼ਾਦੇ ਤਿਆਰ ਕਰਨੇ ਸਵੇਰੇ ਚਾਰ-ਚਾਰੇ ਵਜੇ ਉੱਠ ਕੇ ਪਾਸਟ ਟਰਾਲੀਆਂ ਚ ਆ ਕੱਲ ਵੀਰ ਗਰਜਨ ਸਿੰਘ ਹਣੀ ਅਸੀਂ ਇੱਕ rau ਦਾ ਲੰਗਰ ਲਾਉਂਦੇ ਆ ਉਥੋਂ ਲੁਧਿਆਣੇ ਦੇ ਵੀਰ ਅਸੀਂ ਉਹਨਾਂ ਕੋਲ ਗਏ ਉਥੇ ਇੱਕ ਬਜ਼ੁਰਗ ਮੈਂ ਕਹਿੰਨਾ ਵੀ ਜਦੋਂ ਇਹ ਤੇ ਪਿਕਚਰ ਬਣੇਗੀ ਨਾ ਇੱਕ ਨਹੀਂ ਸੈਂਕੜੇ ਫਿਲਮਾਂ ਬਣ ਗਈਆਂ ਇਸ ਅੰਦੋਲਨ ਤੇ ਕਈ ਚਿਹਰੇ ਇਹੋ ਜਿਹੇ ਇਸ ਅੰਦੋਲਨ ਨੂੰ ਕਾਮਯਾਬ ਕਰਨ ਵਾਲੇ ਜਿਹੜੇ ਸਾਡੇ ਤੱਕ ਅਜੇ ਪਹੁੰਚੇ ਹੀ ਨਹੀਂ ਇੱਕ ਹਰਿਆਣੇ ਦਾ ਨੌਜਵਾਨ ਉਹਦੇ ਪੈਰਾਂ 'ਚ ਜੋੜਾ ਨਹੀਂ ਤੇ ਪੁੱਛਣ ਚਲੇ ਗਏ ਵੀ ਤੁਸੀਂ ਪੈਰੀ ਜੋੜਾ ਕਿਉਂ ਨਹੀਂ ਪਾਇਆ ਵੀ ਜੁੱਤੀਆਂ ਨਹੀਂ ਉਹ ਕਹਿੰਦਾ ਨਹੀਂ ਗੱਲ ਇਹ ਨਹੀਂ ਆ ਮੈਂ ਪਹਿਲੇ ਦਿਨ ਟਰਾਲੀ 'ਚ ਬਹਿ ਕੇ ਹਰਿਆਣੇ ਦਾ ਰਹਿਣ ਵਾਲਾ ਪਹਿਲੇ ਦਿਨ ਟਰਾਲੀ 'ਚ ਬਹਿ ਕੇ ਮੈਂ ਅੰਦੋਲਨ 'ਚ ਆ ਗਿਆ ਵੈਸੇ ਉਹ ਕੇਸ ਘਟਾਉਂਦਾ ਆਪਣੇ ਉਹਨੇ ਕੇਸ ਵੀ ਨਹੀਂ ਘਟਾਏ ਆਪਣੇ ਉਹ ਕਹਿੰਦਾ ਵੀ ਮੈਂ ਪ੍ਰਾਣ ਕੀਤਾ ਨਾ ਤੇ ਮੈਂ 26 27 ਨਵੰਬਰ ਦਾ 2020 ਦਾ ਇਸ ਅੰਦੋਲਨ ਚ ਆਇਆ ਨਾ ਤੇ ਮੈਂ ਅਜੇ ਤੱਕ ਆਪਣੇ ਘਰ ਗਿਆ ਤੇ ਨਾ ਮੈਂ ਜਾਣਾ ਵਾ ਤੇ ਨਾ ਮੈਂ ਪੈਰੀ ਜੋੜਾ ਪਾਇਆ ਪੁੱਛਿਆ ਕਿਉਂ ਕਹਿੰਦਾ ਜੋੜਾ ਵੀ ਉਸ ਦਿਨ ਪਾਉਂ ਤੇ ਘਰ ਵੀ ਉਸ ਦਿਨ ਜਾਵਾਂ ਜਦੋਂ ਤਿੰਨੇ ਕਾਲੇਕ ਨੂੰ ਰੱਦ ਹੋ ਕੇ ਕਿਸਾਨ ਆਪੂ ਆਪਣੇ ਘਰਾਂ ਨੂੰ ਜਾਣਗੇ ਇੱਕ ਕਮਿਟਮੈਂਟ ਹੈ ਉਹਦੀ ਆਪਣਾ ਇੱਕ ਪ੍ਰਾਣ ਹੈ ਆਪਣੇ ਆਪ ਦਾ ਇੱਕ ਨੌਜਵਾਨ ਸੀ ਉਹਦੇ ਘਰ 11 ਸਾਲਾਂ ਬਾਅਦ ਪੁੱਤਰ ਨੇ ਜਨਮ ਲਿਆ ਕਿੰਨੇ ਸਾਲ ਬਾਜੀ 11 ਸਾਲਾਂ ਬਾਅਦ ਤੇ ਘਰੋਂ ਮੈਸੇਜ ਆਉਂਦਾ ਹੈ ਤੇਰੇ ਘਰ ਬੇਟੇ ਨੇ ਜਨਮ ਲਿਆ ਜਲਾਈ ਮਹੀਨੇ ਚ ਬੇਟਾ ਹੋ ਗਿਆ ਸੀ ਉਹਦੇ ਤੁਹਾਨੂੰ ਖਬਰ ਜਲਾਈ ਚ ਹੀ ਮਿਲ ਗਈ ਸੀ ਉਹ ਕਹਿੰਦਾ ਉਦੋਂ ਆਵਾਂਗਾ ਜਦੋਂ ਮੇਰਾ ਇਹ ਤਿੰਨੇ ਕਾਰਡ ਇੱਕ ਨੂੰ ਰੱਦ ਹੋ ਗਏ ਉਹਨੇ ਉੱਥੋਂ ਨਾਮ ਰੱਖ ਦਿੱਤਾ ਆਪਣੇ ਪੁੱਤਰ ਦਾ ਪਤਾ ਕੀ ਨਾਮ ਰੱਖਿਆ ਅੰਦੋਲਨ ਜੀਤ ਸਿੰਘ ਅੰਦੋਲਨ ਬੋਲੋ ਸਾਰੇ ਜੀਤ ਸਿੰਘ ਉਹ ਕਹਿੰਦਾ ਮੈਂ ਆਪਣੇ ਬੇਟ ਦਾ ਨਾਮ ਉੱਥੋਂ ਰਖਤਾ ਤਿੰਨੇ ਕਾੜੇ ਕਿਨੂੰ ਰੱਦ ਹੋਣਗੇ ਤੇ ਫੇਰ ਮੈਂ ਆਪਣੇ ਘਰ ਨੂੰ ਜਾਵਾਂਗਾ ਤੀਜਾ ਕਬਜ਼ੁਰਗ ਮਿਲਿਆ ਉਹਦੀ ਵਾਈਫ ਦੀ ਡੈਥ ਹੋ ਗਈ ਆਇਆ ਸੰਸਕਾਰ ਕਰਕੇ ਫੇਰ ਚਲਾ ਗਿਆ ਰਵਦਾਸੀਏ ਪਰਿਵਾਰ ਦਾ ਹੈ ਇੱਕ ਮਰਲਾ ਵੀ ਜ਼ਮੀਨ ਨਹੀਂ ਹੈ ਉਸ ਬਜ਼ੁਰਗ ਦੀ ਇੱਕ ਮਰਲਾ ਵੀ ਇਹ ਅੰਦੋਲਨ ਉਹਨਾਂ ਸਿਰ ਤੇ ਦਿੱਤੇ ਆਪਾਂ ਦੋ ਦਿਨ ਆਪਣੇ ਘਰੋਂ ਬਾਹਰ ਰਹੀਏ ਨਾ ਸਾਧ ਸੰਗਤ ਜੀ ਬੋਲੋ ਪਿਆਰਿਓ ਕਿਸੇ ਰਿਸ਼ਤੇਦਾਰ ਦੇ ਘਰ ਜਾਈਏ ਨਾ ਤੇ ਬੰਦਾ ਸਵੇਰੇ ਉੱਠ ਕੇ ਪੁੱਛਦਾ ਤੇ ਤੇਰੀ ਅੱਖਾਂ ਬੜੀਆਂ ਲਾਲ ਐ ਕੀ ਗੱਲ ਐ ਬੰਦਾ ਕਹਿੰਦਾ ਰਾਤ ਮੈਨੂੰ ਨੀਂਦ ਬੋਲੋ ਸਾਰੇ ਜੀ ਕਿਉਂ ਕਿਉਂਕਿ ਬੈੱਡ ਬਦਲ ਗਿਆ ਕਈਆਂ ਨੂੰ ਜਗ੍ਹਾ ਬਦਲ ਜਿਵੇਂ ਤੇ ਨੀਂਦ ਨਹੀਂ ਆਉਂਦੀ ਮੈਂ ਕਹਿੰਦਾ ਉਹ ਧੰਨ ਸੀ ਜਿਹੜੇ ਟਰਾਲੀਆਂ ਚ ਟਰੈਕਟਰਾਂ ਤੇ ਰਾਤਾਂ ਕੱਢੀਆਂ ਜਿਹੜੇ ਟੈਂਟਾਂ ਦੇ ਵਿੱਚ ਆਪਣਾ ਉਹਨਾਂ ਨੇ ਪੂਰਾ ਸਿਆਲ ਸਰਦੀ ਗਰਮੀ ਬਰਸਾਤਾਂ ਹਰ ਮੌਸਮ ਕੱਢਿਆ ਸਿਰ ਝੁਕਦਾ ਉਹਨਾਂ ਦੀ ਗੱਡੀ ਇਹ ਕੌਣ ਨੇ ਇਹ ਗ੍ਰਿਸ਼ਤੀ ਲੋਕ ਨੇ ਇਹ ਗ੍ਰਿਸ਼ਤੀ ਪਰਿਵਾਰ ਨੇ ਕੋਈ ਬਜ਼ੁਰਗ ਬੈਠਾ ਹੈ ਕੋ ਮਾਂ ਬੈਠੀ ਹੈ ਜਿਹੜਾ ਰਲ ਕੇ ਇਸ ਅੰਦੋਲਨ ਨੂੰ ਸਫਲ ਕੀਤਾ ਤੋ ਮੈਂ ਬੇਨਤੀ ਇੰਨੀ ਕਰਨੀ ਚਾਹੁੰਨਾ ਇਹ ਚਾਰ ਲਾਵਾ ਖੇੜ ਸਾਰੀ ਅੱਧੇ ਪੌਣੇ ਘੰਟੇ ਦੀ ਆ ਗੁਰੂ ਅਗੇ ਉਹ ਅਰਦਾਸ ਹੈ ਸਾਡੇ ਵੀਰ ਗੁਰਜੰਡ ਸਿੰਘ ਜਿਨ੍ਹਾਂ ਦਾ ਆਨੰਦ ਕਾਰਜ ਹੋਣਾ ਹੈ ਕੱਲ ਨੂੰ ਇਹ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ ਇਹ ਬੜੇ ਪਿਆਰੇ ਰਿਸ਼ਤੇ ਨੇ ਮਾਤਾ ਪਿਤਾ ਜੇ ਅਸੀਂ ਇੱਕ ਲੜਕੀ ਤੋਂ ਉਮੀਦ ਲਾਉਨੇ ਆ ਉਹ ਵਿਆਹੀ ਆਈ ਸਾਡੇ ਘਰ ਮੇਰੇ ਮਾਂ ਬਾਪ ਦਾ ਸਤਿਕਾਰ ਕਰੇ ਇੱਕ ਲੜਕੀ ਵੀ ਉਮੀਦ ਲਾਉਂਦੀ ਐ ਜਦੋਂ ਮੇਰਾ ਪਤੀ ਮੇਰੇ ਨਾਲ ਜਾਵੇ ਇਹ ਮੇਰੀ ਮਾਂ ਨੂੰ ਆਪਣੀ ਮਾਂ ਸਮਝੇ ਥੋੜੇ ਜੇ ਬੱਚੇ ਚੁੱਪ ਕਰਾਏ ਜੀ ਸਮਾਂ ਥੋੜਾ ਹੀ ਐ ਦੋ ਵੀਰ ਉੱਠ ਕੇ ਪਿੱਛੇ ਬੱਚੇ ਖੇਡ ਰਹੇ ਨੇ ਕਿਉਂਕਿ ਮੈਨੂੰ ਪਤਾ ਇਹੋ ਜੇ ਮੌਕਿਆਂ ਤੇ ਵਿਚਾਰਾਂ ਸੁਣਨੀਆਂ ਤੇ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਪਰ ਫਿਰ ਵੀ ਤੁਸੀਂ ਵੱਡਿਆਂ ਭਾਗਾਂ ਵਾਲਿਓ ਮੈਂ ਤੁਹਾਡੇ ਗਾੜੀ ਸਿਰ ਝੁਕਾਉਣਾ ਤੁਸੀਂ ਬੜੀ ਸ਼ਾਂਤੀ ਨਾਲ ਲੰਬਾ ਟਾਈਮ ਬੈਠ ਕੇ ਸੁਣਿਐ ਜਿੱਦਾਂ ਅਸੀਂ ਆਪਣੇ ਘਰ ਆਪਣੀ ਭੈਣ ਨੂੰ ਵਿਆਹਨੇ ਆ ਤੋਰਦੇ ਆ ਜਿੱਦਾਂ ਅਸੀਂ ਆਪਣੇ ਪਰਿਵਾਰਾਂ ਚ ਇਹ ਗੱਲਾਂ ਬਹੁਤ ਛੋਟੀਆਂ ਨੇ ਪਰ ਇਹਨਾਂ ਦੇ ਅਰਥ ਬੜੇ ਵੱਡੇ ਨੇ ਜਦੋਂ ਅਸੀਂ ਲੜਕੀ ਤੋਂ ਉਮੀਦ ਲਾਉਂਦੇ ਆ ਉਹ ਘਰ ਆਵੇ ਮੇਰੇ ਮਾਂ ਬਾਪ ਦੀ ਰਿਸਪੈਕਟ ਕਰੇ ਮੇਰੀ ਭੈਣ ਦਾ ਸਤਿਕਾਰ ਕਰੇ ਉਹ ਵੀ ਉਮੀਦ ਲਾਉਂਦੀ ਹੈ ਜਦੋਂ ਮੇਰਾ ਮਾਂ ਬਾਪ ਮਿਲ ਨਾਉਣ ਜਾਂ ਮੇਰੇ ਮਾਂ ਬਾਪ ਨੂੰ ਇਹ ਮਿਲਣ ਜਾਣ ਅਸੀਂ ਪੁੱਤਰ ਬਣ ਜਾਈਏ ਨੋਹਾਂ ਨੂੰ ਧੀਆ ਬਣਾ ਲਓ ਜੁਆਇਆਂ ਨੂੰ ਪੁੱਤਰ ਬਣਾ ਲਓ ਇਹ ਰਿਸ਼ਤੇ ਬੜੇ ਪਿਆਰੇ ਨੇ ਜਦੋਂ ਨੋ ਸਾਰੀ ਜ਼ਿੰਦਗੀ ਨੋ ਰਹਿੰਦੀ ਐ ਤੇ ਜਵਾਈ ਸਾਰੀ ਜ਼ਿੰਦਗੀ ਜਵਾਈ ਰਹਿੰਦਾ 13 ਪਈਆਂ ਰਹਿੰਦੀਆਂ ਨੇ ਲੱਖ ਅਸੀਂ ਇੱਧਰ ਉੱਧਰ ਕਰ ਲਈਏ ਉਹ ਮਨ ਮਿਟਾ ਮਿਟਦੇ ਨਹੀਂ ਜ਼ਿੰਦਗੀ ਬੜੀ ਖੂਬਸੂਰਤ ਐ ਇਹਨੂੰ ਜਿਉਣ ਦਾ ਤਰੀਕਾ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸਿਖਾਇਆ ਏ ਇੱਕ ਬੇਨਤੀ ਕਰਾਂ ਅਕਸਰ ਘਰ ਦੇ ਵਿੱਚ ਆਪਣੀ ਬੇਟੀ ਨੂੰ ਮੰਨ ਲਓ ਕੋਈ ਕੰਮ ਕਰਨਾ ਨਹੀਂ ਆਉਂਦਾ ਉਹਨੂੰ ਆਟਾ ਗੁੰਨਣਾ ਨਹੀਂ ਆਇਆ ਸਬਜ਼ੀ ਬਣਾਉਣ ਚ ਕੋ ਮੁਸ਼ਕਲ ਆਈ ਉਹਨੂੰ ਕਪੜਾ ਪ੍ਰੈਸ ਕਰਨਾ ਨਹੀਂ ਆਇਆ ਮੰਨ ਲਓ ਮੰਨ ਲਓ ਸਬਜ਼ੀ ਬਣਾਉਣ ਲੱਗੀ ਮੰਨ ਲਓ ਵੀ ਉਹ ਉਹਦੇ ਕੋਲੋਂ ਸਬਜ਼ੀ ਬਣਾਉਣ ਲੱਗਿਆ ਕੋਈ ਉਹਨੂੰ ਨਮਕ ਵੱਧ ਘੱਟ ਪੈ ਗਿਆ ਮਾਂ ਕਦੀ ਜਾ ਕੇ ਗਵਾਂਢੀਆਂ ਨੂੰ ਕਹੇਗੀ ਕਿ ਅੱਜ ਮੇਰੀ ਧੀ ਨੂੰ ਸਬਜ਼ੀ ਬਣਾਉਣੀ ਨਹੀਂ ਆਈ ਕਿਉਂ ਨਹੀਂ ਕਹੇਗੀ ਭਲਾ ਬੋਲੋ ਪਹਿਣੋ ਉਹਨੂੰ ਪਤਾ ਹੈ ਜੇ ਮੈਂ ਇਹ ਗੱਲ ਜਾ ਕੇ ਗਵਾਂਢਣ ਨੂੰ ਕਿਸੇ ਆਪਣੇ ਫਰੈਂਡ ਨੂੰ ਦੱਸੀ ਤਾਂ ਉਹਨੇ ਕਹਿੰਨੇ ਸਿਖਾਉਣਾ ਕਹਿੰਨੇ ਸੀ ਕਹਿੰਨੇ ਸਿਖਾਉਣਾ ਸੀ ਜੀ ਮਾਂ ਨੇ ਬਸ ਸੇਮ ਇਦਾਂ ਹੀ ਜੇ ਨੋ ਵਿਆਹੀ ਆਈ ਆ ਉਹਨੂੰ ਉਹਨੂੰ ਕਿਸੇ ਚੀਜ਼ ਦਾ ਨਹੀਂ ਵੀ ਪਤਾ ਉਹਨੂੰ ਕਹਵੇ ਪੁੱਤਰ ਵੇਖ ਤੇਰੇ ਕੋਲ ਐਜੂਕੇਸ਼ਨ ਹੈ ਤੂੰ ਪੜ੍ਹੀ ਲਿਖੀ ਹੈ ਜਿਹੜੀ ਚੀਜ਼ ਤੈਨੂੰ ਨਹੀਂ ਆਏਗੀ ਉਹ ਮੈਂ ਸਿਖਾਵਾਂਗਾ ਮੈਂ ਸਿਖਾਵਾਂਗੀ ਤੇ ਜਿਹੜੀ ਗੱਲ ਪੁੱਤਰਾ ਮੈਨੂੰ ਨਾ ਪਤਾ ਹੋਈ ਉਹ ਮੈਨੂੰ ਤੂੰ ਦੱਸ ਦੇ ਮਾਂ ਦਾ ਤਜਰਬਾ ਹੈ ਧੀ ਦੀ ਐਜੂਕੇਸ਼ਨ ਹੈ ਦੋਵੇਂ ਰਲ ਜਾਂਦੇ ਘਰ ਸਵਰਗ ਬਣ ਜਾਂਦਾ ਹੈ ਇਦਾਂ ਹੀ ਹੈ ਪਰਿਵਾਰ ਜਦੋਂ ਸਾਡੇ ਤਰੇੜਾ ਕਿੱਥੋਂ ਪੈਂਦੀਆਂ ਨੇ ਜਦੋਂ ਮੈਂ ਕਹਿੰਨਾ ਮੈਂ ਦੂਜੇ ਨੂੰ ਅਕਲ ਦੇ ਦੇਵਾਂ ਦੂਜੇ ਕੋਲੋਂ ਅਕਲ ਮੈਂ ਲਵਾਂ ਨਾ ਅਕਲ ਦਾ ਸਬੰਧ ਉਮਰ ਨਾਲ ਨਹੀਂ ਹੈ ਆ ਚੀਜ਼ ਨੋਟ ਕਰਿਓ ਅਕਲ ਦਾ ਸਬੰਧ ਬੰਦੇ ਦੀ ਉਮਰ ਨਾਲ ਨਹੀਂ ਹੈ ਕਈ ਵਾਰੀ ਤੁਹਾਡੇ ਘਰਾਂ ਚ ਪੋਤਰਾ ਤੁਹਾਡੇ ਇੰਨੀ ਸਿਆਣੀ ਗੱਲ ਕਰਦਾ ਦਾਦਾ ਉਹਦੇ ਮੂੰਹ ਹਲ ਵੈਂਦਾ ਰਹਿੰਦਾ ਉਹ ਇੰਨੀ ਸਿਆਣੀ ਗੱਲ ਤੇ ਜੇ ਆਪਾਂ ਉਹਨੂੰ ਇਹਦਾ ਛਾੜ ਦਈਏ ਤੈਨੂੰ ਬੜਾ ਪਤਾ ਕਈ ਵਾਰੀ ਨਾ ਤੁਸੀਂ ਵੇਖਿਆ ਨਾ ਪਤਾ ਹੁੰਦਾ ਇੱਥੇ ਬਾਪ ਗਲਤ ਹੈ ਤੇ ਪੁੱਤਰ ਬਾਪ ਨੂੰ ਕਿਸੇ ਗੱਲੋਂ ਟੋਕਦਾ ਹੈ ਹੁਣ ਬਾਪ ਨੂੰ ਪਤਾ ਵੀ ਹੋਰ ਤੇ ਮੇਰੇ ਕੋਲ ਇਹਦੀ ਇਹਨੂੰ ਚੁੱਪ ਕਰਾਉਣ ਦਾ ਤਰੀਕਾ ਹੈ ਨਹੀਂ ਉਹ ਅੱਗੋਂ ਪਤਾ ਕਹਿੰਦਾ ਤੂੰ ਮੇਰਾ ਬਾਪਾਂਗੇ ਮੈਂ ਤੇਰਾ ਬਾਪ ਉਹ ਬੱਚਾ ਮੂੰਹ ਹਾਰ ਕੇ ਬੋਲਦਾ ਕੋਈ ਉਹਨੇ ਵੀ ਜਾਇਦਾਦ ਲੈਣੀ ਹੁੰਦੀ ਕਹਿੰਦਾ ਬਾਪ ਤੇ ਬਾਪੂ ਤੂੰ ਹੀ ਹੈ ਮੇਰਾ ਪਰ ਜੇ ਹਿਸਾਬ ਕਿਤਾਬ ਲਈਏ ਤੇ ਗੱਲ ਸਿਆਣੀ ਮੇਰੀ ਸੀ ਕਹਿੰਦਾ ਬਾਪ ਦੇ ਹਿਸਾਬ ਨਾਲ ਤੇ ਬਾਪ ਤੂੰ ਹੀ ਹੈ ਮੇਰੇ ਪਰ ਗੱਲ ਮੇਰੀ ਸਿਆਣੀ ਸੀ ਉਹਨੇ ਚੁੱਪ ਕਰਾਤਾ ਗੱਲ ਇਹ ਸੀ ਸਿਆਣਪ ਦਾ ਸਬੰਧ ਬੰਦੇ ਦੀ ਉਮਰ ਨਾਲ ਨਹੀਂ ਹੈ ਜਦੋਂ ਤੁਸੀਂ ਗੁਰਮਤ ਦੇ ਨਜ਼ਰੀਏ ਤੋਂ ਵੇਖੋਗੇ ਪਾਸਪੋਰਟ ਵੀ ਬਣਨਾ ਹੋਵੇ ਲਾਇਸੈਂਸ ਵੀ ਬਣਨਾ ਹੋਵੇ ਇੱਕ ਉਮਰ ਨਿਸ਼ਚਿਤ ਹੈ ਹਾਂਜੀ ਪਰ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੀ ਕਿੰਨੀ ਉਮਰ ਸੀ ਤੁਸੀਂ ਉਮਰ ਵੇਖੋ ਤੇ ਬਾਬਾ ਫਤੇਹ ਸਿੰਘ ਦੀ ਕਿੰਨੀ ਉਮਰ ਸੀ ਮੈਂ ਕਈ ਵਾਰੀ ਸੋਚਦਾ ਐਜੂਕੇਸ਼ਨ ਦਾ ਕਿੰਨਾ ਫਰਕ ਹੁੰਦਾ ਜਦੋਂ ਤੁਸੀਂ ਆਪਣੇ ਬੱਚੇ ਨੂੰ ਪਾਲਦੇ ਜੇ ਘਰ 'ਚ ਆ ਹੁਣ ਤਾਂ ਫਰਕ ਪੈ ਗਿਆ ਕਿ ਮਾਵਾਂ ਨੇ ਨਾ ਬੱਚੇ ਨੂੰ ਨਵਾਉਣਾ ਤੇ ਬੱਚੇ ਨੇ ਨਵਾਉਣਾ ਨਾ ਨਾ ਉਹਨੂੰ ਕਹਿਣਾ ਪੁਲਿਸ ਆਜੂਗੀ ਨਾ ਲਾ ਮਾਂਊ ਆਜੂ ਉਹ ਬੱਚਿਆਂ ਦੇ ਦਿਮਾਗ ਵਿੱਚ ਪੁਲਿਸ ਦੀ ਇਹੋ ਜਿਹੀ ਇਮੇਜ ਬਣ ਜਾਂਦੀ ਆ ਤਸਵੀਰ ਬਣ ਜਾਂਦੀ ਵੀ ਪੁਲਿਸ ਤੋਂ ਸਾਰੀ ਜ਼ਿੰਦਗੀ ਡਰਦੇ ਰਹਿੰਦੇ ਆ ਪੁਲਿਸ ਵਾਲੇ ਵੀ ਤੇ ਸਾਡੇ ਭਰਾ ਨੇ ਨਾ ਹੁਣ ਇੱਕ ਬੰਦੇ ਬਾਬਾ ਫਤਿਹ ਸਿੰਘ ਵਾ ਉਹਨਾਂ ਨੂੰ ਇਦਾਂ ਤਿਆਰ ਕੀਤਾ ਹੋਵੇਗਾ ਮਾਤਾ ਗੁਜਰ ਕੌਰ ਨੇ ਵੀ ਪੁਲਿਸ ਆ ਜੂਗੀ ਆ ਕਰ ਲੋਗੇ ਅਗਲੇ ਮੁਖਮ ਇਦਾਂ ਕਹ ਲੋ ਵੀ ਮੁੱਖ ਮੰਤਰੀ ਦਾ ਦਰਬਾਰ ਲੱਗਾ ਤੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਮੁੱਖ ਮੰਤਰੀ ਦੇ ਦਰਬਾਰ ਚ ਪੇਸ਼ ਹੋ ਰਿਹਾ ਤੇ ਜਾਂਦਿਆਂ ਕੀ ਕਿਹਾ ਭਲਾ ਉਹਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਹੁਣ ਜਿਹੜੇ ਬੱਚੇ ਨੂੰ ਤੁਸੀਂ ਨਵਾਉਣ ਲੱਗੇ ਆ ਸਕੂਲੇ ਖੜਨ ਲੱਗੇ ਆ ਕੋਈ ਕੰਮ ਕਰਨ ਲੱਗੇ ਆ ਮੋਂ ਦਾ ਡਰ ਪਾਇਆ ਸਭ ਕਿਸੇ ਚੀਜ਼ ਦਾ ਡਰ ਪਾਤਾ ਵੀ ਹਾਏ ਪੁਲਿਸ ਆ ਗਈ ਪੁਲਿਸ ਨੂੰ ਫੜਾਉਣ ਲੱਗੀ ਤੈਨੂੰ ਮੈਂ ਬੱਚੇ ਦੇ ਦਿਮਾਗ ਵਿੱਚ ਪੁਲਿਸ ਦਾ ਇਹੋ ਜਿਹਾ ਡਰ ਬੈਠਾ ਕੀ ਤੁਹਾਡਾ ਬੱਚਾ ਕੱਲ ਨੂੰ ਕਿਸੇ ਪੁਲਿਸ ਅਫਸਰ ਦੇ ਸਾਹਮਣੇ ਖਲੋ ਕੇ ਗੱਲ ਕਰ ਸਕਦਾ ਤੁਸੀਂ ਤੇ ਪਿਕਚਰ ਜਿਹੀ ਬਣਾਤੀ ਤੁਸੀਂ ਆਪਣੇ ਬੱਚੇ ਦਾ ਮਨੋਬਲ ਦੇਖਤਾ ਆਪਣੇ ਬੱਚੇ ਨੂੰ ਤਿਆਰ ਕਰੋ ਉਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ ਜਿਹੜੇ ਨਾਰੀਅਲ ਤੋਂ ਡਰਦੇ ਫਿਰਦੇ ਆ ਅਇਕ ਦਿਨ ਅਸੀਂ ਸਮਾਗਮ ਤੋਂ ਆ ਰਹੇ ਸੀ ਬਾਪ ਤੇ ਪੁੱਤਰ ਦੋਨੋਂ ਸਤਲੁਜ ਪੁਲ ਦੇ ਉੱਤੇ ਗੱਡੀ ਖਿਲਾੜ ਕੇ ਐਦਾਂ ਨਾਰੀਅਲ ਘਮਾ ਕੇ ਬਾਪ ਬੱਚੇ ਦੇ ਮੱਥੇ ਨੂੰ ਲਾ ਰਿਆ ਇੱਕ ਦੋ ਹਾਰ ਕੇ ਮੈਂ ਵੀਰਾਂ ਨੂੰ ਕਿਹਾ ਮੈਂ ਕਿਹਾ ਗੱਡੀ ਡੱਕੋ ਮੈਂ ਵੇਖ ਕੇ ਆਵਾ ਪੁੱਛ ਕੇ ਆਵਾ ਕਹਿੰਦੇ ਐਵੇਂ ਤੇਰੇ ਗੱਲ ਪਹਿਣਗੇ ਮੈਂ ਕਿਹਾ ਪੱਕੀ ਗੱਲ ਹੈ ਜਾਂ ਦਾ ਵਿਜਾ ਬਾਹਰ ਨਹੀਂ ਲੱਗਦਾ ਤੇ ਜਾਂ ਦਾ ਵਿਆਹ ਨਹੀਂ ਹੋ ਰਿਹਾ ਤੇ ਇਹਨੂੰ ਕਿਸੇ ਪੰਡਤ ਜੋਤਸ਼ੀ ਨੇ ਕਿਹਾ ਹੋਣਾ ਵੀ ਤੂੰ 5-7 ਨਾਰੀਅਲ ਘਮਾ ਕੇ ਨਹਿਰ ਦੇ ਸੁੱਟ ਤੇ ਬੜਾ ਚੱਲ ਜਣੀ ਨਹਿਰ 'ਚ ਤੇ ਆਪਾਂ ਏਡੇ ਝੱਲੇਆਂ ਵੀ ਉਹ ਨਾਰੀਅਲ ਅਗਲੇੋਂ ਫੜ ਕੇ ਤੇ ਭੰਨ ਕੇ ਗਿਰੀਆਂ ਤੇ ਬਸ ਵਿੱਚ ਫੇਰ ਚੜ ਜਾਣਾ ਉਹ ਆਪਾਂ ਫੇਰ ਖਾ ਲੈਣਾ ਉਹ ਗਿਰੀਆਂ ਸਾਡੇ ਤੱਕ ਫੇਰ ਪਹੁੰਚ ਜਾਂਦੀਆਂ ਅਸੀਂ ਕੌਣ ਆ ਅਸੀਂ ਵਹਿਮੀ ਲੋਕ ਆ ਜਿੰਨੇ ਨਾਰੀਅਲ ਨਹਿਰਾਂ ਦਰਿਆਵਾਂ 'ਚ ੁੱਟੇ ਜਾਂਦੇ ਜੇ ਕੱਡੇ ਨਾ ਜਾਣ ਇਹ ਲਾਸ਼ਾਂ ਨਾਲੋਂ ਵੱਧ ਹੋ ਜੇ ਹਰੀ ਕੇ ਜਾ ਕੇ ਜਮਾ ਉੱਥੇ ਜੇ ਕੱਡੇ ਨਾ ਜਾਣ ਇਹ ਸਭ ਖਾਦੇ ਪੀਤੇ ਜਾਂਦੇ ਆੜੀਆਂ ਗਿਰੀਆਂ ਵੇਚਦਿਆਂ ਨੇ ਨਾ ਇਹ ਕਿਸੇ ਦੀ ਬਲਾ ਸਾਡੇ ਘਰ ਤੇ ਸਾਡੀ ਬਲਾ ਗਵਾਂਡੀਆਂ ਘਰ ਚ ਜਿੰਦੀ ਗੱਲ ਇੱਥੇ ਕਿ ਜੇ ਘੁੰਮੀ ਜਾਂਦੀ ਆ ਜਿਵੇਂ ਆਪਾਂ ਜਿਵੇਂ ਆਪਾਂ ਰਾਖ ਨਹੀਂ ਪਾ ਕੇ ਆਉਂਦੇ ਜਦੋਂ ਆਪਾਂ ਇਹਨੂੰ ਗੱਲਾਂ ਨੂੰ ਸਮਝਾਂਗੇ ਹੁਣ ਹੁਣ ਆਪਾਂ ਜਦੋਂ ਕੋਈ ਬੰਦਾ ਚੜਾਈ ਕਰਦਾ ਹੈ ਤੇ ਆਪਾਂ ਉਹਦੀ ਸਰੀਰ ਦੀ ਕਿਰਿਆ ਕਿੱਥੇ ਸੁੱਟ ਕੇ ਆਉਨੇ ਜਿੰਨੀ ਸਾਰੀ ਰਾਖ ਹੈ ਕਿੱਥੇ ਸੁੱਟ ਕੇ ਆਉਨੇ ਜੀ ਦਰਿਆ ਚ ਤੇ ਆ ਜਿੰਨੀਆਂ ਆਪਣੇ ਘਰਾਂ ਕੋਠੀਆਂ ਨੂੰ ਰੇਤਾ ਲੱਗੀ ਹੈ ਕਿਥੋਂ ਆਈ ਆ ਉੱਚੀ ਬੋਲ ਕੇ ਦੱਸਿਓ ਦਰਿਆ ਚੋਂ ਆਈ ਆ ਨਾ ਬਸ ਏਦਾਂ ਵਾ ਵੀ ਸਾਡਾ ਬਾਪੂ ਗਵਾਂਡੀਆਂ ਦੀ ਛੱਤ ਨਾ ਲੱਗਾ ਤੇ ਗਵਾਂਡੀਆਂ ਦਾ ਬਾਪੂ ਸਾਡੀ ਛੱਤ ਨਾ ਲੱਗਾ ਬਸ ਗੱਲ ਇੰਨਾ ਕੀ ਆ ਜੇ ਏਦਾਂ ਸੋਚੋਗੇ ਤੇ ਅਸੀਂ ਉਦੋਂ ਏਦਾਂ ਡਰਦੇ ਹਾਏ ਘਰ ਨਾ ਰੱਖਿਓ ਤੇ ਹੁਣ ਉਹੋ ਹੀ ਬਾਪੂ ਜੇ ਰਾਖ ਜਿਹੜੀ ਉਹ ਤੁਹਾਡੇ ਘਰਾਂ ਚ ਆਈ ਐ ਫਰਕ ਇਹ ਵੀ ਗਰਦਾਸਪੁਰ ਵਾਲਾ ਬਾਪੂ ਅੰਮ੍ਰਿਤਸਰ ਦਾ ਅੰਮ੍ਰਿਤਸਰ ਵਾਲਾ ਅਗੇ ਗਾਂ ਹਾਂ ਅਗੇ ਤਾਂ ਜੰਧਾਰੀ ਕਿਦ ਲੰਦਾ ਬਸ ਫਰਕ ਇੰਨਾ ਕੀ ਐਜੂਕੇਸ਼ਨ ਆ ਵਿਦਿਆਵਾ ਪੜੇ ਲਿਖੇ ਆ ਇਹਨਾਂ ਵਹਿਮਾਂ ਚੋਂ ਬਚਣਾ ਵਾ ਭਾਈ ਸੁਰਜੀਤ ਸਿੰਘ ਹੁਣ ਆਪਣੇ ਸੁਪੁੱਤਰ ਦੇ ਆਨੰਦਕਾਰ ਦੇ ਸੰਬੰਧ ਅੱਜ ਗੁਰਮਤ ਸਮਾਗਮ ਲਈ ਕੇ ਮੈਂ ਤਾਂ ਕੱਲ ਫੋਨ ਕੀਤਾ ਸੀ ਮੈਂ ਸਿੰਘੂ ਬਾਡਰਾਂ ਸਾਨੂੰ ਮਾਫ ਕਰਦੇ ਹੋ ਆਉਣਾ ਮੁਸ਼ਕਲ ਐ ਕਿਉਂਕਿ ਹੁਣ ਲਗਭਗ ਮੋਰਚਾ ਫਤਿਹ ਐ ਪਤਾ ਨਹੀਂ ਅੱਜ ਨਾਉਂਸ ਹੋ ਜਾਏ ਕੱਲ ਨਾਉਂਸ ਹੋ ਜਾਏ ਦੋ ਚਾਰ ਸ਼ਰਤਾਂ ਪੰਜ ਰਹਿ ਗਈਆਂ ਨੇ ਜਿਹੜੇ ਪਰਚੇ ਹੋਏ ਨੇ ਹਰਿਆਣੇ ਵੱਲੋਂ ਜਾਂ ਜਿਹੜੇ ਲਖੀਮਪੁਰ ਖੀਰੀ ਘਟਨਾ ਵਾਪਰੀ ਹੈ ਕੁਝ ਸ਼ਰਤਾਂ ਨੇ ਉਹਨਾਂ 'ਤੇ ਕੋਈ ਕਮੇਟੀ ਬਣਦੀ ਹੈ ਐਮਐਸਪੀ ਦੀ ਗੱਲ ਹੈ ਤੇ ਹੌਲੀ-ਹੌਲੀ ਇਹ ਮੇਰੇ ਖਿਆਲ 'ਚ ਪੰਜਾਬ ਨੂੰ ਰਵਾਨਾ ਹੋਣਗੇ ਇੱਕੇ ਦਿਨ ਤੇ ਅਸੀਂ ਕਹੇ ਸਾਡੀਆਂ ਜ਼ਿੰਮੇਵਾਰੀਆਂ ਲੱਗੀਆਂ ਨੇ ਸਿਵਾਵਾਂ ਨੇ ਪ੍ਰਵੀਰ ਜੀ ਕਹਿੰਦੇ ਤੁਸੀਂ ਜ਼ਰੂਰ ਪਹੁੰਚੋ ਧੰਨਵਾਦ ਤੁਸੀਂ ਬੜੇ ਪਿਆਰ ਨਾਲ ਟਿਕਾਣਾ ਬੈਠ ਕੇ ਸੁਣਿਆ ਹੈ ਗੁਰੂ ਬਖਸ਼ਿਸ਼ ਕਰੇ ਜਿਹੜੀ ਸਤਗੁਰ ਨੇ ਗੱਲ ਕਹੀ ਸੀ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਮੇਰੀਆਂ ਉਦੋਂ ਬਣ ਜਾਂਦੀਆਂ ਜਦੋਂ ਮੈਂ ਆਪਣੀ ਬਾਪੂ ਦੀ ਨਜ਼ਰ ਦਾ ਪਾਤਰ ਬਣ ਜਾਣਾ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਦੋਂ ਇੱਕ ਸਿੱਖਿਆ ਮੇਰੇ ਅੰਦਰ ਗੁਰੂ ਦੀ ਟਿਕਦੀ ਆ ਮੇਰਾ ਮਨ ਵੀ ਠੰਡਾ ਕਈ ਵਾਰੀ ਨਾ ਬੰਦਾ ਬਾਹਰੋਂ ਠੰਡਾ ਹੁੰਦਾ ਪਰ ਮਨ ਠੰਡਾ ਨਹੀਂ ਹੁੰਦਾ ਮਨ ਅੰਦਰੋਂ ਕਲਪਿਆ ਹੁੰਦਾ ਗੁਰੂ ਦੀ ਸਿੱਖਿਆ ਮਨ ਵੀ ਠੰਡਾ ਕਰਦੀ ਆ ਤੇ ਤਨ ਵੀ ਠੰਡਾ ਕਰਦੀ ਆ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤੈਨ ਸਤਗੁਰ ਚਰਨ ਗ헤 ਪੂਰਬਦਾਰਥ ਪਹਿਲਾ ਹੁੰਦਾ ਆਉਣਾ ਪਾਣੀ ਚਾਹ ਪਾਣੀ ਪੀ ਕੇ ਆਏ ਆ ਇਹ ਚਾਹ ਪਾਣੀ ਸਾਡੇ ਲਈ ਪੂਰਬਲੀ ਚਾਹ ਪਾਣੀ ਹੋ ਗਈ ਹੈ ਇਹ ਇਦਾਂ ਸਮਝੋ ਇਹਨੂੰ ਇਹ ਨਾ ਕੋ ਵੀ ਪਿਛਲੇ ਜਨਮ ਚ ਕੋ ਪੂਰਬਲਾ ਕਰਮ ਕੀਤਾ ਜਿਹੜੇ ਡਾਕਟਰ ਬਣੇ ਆ ਆਈਪੀਐਸ ਆ ਆਈਐਸ ਵਾ ਜਿਹੜੇ ਵੱਡੇ ਵੱਡੇ ਅਫਸਰ ਬਣੇ ਨੇ ਇਹਨਾਂ ਨੇ ਕੋ ਪਿਛਲੇ ਜਨਮ ਚ ਐਜੂਕੇਸ਼ਨ ਥੋੜਾ ਪ੍ਰਾਪਤ ਕੀਤੀ ਅਗਲੇ ਇਸੇ ਜਨਮ ਚ ਪੜ੍ਹੇ ਆ ਮਿਹਨਤਾਂ ਕੀਤੀਆਂ ਵਾ ਦਿਨ ਰਾਤ ਇੱਕ ਕੀਤਾ ਤਾਂ ਜਾ ਕੇ ਇਸ ਮੁਕਾਮ ਤੇ ਪਹੁੰਚਿਆ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਮੂਰਤ ਦਾ ਅਰਥ ਹੁੰਦਾ ਸਮਾਂ ਆ ਸਮੇਂ ਦੀ ਆਪਾਂ ਗੱਲ ਕਰਦੇ ਆ ਮੂਰਤ ਜਦੋਂ ਤੱਤੇ ਨੂੰ ਸਿਹਾਰੀ ਆਏਗਾ ਇਹਦਾ ਅਰਥ ਸ਼ਕਲ ਹੈ ਅਕਾਲ ਮੂਰਤ ਵੀ ਉਹਦੀ ਸ਼ਕਲ ਅਕਾਲ ਤੋਂ ਰਹਿਤ ਹੈ ਜਦੋਂ ਮੂਰਤ ਆਏਗਾ ਉਹ ਤੱਤੇ ਨੂੰ ਔਂਕੜਾਏਗਾ ਉਹਦਾ ਅਰਥ ਸਮਾਂ ਹੋਏਗਾ ਬਾਣੀ ਚ ਵਿਆਖ ਕਰਨਾ ਜਦੋਂ ਤੱਤੇ ਨੂੰ ਔਂਕੜਾਏਗਾ ਉਹਨੂੰ ਪੜਾਂਗੇ ਮੂਰਤ ਮੂਰਤਾਰਤ ਕੀ ਹੁੰਦਾ ਸਮਝਵੇ ਆਪਾਂ ਨੇ ਕਿਹਾ ਮੈਂ ਘਰ ਲੈਣ ਲੱਗਾ ਪਹਿਲਾ ਮੂਰਤ ਕਢਾਉਣਾ ਪਾਪੂ ਜੀ ਕਹਿੰਦੇ ਤੈਨੂੰ ਮੂਰਤ ਕਢਾਉਣ ਦੀ ਲੋੜ ਨਹੀਂ ਤੇਰੇ ਵਾਸਤੇ ਉਹ ਹੀ ਸਮਾਂ ਪਵਿੱਤਰ ਹੈ ਜਦੋਂ ਤੂੰ ਗੁਰੂ ਦੀ ਸਿੱਖਿਆ ਨਾਲ ਜੁੜ ਜਾਣਾ ਸਫਲ ਮੂਰਤ ਸਫਲਾ ਘੜੀ ਜੇ ਤ ਸੱਚੇ ਨਾਲ ਪਿਆਰ ਜਦੋਂ ਤੇਰਾ ਸੱਚ ਨਾਲ ਪਿਆਰ ਬਣ ਜਾਏ ਤੇਰੇ ਵਾਸਤੇ ਉਹ ਸਮਾਂ ਘੜੀ ਪਲ ਸਕਿੰਟ ਮਿੰਟ ਸਭ ਚੰਗੇ ਹੀ ਚੰਗੇ ਆ ਸਫਲ ਮੂਰਤ ਸਫਲਾ ਘੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗੇਈ ਉਹਨੂੰ ਦੁੱਖ ਸੰਤਾਪ ਕੋਈ ਨਹੀਂ ਲੱਗੂਗਾ ਮੰਨ ਕਰਕੇ ਜਿਸ ਹਰਕਾ ਨਾਮ ਆਧਾਰ ਬਾਹ ਪਕੜ ਗੁਰ ਕਾੜਿਆ ਗੁਰੂ ਫਿਰ ਉਹਨੂੰ ਬਾਹ ਫੜ ਕੇ ਬਾਹਰ ਕੱਢ ਲਿੰਦਾ ਬਾਹ ਫੜ ਕੇ ਕੱਢਣ ਦਾ ਅਰਥ ਹੁੰਦਾ ਹੈ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੈ ਮੇਂ ਦਿਨੋ ਜਨਮ ਜਨਮ ਕੀ ਮਿਲ ਗਈ ਇਥੇ ਬਾਹ ਫੜਨ ਦਾ ਅਰਥ ਹੈ ਮੇਰੇ ਗੁਰੂ ਨੇ ਮੇਰੇ ਅੰਦਰ ਸਿੱਖਿਆ ਟਕਾਤੀ ਤੇ ਮੈਨੂੰ ਹੁਣ ਬੁਰਿਆਂ ਕੰਮਾਂ ਤੋਂ ਬਚਾਲਿਆ ਬਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਉਹ ਥਾਨ ਸੁਹਾਵਾ ਸੋਹਣਾ ਪਵਿੱਤਰ ਬਣ ਗਿਆ ਜਿੱਥੇ ਸੰਤ ਸਭਾ ਸੰਤ ਕੌਣ ਹੈ ਗੁਰੂ ਗੁਰੂ ਦੀ ਸਭਾ ਕਿੱਥੇ ਹੈ ਜਿੱਥੇ ਗੁਰੂ ਦੀ ਗੱਲ ਹੁੰਦੀ ਆ ਉਹ ਭਾਵੇਂ ਘਰ ਚ ਬਣਾ ਲਓ ਪੰਪੜੇ ਆਪਣੇ ਦੁਕਾਨ ਤੇ ਬਣਾ ਲਓ ਭਾਵੇਂ ਆਪਣੇ ਖੇਤਾਂ ਚ ਬਣਾ ਲਓ ਜਿੱਥੇ ਬੈਠ ਕੇ ਵੀ ਤੁਸੀਂ ਰੱਬ ਦੀਆਂ ਗੁਰੂ ਦੀਆਂ ਗੱਲਾਂ ਕਰਦੇ ਹੋ ਉਹ ਮੇਰੇ ਗੁਰੂ ਦੀ ਸਭਾ ਬਣ ਜਾਂਦੀ ਹੈ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤੇ ਸਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ ਉਹਨਾਂ ਨੂੰ ਹੀ ਸੱਚਾ ਆਸਰਾ ਮਿਲਦਾ ਜਿਨਾਂ ਪੂਰਾ ਗੁਰੂ ਲੱਭਾ ਵੇਖੋ ਸ਼ਬਦ ਪੂਰਾ ਗੁਰੂ ਵਰਤਿਆ ਮਹਾਰਾਜ ਨੇ ਇੱਥੇ ਇਹਦਾ ਮਤਲਬ ਅਧੂਰੇ ਵੀ ਹੈਗੇ ਸੀ ਨਾ ਕਿਉਂਕਿ ਗੁਰੂ ਜਿਨਾਂ ਕਹੰਦੁਲਾ ਸਿੱਖ ਵੀ ਅੰਧੇ ਕਰਮ ਕਰੇਨ ਓਏ ਭਾਣੇ ਚਲਣਾ ਆਪਣੇ ਨਿਤ ਝੂਠੋ ਝੂਠ ਬਲੇਣ ਇਹ ਹੁਣ ਪਹਿਚਾਨ ਆਪਾਂ ਕਰਨੀ ਆ ਵੀ ਪੂਰੇ ਨਾਲ ਕਿੱਦਾਂ ਜੁੜਨਾ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਜਿਨ ਪੂਰਾ ਗੁਰੂ ਲੱਭਾ ਕਹਿਣ ਲਗੇ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਏ ਨਾਨਕ ਆਖ ਉਸ ਮਾਲਕ ਦੀ ਕਿਰਪਾ ਨਾਲ ਮੈਂ ਉਸ ਜਗ੍ਹਾ ਤੇ ਆਪਣਾ ਘਰ ਬਣਾ ਲਿਆ ਜਿੱਥੇ ਹੁਣ ਨਾ ਮ੍ਰਿਤੂ ਹੈ ਭਾਵ ਨਾ ਹੁਣ ਮਨ ਬੁਰਿਆਂ ਕੰਮਾਂ 'ਚ ਫਸਦਾ ਹੈ ਤੇ ਨਾ ਵਿਕਾਰਾਂ ਦਾ ਬਡੇਪਾ ਹੈ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਆਉ ਗੁਰੂ ਬਖਸ਼ਿਸ਼ ਕਰੇ ਸਤਗੁਰ ਦੀ ਗੋਦ ਵਿੱਚ ਬੈਠੇ ਆ ਕੱਲ ਨੂੰ ਵੀਰ ਦਾ ਆਨੰਦ ਕਾਰਜ ਹੋਣਾ ਹੈ ਜਿਹੜੀ ਗੱਲ ਸਤਗੁਰ ਨੇ ਬਾਣੀ ਚ ਬਖਸ਼ਿਸ਼ ਕੀਤੀ ਹੈ ਹਰ ਪੈੜੀ ਲਾਮ 773 ਨੰਬਰ ਅੰਕ ਤੇ ਇਹ ਲਾਵਾਂ ਦਾ 파ੜ ਸ਼ੰਤ ਹੈ ਜਿਹੜਾ ਜਿਹਦੇ ਚਾਰ ਬੰਦ ਨੇ ਕੱਲੇ ਕੱਲੇ ਬੰਦਾਂ ਜਦੋਂ ਗ੍ਰੰਥੀ ਸਿੰਘ ਪਾਠ ਕਰਦਾ ਹੈ ਲੜਕੀ ਤੇ ਲੜਕਾ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਰਮਾ ਸਜੇ ਹੱਥ ਜਾਣ ਕੇ ਕਰਦੇ ਨੇ ਇਹ ਚਾਰ ਲਾਵਾਂ ਸਾਡੀ ਜ਼ਿੰਦਗੀ ਦੇ ਚਾਰ ਪੜਾਅ ਨੇ ਉਸ ਸੱਚਕੰਤ ਨਾਲ ਸਾਂਝ ਪਾਉਣ ਦੇ ਹਰ ਪੈੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਰਨਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਰੜੋ ਪਾਪਤ ਜਾਇਆ ਬਲਰਾਮ ਜੀਓ ਤੋ ਇਹ ਜਦੋਂ ਅਸੀਂ ਕੱਲੇ ਕੱਲੇ ਪੜਾ ਨਾਲ ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਉਣ ਦਾ ਯਤਨ ਕਰਾਂਗੇ ਇਹ ਲਾਵਾਂ ਦਾ ਸੰਬੰਧ ਕੱਲੇ ਸੁਹਾਗੇ ਜੋੜੇ ਨਾਲ ਹੀ ਨਹੀਂ ਹੁੰਦਾ ਲਾਵਾਂ ਦਾ ਸੰਬੰਧ ਹਰ ਉਸ ਮਨੁੱਖ ਨਾਲ ਹੈ ਜਿਹੜਾ ਗੁਰੂ ਦੀ ਵਿਚਾਰ ਨਾਲ ਆਪਣੀ ਜ਼ਿੰਦਗੀ ਨੂੰ ਜੋੜ ਕੇ ਜ਼ਿੰਦਗੀ ਜੂਣਦਾ ਤੋ ਜ਼ਿੰਦਗੀ ਜਿਉਣ ਦਾ ਤਰੀਕਾ ਆਪਣੀ ਗੁਰੂ ਦੀ ਸਿੱਖਿਆ ਨਾਲ ਜਿਉਣ ਦਾ ਯਤਨ ਕਰਦਾ ਹੈ ਗੁਰੂ ਬਖਸ਼ਿਸ਼ ਕਰੇ ਪਾਈ ਜੁਗਿੰਦਰ ਸਿੰਘ ਜੀ ਗਰਾਹਾ ਉਹਨਾਂ ਦੀ ਬੇਟੀ ਉਹਨਾਂ ਦੇ ਜਵਾਈ ਅੱਜ ਦੇ ਇਸ ਗੁਰਮਤ ਸਮਾਗਮ ਵਿੱਚ ਸ਼ਾਮਲ ਹੋਏ ਨੇ ਵੇਖੋ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਸਾਡੇ ਬਜ਼ੁਰਗ ਮਾਤਾਵਾਂ ਜਿਨ੍ਹਾਂ ਨੇ ਵੀ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ ਵੇਖੋ ਕਈ ਉੱਥੇ ਗਏ ਨੇ ਤੇ ਕਈ ਨਹੀਂ ਵੀ ਗਏ ਪਰ ਪਿੱਛੇ ਰਹਿ ਕੇ ਵੀ ਉਹਨਾਂ ਯੋਗਦਾਨ ਪਾਇਆ ਅਸੀਂ ਇਦਾਂ ਮੰਨਦੇ ਹਾਂ ਜੇ ਘਰ ਦਾ ਕੋਈ ਮੁਖੀ ਗਿਆ ਤੇ ਭੈਣ ਨਹੀਂ ਗਈ ਤੇ ਉਹਨੇ ਘਰ ਸੰਭਾਇਆ ਕੋਈ ਯੋਗਦਾਨ ਘੱਟ ਥੋੜਾ ਹੈ ਜੇ ਇੱਕ ਭਰਾ ਗਿਆ ਦੂਜਾ ਭਰਾ ਨਹੀਂ ਗਿਆ ਤੇ ਵੀ ਬੜਾ ਵੱਡਾ ਯੋਗਦਾਨ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਪਿੱਛੋਂ ਖੇਤੀਬਾੜੀ ਸੰਭਾਲਦਾ ਤੂੰ ਚਲਾ ਜਾ ਤੇ ਜਿਹੜੀ ਐਡੀ ਵੱਡੀ ਜਿੱਤ ਦਾ ਸਿਰ ਅੱਜ ਪੰਜਾਬ ਦੇ ਸਿਰ ਵੱਜਾ ਹੈ ਇਹ ਕੱਲਾ ਕੱਲਾ ਪਰਿਵਾਰ ਬਚਾ ਇਹਦਾ ਹਿੱਸੇਦਾਰ ਕਹਿ ਸਕਦੇ ਆਪਾਂ ਵੀ ਉਹਨਾਂ ਦੇ ਹਿੱਸੇ ਚੀਜ਼ ਆਉਂਦੀ ਆ ਤੇ ਇਹ ਤੋਂ ਇੱਕ ਚੀਜ਼ ਹੋਰ ਸਿੱਖਿਆ ਮਿਲ ਗਈ ਵੀ ਇਹਦਾ ਮਤਲਬ ਹੈ ਜੇ ਅਸੀਂ ਇਕੱਠੇ ਰਹੀਏ ਜੰਗ ਕੋਈ ਵੀ ਆਪਾਂ ਜਿੱਤ ਸਕਦੇ ਆ ਸਮੱਸਿਆ ਉਦੋਂ ਆਉਂਦੀ ਆ ਜਦੋਂ ਚਾਰ ਇਧਰ ਨੂੰ ਤੁਰਦੇ ਆ ਤੇ ਚਾਰ ਬੋਲੋ ਜੀ ਆ ਕਈ ਵੇਖਿਆ ਨਾ ਆਪਾਂ ਇਹ ਤਾਕਤ ਦੀ ਗੱਲ ਦੱਸਣ ਲੱਗਾ ਮੈਂ ਕੰਟੇਨਰ ਵੱਡੀਆਂ-ਵੱਡੀਆਂ ਕਰੇਨਾ ਚੱਕਦੀਆਂ ਤੇ ਅਗਲੇ ਮਿੱਟੀ ਪਾ ਕੇ ਕੰਟੇਨਰ ਰੱਖੇ ਸੀ 26 27 ਨਵੰਬਰ ਨੂੰ ਹਰਿਆਣੇ ਦੇ ਵੱਖ-ਵੱਖ ਬਾੜਾਂ ਤੇ ਰੋੜਾਂ ਤੇ ਪਰ ਕਮਾਲ ਹੋ ਗਈ ਸਾਡੇ 9 ਜਣਾਂ ਜਦੋਂ ਆ ਵੇਖਿਆ ਜਦੋਂ ਬਿਜਲੀ ਵਾਲੇ ਖੰਭਾ ਖੜਾ ਕਰਦੇ ਆ ਉਹ ਇੱਕੇ ਰਿ ਯੋਰ ਲਾਉਂਦੇ ਆ ਨਾ ਤੋ ਵੱਡੇ ਵੱਡੇ ਵਲੇ ਵੀ ਸਿੱਧੇ ਕਰ ਦਿੰਦੇ ਆ ਗੱਲ ਤੇ ਤਾਕਤ ਦੀ ਆ ਨਾ ਉਹ ਜਦੋਂ ਇਦਾਂ ਯੋਰ ਲਾਉਂਦੇ ਸੀ ਯੋਰ ਲਾ ਕੇ ਕੰਟੇਨਰ ਧੂਤ ਹੋ ਕੇ ਅਗਲੇ ਨੇ ਪਰਾਂ ਕਰ ਦਿੱਤੇ ਤੇ ਉਹ ਵਹਿੰਦੇ ਸੀ ਅਗਲੇ ਵੀ ਇਹ ਕਰੇਨਾ ਰੱਖੇ ਅਸੀਂ ਇਹ ਬੰਦੇ ਧਾਕੇ ਲੈ ਗਏ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਹਨੂੰ ਆਪਣੀ ਆਈ ਤੇ ਆਉਣ ਨਾ ਇਹ ਇਦਾਂ ਹੀ ਸੁੱਕੀ ਪੈੜੀ ਵੀ ਪੁੱਟ ਦਿੰਦੇ ਆ ਇਹ ਉਹ ਬੰਦੇ ਆ ਸੁੱਕੇ ਵੱਡ ਵੀ ਪੁੱਟੇ ਆ ਬਲਦਾਂ ਨਾਲ ਉਹ ਬਜ਼ੁਰਗ ਵਾ ਉਹ ਮਾਵਾ ਵਾ ਤੇ ਇਹਦਾ ਮਤਲਬ ਇਹ ਆ ਵੀ ਅਸੀਂ ਤਾਂ ਲੀਡਰਾਂ ਮਗਰ ਤੁਰ ਪਏ ਗੰਦੀ ਸਿਆਸਤ ਦੀ ਭੇੜ ਚੜ ਗਏ ਅਸੀਂ ਆ ਵੇਖੋ ਕਿਹੜੀ ਗੇਮ ਖੇੜੀ ਜਾ ਰਹੀ ਏ ਕੋਈ ਬੰਦਾ ਇਹਨੂੰ ਛੱਡ ਕੇ ਇੱਧਰ ਤੁਰਿਆ ਜਾਂਦਾ ਕੋਈ ਇਹਨੂੰ ਛੱਡ ਕੇ ਤੇ ਬੋਲੋ ਜੀ ਇੱਧਰ ਜਾ ਵੜਦਾ ਇੱਕ ਮੈਂ ਅਖੀਰ ਤੇ ਇਹਦੇ ਬਾਰੇ ਵਿਚਾਰ ਜ਼ਰੂਰ ਕਹਿਣਾ ਚਾਹਾਂਗਾ ਭਾਈ ਗੁਰਦਾਸ ਦਾ ਬਚਨ ਕਹਿ ਕੇ ਖਿਮਾ ਮੰਗਾ ਕਿਉਂਕਿ ਹਰ ਜਗ੍ਹਾ ਕੋਈ ਨਾ ਕੋਈ ਪੋਲਿਟਿਕਲ ਬੰਦਾ ਜ਼ਰੂਰ ਬੈਠਾ ਹੁੰਦਾ ਪਰ ਮੇਰਾ ਫਰਜ਼ ਬਣਦਾ ਮੈਂ ਗੱਲ ਜ਼ਰੂਰ ਕਰਾਂ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਕਿਸੇ ਰਾਜੇ ਦਾ ਨੌਕਰ ਇੱਕ ਰਾਜ ਨੂੰ ਛੱਡ ਕੇ ਦੂਜੇ ਕੋ ਜਾਂਦਾ ਨਾ ਮੰਨ ਲਓ ਕੋਈ ਉਹਦਾ ਸੇਵਕ ਇੱਕ ਰਾਜ ਨੂੰ ਛੱਡ ਕੇ ਦੂਜੇ ਕੋਲ ਜਾਂਦਾ ਉਹ ਜੋਗ ਆ ਉਹ ਤਾਂ ਨਹੀਂ ਦਿੰਦਾ ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਪੁੱਛਿਆ ਕਿਉਂ ਕਹਿੰਦੇ ਉਹਨੂੰ ਪਤਾ ਹੁੰਦਾ ਵੀ ਜੇ ਇੰਨੇ ਸਾਲ ਉਸ ਰਾਜ ਨਾਲ ਰਹਿ ਕੇ ਇਹ ਉਹਨੂੰ ਛੱਡ ਕੇ ਆ ਸਕਦਾ ਤੇ ਛੱਡ ਕੇ ਇਹਨੇ ਉੱਚੀ ਬੋਲਿਓ ਹਣ ਛੱਡ ਉੱਚੀ ਬੋਲੋ ਜੀ ਛੱਡਨੇ ਮੈਨੂੰ ਵੀ ਜਾਨਾ ਉਹ ਫਿਰ ਉਹਨੂੰ ਕੋੜਿਆਂ ਦੇ ਤਵੇਲੇ ਤੋਂ ਬੋਲੇ ਵਾਲੇ ਬਣੀ ਰੱਖਦਾ ਮਨ ਉਹਨੂੰ ਪੰਜਾਬੀ ਚ ਖੱਜਲਜਿਆ ਕਰਦਾ ਵੀ ਜੇ ਤੂੰ ਉਧਰੋਂ ਆਇਆ ਤੇ ਤੈਨੂੰ ਹੁਣ ਮੈਂ ਨਾਲ ਨਾ ਧੋਬੀ ਦਾ ਕੁੱਤਾ ਨਾ ਕਰਦਾ ਅਕਈਆਂ ਨੂੰ ਲੱਗ ਜਾਂਦਾ ਵੀ ਕਾਂਗਰਸ ਮਾੜੀ ਉਹ ਭਾਜਪਾ ਵੜੀ ਜਾਂਦੇ ਆ ਕੋਈ ਭਾਜਪਾ ਕਹਿੰਦਾ ਵੀ ਨਹੀਂ ਇਹ ਮਾੜੀ ਆ ਉਹ ਕਾਂਗਰਸ ਚਲ ਜਾਂਦਾ ਕੋਈ ਝਾੜੂ ਵਾਲਾ ਭਾਜਪਾ ਚ ਐਦਾਂ ਖਿੜੀ ਜਿਹੀ ਬਣੀ ਜਾਂਦੀ ਆ ਆਪਾਂ ਮੂੰਹਾਂ ਲਵਿੰਦਰ ਨੇ ਅੱਛਾ ਕੱਲ ਮੈਂ ਝੰਡਾ ਉਹਦੇ ਪਿੱਛੇ ਮੈਂ ਤੇ ਟੈਂਕੀ ਤੇ ਲਖਾਇਆ ਉਹਦੇ ਬਦਲੇ ਆ ਕਈ ਆਪਣੇ ਮੋਢਿਆਂ ਤੇ ਲਖਾ ਬਿੰਦੇ ਆ ਉਹਨਾਂ ਬਾਰੇ ਸਤਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਬੰਦਿਆਂ ਦੇ ਬੰਦੇ ਨਾ ਬਣੋ ਗੁਰੂ ਦੇ ਬੰਦੇ ਬਣੋ ਪਟਾ ਉਹਦਾ ਗਲਜ ਪਾਓ ਜਿਹੜਾ ਵਿਖਦਾ ਨਹੀਂ ਕਬੀਰ ਕਸੌਟੀ ਰਾਮ ਕੀ ਝੂਠਾ ਟਿੱਕੇ ਨਾ ਕੋਈ ਭਗਤ ਕਬੀਰ ਜੀ ਨੂੰ ਕਿਸੇ ਨੇ ਕਿਹਾ ਤੂੰ ਕੂਕਰ ਹੈ ਧਿਆਨ ਨਾਲ ਸੁਣਿਓ ਜਦੋਂ ਆਪਾਂ ਕਿਸੇ ਨੂੰ ਕਹਦੇ ਨੇ ਵੀ ਤੂੰ ਕੁੱਤਾ ਹੁੰਦਾ ਤੂੰ ਮੈਨੂੰ ਗਾਲ ਕੱਢੀ ਹੈ ਭਗਤ ਕਬੀਰ ਜੀ ਕਹਿੰਦੇ ਮੈਨੂੰ ਕਿਸ ਨੇ ਕਿਹਾ ਤੂੰ ਕੂਕਰ ਹੈ ਭਗਤ ਕਬੀਰ ਜੀ ਕਹਿੰਦੇ ਮੈਂ ਸ਼ਾਂਤੀ ਤੇ ਹੱਥ ਮਾਰ ਕੇ ਆਖਿਆ ਮੈਂ ਪੂਕਰ ਆ ਪਰ ਮੈਂ ਹੈਗਾ ਕੂਕਰ ਉਸ ਰਾਮ ਦਾ ਜੇ ਕਬੀਰ ਕੂਕਰ ਰਾਮ ਕੋ ਸਾਰੇ ਬੋਲੇ ਇੱਕ ਵਾਰ ਕਬੀਰ ਕੂਕਰ ਰਾਮ ਕੋ ਕਬੀਰ ਕੂਕਰ ਰਾਮਦਾ ਵਾ ਮੋਤੀਆ ਮੇਰਾ ਨਾਮ ਇਸ ਕਰਕੇ ਮੇਰਾ ਨਾਮ ਮੋਤੀ ਆ ਮੋਤੀ ਮਹਿੰਗਾ ਹੁੰਦਾ ਨਾ ਕਹਿੰਦੇ ਮਹਿੰਗਾ ਪਤਾ ਕਿਉਂ ਆ ਕਿਉਂਕਿ ਮੈਂ ਆਰਾਮ ਦਾ ਕੁੱਕ ਆ ਸਾਧ ਸੰਗਤ ਜੀ ਵੱਡੇ ਅਫਸਰ ਦਾ ਜਿਹੜਾ ਕੁੱਕ ਹੁੰਦਾ ਨਾ ਕੁੱਕ ਲੋਕ ਉਹਦੇ ਕੋਲ ਵੀ ਸ਼ਿਫਾਰਸ਼ਾਂ ਕਰਾ ਕੇ ਕੰਮ ਕਰ ਲੈਂਦੇ ਉਹ ਅਗਲਾ ਮਾਨ ਮਹਿਸੂਸ ਕਰਦਾ ਤੈਨੂੰ ਪਤਾ ਮੈਂ ਡੀਸੀ ਦਾ ਕੁੱਕ ਆ ਜਿਹੜਾ ਡੀਸੀ ਸਰੇ ਬ੍ਰੇਕਫਾਰਟ ਕਰਦਾ ਮੇਰੇ ਹੱਥਾਂ ਦਾ ਕਰਦਾ ਕਹਿੰਦਾ ਫੇ ਮੇਰਾ ਕੰਮ ਹੀ ਕਰਾ ਦੇ ਜਿਹੜਾ ਜਿਹੜਾ ਸਭ ਤੋਂ ਵੱਡਾ ਅਫਸਰ ਹੋਵੇ ਕੋਹ ਹਰ ਸਮਾਨ ਨਹੀਂ ਬੋਲੋ ਜੀ ਰਾਜਾ ਅਈਸਾ ਕਿਤੇ ਭੁੱਲ ਭਲਾ ਕਿਸੇ ਮੰਤਰੀ ਨਾਲ ਕਿਸੇ ਐਮ ਐਲ ਏ ਐਮ ਪੀ ਨਾਲ ਫੋਟੋ ਲੈ ਜੇ ਨਾ ਬੰਦੇ ਦੀ ਤੇ ਕਿੱਥੇ ਲਵਾਉਂਦਾ ਭਲਾ ਵੱਡੀ ਕਰਾ ਕੇ ਬੋਲ ਕੇ ਦੱਸਿਓ ਡ੍ਰੈਗ ਰੂਮ ਚ ਤੇ ਲਵਾਉਂਦਾ ਪਤਾ ਕਿਹੜੇ ਬੰਨੇ ਆ ਜਿਹੜੇ ਆਣ ਕੇ ਰਿਸ਼ਤੇਦਾਰ ਨੂੰ ਬਿਠਾਉਣਾ ਵੀ ਇਹਦਾ ਮੂੰਹ ਤਾਂ ਨੂੰ ਨਿਗਾਹ ਪਵੇ ਕਿ ਆਹ ਵੇਖੇ ਫਲਾਣੇ ਲੀਡਰ ਦਾ ਬੇਟਾ ਈ ਤੇ ਮਤਲਬ ਐਦਾਂ ਕੰਨ ਚ ਉਹਦੇ ਕੁਝ ਕਹਿਣ ਡਿਆ ਕਹਿਣ ਉਹਨੂੰ ਇਹ ਡਿਆ ਹੁੰਦਾ ਵੀ ਪੱਠੀ ਕਈ ਵਾਰੀ ਫੜ ਲੈਂਦੇ ਪੁਲਿਸ ਵਾਲੇ ਤੇ ਛਡਾ ਦਿਆ ਕਰਿਓ ਤੇ ਉਹਨਾਂ ਖ਼ਬਰ ਚ ਪਤਾ ਕੀ ਆਉਂਦਾ ਵਿਧਾਇਕ ਸਾਹਿਬ ਆਏ ਤੇ ਉਹਨਾਂ ਨੇ ਬਹਿ ਕੇ ਇਲਾਕੇ ਦੀਆਂ ਸਮस्याਾਂ 'ਤੇ ਚਰਚਾ ਕੀਤੀ ਗਈ। ਉਹ ਵੀ ਹੱਸਦਾ ਵੀ ਰੋਣੇ ਆਪਣੇ ਰੋਂਦਾ ਸੀ ਆਂਦਾ ਮੈਂ ਚਰਚਾ ਕੀਤੀ ਕਿ ਜਾਂ ਆਪਣੇ ਜਵਾਈ ਭਾਈ ਦੀ ਕੋਈ ਗੱਲ ਕਰਦਾ ਸੀ ਸਿਆਣੇ ਬਣ ਜੀਏ। ਬਹੁਤ ਨੁਕਸਾਨ ਉਠਾਲਿਆ। ਇੱਕ ਬੇਨਤੀ ਅਖੀਰ ਤੇ ਕਹਿਣਾ ਚਾਹੂੰ ਜੇ ਸਾਲ ਇੱਕ ਸੜਕਾਂ ਤੇ ਰੁਲੇ ਬਜ਼ੁਰਗ ਨਹੀਂ ਨਾ ਦਿਸੇ ਸਾਨੂੰ ਤੇ ਪੈਰਾਸ਼ੂਟਾਂ ਹੀ ਨਹੀਂ ਆਉਣਾ ਕਿਸੇ ਨੇ ਸਾਨੂੰ ਬਾਹਰ ਕਢਣ ਨੂੰ। ਸਮਝ ਆ ਗਈ ਪਿਆਰਿਓ? ਬਜ਼ੁਰਗੋ ਮਰੀਓ ਭੈਣੋ ਹੁਣ ਕਿਸੇ ਨੇ ਕਹਿਣਾ ਜੀ ਆਏ ਤੇ ਆਨੰਦ ਕਰਦੇ ਸੰਬੰਧ ਗੁਰਮਤ ਸਮਾਗਵਲ ਨਹੀਂ ਆ। ਵੇਖੋ ਮੈਂ ਜਿੱਥੇ ਵੀ ਜਾਣਾ ਮੈਂ ਇੱਕ ਅੰਦੋਲਨ ਦੀ ਗੱਲ ਜ਼ਰੂਰ ਕਰਦਾ ਕਿਉਂਕਿ ਅਸੀਂ ਉਸ ਅੰਦੋਲਨ ਦੀ ਬਦੌਲਤ ਬੈਠੇ ਆਂ ਰੋਟੀ ਦਾ ਮਸਲਾ ਹੈ ਸਾਰਿਆਂ ਦਾ ਹਰ ਇੱਕ ਦੇ ਘਰ ਸਿਰੇ ਰੋਟੀ ਪੱਕਦੀ ਹੈ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਸਿਆਣੇ ਬਣ ਜਾਈਏ ਚੇਤਾ ਰੱਖਿਓ ਵੀ ਜੇ ਬਜ਼ੁਰਗ ਸਾਡੀਆਂ ਮਾਵਾਂ ਇੰਨਾ ਲਗਾ ਲੰਬਾ ਟਾਈਮ ਉਹਨਾਂ ਸੜਕਾਂ ਤੇ ਰੁਲੀਆਂ ਨੇ ਨਾ ਤੇ ਰੋਲਣ ਵਾਲੇ ਕੌਣ ਲੋਕ ਨੇ ਇਹਨਾਂ ਦੇ ਚਿਹਰੇ ਚੇਤੇ ਰੱਖਿਓ ਬਸ ਤਾਂ ਸਾਡਾ ਇੱਥੇ ਬੈਠਣ ਦਾ ਫਾਇਦਾ ਹੈ ਆਪਣੀ ਜ਼ਮੀਰ ਨੂੰ ਜਗਾਉਂਦਿਆਂ ਰੱਖਿਓ ਬਾਣੀ ਪੜਵਾਵੇਂ ਬੰਦਿਆਂ ਪਿੱਛੇ ਨਾ ਲੱਗੋ ਭਾਈ ਐਵੇਂ ਬੰਦਿਆਂ ਪਿੱਛੇ ਅਸੀਂ ਪਾਰਟੀਆਂ ਪਿੱਛੇ ਲੱਗ ਕੇ ਭਰਾ ਨਾਲ ਬੋਲਣਾ ਛੱਡ ਦਿੱਤਾ ਰਿਸ਼ਤੇਦਾਰਾਂ ਨਾਲ ਕਈਆਂ ਨੇ ਬੋਲਣਾ ਛੱਡ ਦਿੱਤਾ ਅੱਜ ਪਤਾ ਲੱਗੋ ਤੇਰੇ ਬਦਲੇ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਬੋਲਣਾ ਹੀ ਛੱਡ ਬੈਠਾ ਆਓ ਸਿਆਣੇ ਬਣੀਏ ਅਸੀਂ ਗੁਰੂ ਦੀ ਵਿਚਾਰ ਦੇ ਪਾਂਧੀ ਬਣ ਕੇ ਗੁਰੂ ਦਾ ਉਪਦੇਸ਼ ਜ਼ਿੰਦਗੀ 'ਚ ਲੈ ਕੇ ਆਈਏ ਭਾਈ ਗੁਰਜਨ ਸਿੰਘ ਜਿਨ੍ਹਾਂ ਦਾ ਆਨੰਦ ਕਾਰਜ ਕੱਲ ਨੂੰ ਹੋਣਾ ਹੈ ਗੁਰੂ ਅਗੇ ਅਰਦਾਸ ਹੈ ਕਿ ਦੋਨੋਂ ਪਰਿਵਾਰ ਵੇਖੋ ਇਹ ਲੜਕਾ ਲੜਕੀ ਇਕ ਜਰੀਆ ਹੁੰਦੇ ਨੇ ਜਿਨ੍ਹਾਂ ਰਾਈ ਦੋ ਪਰਿਵਾਰ ਇਕੱਠੇ ਰਹਿੰਦੇ ਨੇ ਜਦੋਂ ਅਸੀਂ ਆਪਾਂ ਧੀਆ ਵਿਆਹੋਂ ਨੇ ਆਪਣੇ ਘਰੋਂ ਧੀ ਜਾਂਦੀ ਹੈ ਵਿਆਹ ਕੇ ਆਪਣੇ ਘਰ ਇੱਕ ਧੀ ਵਿਆਹ ਕੇ ਆਪਾਂ ਲੈ ਕੇ ਆਉਨੇ ਬੜੇ ਪਿਆਰੇ ਰਿਸ਼ਤੇ ਨੇ ਜਿਨ੍ਹਾਂ ਨੂੰ ਸਾਡੇ ਸਮਾਜ ਨੇ ਬਹੁਤ ਗੰਧਲਾ ਕਰ ਦਿੱਤਾ ਹੈ ਸੋਹਣੇ ਬਣਾਈਏ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਜ਼ਿੰਦਗੀ ਦਾ ਆਸਰਾ ਬਣੇ ਸਤਗੁਰ ਦੇ ਚਰਨਾਂ ਚ ਅਰਦਾਸ ਇਹ ਹੋਈ ਹੈ ਇਹਨਾਂ ਦੇ ਬਚਨ ਪ੍ਰਵਾਨ ਕਰਨੇ ਦੂਰਾਂ ਨੇੜਿਆਂ ਤੋਂ ਜਿੰਨੇ ਵੀ ਤੁਸੀਂ ਰਿਸ਼ਤੇਦਾਰ ਸਾਖ ਸੰਬੰਧੀ ਦੋਸਤ ਨੂੰ ਤਰਪੈਣ ਭਰਾ ਸਤਗੁਰ ਦੀ ਗੋਦ ਵਿੱਚ ਜੁੜ ਕੇ ਬੈਠੇ ਹੋ ਸਾਰੇ ਦਾ ਧੰਨਵਾਦ ਅਖੀਰ ਤੱਕ ਕੋ ਬੇਨਤੀ ਸਹਿਜ ਪਾਠ ਆਪ ਕਰੋ ਗੁਰਬਾਣੀ ਸਮਝ ਕੇ ਆਪ ਪੜ੍ਹੋ ਐਵੇਂ ਧਿਰ ਧਿਰ ਦੇ ਮੋਤਾਜਨਾ ਹੋ ਜਾ ਕੇ ਉਥਾਂ ਮੱਥਾ ਟੇਕੋ ਉਥੇ ਮੱਥਾ ਟੇਕੋ ਤੁਹਾਡੇ ਸਾਰਿਆਂ 'ਚ ਰੱਬ ਬੈਠਾ ਘਰ 'ਚ ਮਾਂ ਦੀ ਸੇਵਾ ਕਰੋ ਬਾਪੂ ਨਾਲ ਬੈਠ ਕੇ ਗੱਲਾਂ ਕਰੋ ਦੁੱਖ ਸੁੱਖ ਇੱਕ ਦੂਜੇ ਦੇ ਪੁੱਛੋ ਕਿਸ ਦੇ ਦੁੱਖ ਦੇ ਭਾਈਵਾਲ ਬਣੋ ਇਹੋ ਰੱਬ ਸਾਡੇ ਦੀ ਬਾਣੀ ਇਹ ਸਾਨੂੰ ਸਿਖਾਉਂਦੀ ਹੈ ਚੰਗੇ ਇਨਸਾਨ ਬਣਦੇ ਯਤਨ ਕਰੀਏ ਸਾਰਿਆਂ ਦਾ ਧੰਨਵਾਦ ਫਤਿਹ ਬੁਲਾਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ